ਕ੍ਰਿਓਕਰਨ ਪੰਜਾਬੀ ਅੱਜ ਇੱਕ ਐਸੀ ਕਹਾਣੀ ਲੈ ਕੇ ਆਇਆ ਤੁਹਾਡੇ ਅੱਗੇ ਕਿ ਇੱਕ ਬੱਚਾ ਪੈਦਾ ਹੁੰਦਾ ਹੈ ਤਾਂ ਉਹਨੂੰ ਸ਼ੁਰੂ ਤੋਂ ਹੀ ਤਾਨੇ ਮੇਣੇ ਦੇਣੇ ਸ਼ੁਰੂ ਕਰ ਦਿੱਤੇ ਜਾਂਦੇ ਆ ਕਿ ਇਹ ਗੇ ਆ ਬੱਸ ਸਾਰੇ ਨੂੰ ਤਾਨੇ ਮੇਣੇ ਦਿੱਤੇ ਜਾਂਦੇ ਆ ਪਰ ਕੁਝ ਜਿਵੇਂ ਉਹ ਦੱਸਦੇ ਆ ਉਹ ਇਹ ਕਹਿੰਦੇ ਆ ਕਿ ਸਾਡੇ ਬਹੁਤ ਖਾਸ ਕਰੀਬੀ ਸੀ ਜਿਨ੍ਹਾਂ ਨੇ ਮੈਨੂੰ ਦੁੱਧ ਦੇ ਵਿੱਚ ਮਿਲਾ ਕੇ ਕੁਝ ਪਿਲਾਇਆ ਤੇ ਫਿਰ ਉਦੋਂ ਬਾਅਦ ਜਦੋਂ ਜਦੋਂ ਮੈਂ ਵਾਸ਼ਰੂਮ ਕਰਨ ਜਾਣਾ ਤਕਰੀਬਨ ਅੱਧੇ ਘੰਟੇ ਬਾਅਦ ਤਾਂ ਮੇਰੇ ਵਾਸ਼ਰੂਮ ਵਾਲੀ ਜਗ੍ਹਾ ਤੋਂ ਬਲੀਡਿੰਗ ਜਾਂ ਇਹ ਕਹਦੀ ਕਿ ਖੂਨ ਆਉਣਾ ਸ਼ੁਰੂ ਹੋ ਜਾਂਦਾ ਤੇ ਫਿਰ ਹੌਲੀ-ਹੌਲੀ ਮੇਰੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੁੰਦਾ ਮੈਨੂੰ ਇਹ ਲੱਗਦਾ ਕਿ ਮੇਰੇ ਸਰੀਰ ਦੇ ਵਿੱਚ ਹੈ ਤਾਂ ਭਾਵੇਂ ਮੁੰਡਿਆਂ ਵਾਲਾ ਪਰ ਉਹਦੇ ਅੰਦਰ ਇੱਕ ਰੂਹ ਹੈ ਜਿਹੜੀ ਉਹ ਕੁੜੀ ਦੀ ਵਸਣ ਲੱਗੀ ਜਦੋਂ ਆਪਣੇ ਮਾਪੇ ਨੂੰ ਦੱਸਦਾ ਹੈ ਕੀ ਉਹਨਾਂ ਦਾ ਰਿਐਕਸ਼ਨ ਹੁੰਦਾ ਜਦੋਂ ਉਹ ਜ਼ਿੰਦਗੀ ਦੇ ਵਿੱਚ ਵਿਚੜਦਾ ਹੈ ਤਾਂ ਆਮ ਲੋਕਾਂ ਦਾ ਕੀ ਰਿਐਕਸ਼ਨ ਹੁੰਦਾ ਤੇ ਅਕਸਰ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਦੇਖਦੇ ਹੋਵੋਗੇ ਸਿਮੀ ਸੰਧੂ ਉਹਨਾਂ ਦੇ ਇੰਸਟਾਗ੍ਰam ਦਾ ਨਾਮ ਹੈ ਅੱਜ ਮੇਰੇ ਨਾਲ ਸਿਮੀ ਸੰਧੂ ਮੌਜੂਦ ਹੈ ਗੱਲਬਾਤ ਉਹਦੀ ਜ਼ਿੰਦਗੀ ਦੀ ਕਹਾਣੀ ਤੇ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਕਹਿਣ ਪੰਜਾਬੀ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਿਮਰਨ ਪੇਸ ਐਸੋ ਸਿਮਰਨ ਇੰਸਟਾਗ੍ਰam ਸੋਸ਼ਲ ਮੀਡੀਆ ਹੈਂਡਲਸ ਤੇ YouTube ਦੀ ਵੀਡੀਓਜ਼ 'ਚ ਅਕਸਰ ਤੁਹਾਨੂੰ ਮੈਨੂੰ ਕੁੜੀਆਂ ਦੇ ਲਿਵਾਸ 'ਚ ਦੇਖਿਆ ਹੋਗਾ ਮੇਰਾ ਨਾਮ ਉੱਥੇ ਸਿਮੀ ਸੰਧੂ ਮੇਕਅਪ ਆਰਟਿਸਟ ਦੇ ਨਾਮ ਤੇ ਹੈ ਠੀਕ ਹੈ ਤੇ ਜੋ ਵੀ ਮੈਂ ਕੁੜੀਆਂ ਦੇ ਕੱਪੜੇ ਪਾਣਾ ਵਾ ਜਾਂ ਮੇਕਅਪ ਕਰਕੇ ਜਾਂ ਮੈਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦਾ ਮੇਰੀ ਪਰਸਨਲ ਚੋਇਸ ਹੈ ਲੋਕ ਕਈ ਮੈਨੂੰ ਉਸ ਚੀਜ਼ ਤੋਂ ਜੱ ਮੈਂ ਕੁਝ ਕਰ ਰਿਹਾ ਵਾ ਮੇਰੀ ਲਾਈਫ ਹੈ ਅੱਗੇ ਆਪਾਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਕਿ ਜਦੋਂ ਬਚਪਨ ਚ ਪੈਦਾ ਹੁੰਨੇ ਹੋ ਉਦੋਂ ਇੱਕ ਮੁੰਡੇ ਦੇ ਰੂਪ ਦੇ ਵਿੱਚ ਪੈਦਾ ਹੁੰਨੇ ਹੋ ਜਾਂ ਉਦੋਂ ਵੀ ਇਹੀ ਲੱਗਦਾ ਜਿਵੇਂ ਘਰ ਦੇ ਦਾਸ ਤੇ ਹੋਣਗੇ ਕਿ ਜਿਹੜੇ ਤੁਹਾਡੇ ਕੰਮ ਸੀ ਉਹ ਕੁੜੀਆਂ ਵਾਲੇ ਸੀ ਇਹ ਜਾਂ ਕੋਈ ਜ਼ਿੰਦਗੀ ਦੀ ਘਟਨਾ ਐਸੀ ਹੁੰਦੀ ਹੈ ਜਿਸ ਨਾਲ ਜ਼ਿੰਦਗੀ ਬਦਲ ਜਾਂਦੀ ਹੈ ਤੁਹਾਡੀ ਬਿਲਕੁਲ ਬਿਲਕੁਲ ਮੇਰਾ ਜਨਮ ਇੱਕ ਮੇਲ ਰੂਪ ਵਿੱਚ ਹੀ ਹੁੰਦਾ ਪੁਰਸ਼ ਦੇ ਰੂਪ ਵਿੱਚ ਹੀ ਹੁੰਦਾ ਵਾ ਜਦੋਂ ਆਪਣਾ ਸਮਾਂ ਬੀਤਦਾ ਜਾਂਦਾ ਜਦੋਂ ਆਪਾਂ ਬਚਪਨ ਦੇ ਵਿੱਚ ਆਪਾਂ ਪਿਆਰ ਰੱਖਦੇ ਜਦੋਂ ਆਪਣੀ ਉਮਰ ਆਹੀ 4 ਤੋਂ 5 ਸਾਲ ਦੀ ਹੁੰਦੀ ਹੈ ਉਦੋਂ ਕਿ ਜਾ ਕੇ ਨਾ ਜਦੋਂ ਅਸੀਂ ਬੱਚਿਆਂ ਵਿੱਚ ਖੇਡਣ ਲੱਗਦੇ ਨੇ ਉਦੋਂ ਮੈਨੂੰ ਮਤਲਬ ਮੇਰੀ ਰਿਸ਼ਤੇਦਾਰੀ ਚ ਮੱਲੇ ਆਂਡ ਗਵਾਂਡ ਦੇ ਲੋਕਾਂ ਨੇ ਮੇਰੇ ਮਤਲਬ ਮਦਰ ਨੂੰ ਕਹਿਣਾ ਵੀ ਤੁਹਾਡੇ ਬੱਚੇ ਦੀਆਂ ਹਰਕਤਾਂ ਕੁੜੀਆਂ ਵਾਲੀਆਂ ਹੀ ਕਿਉਂ ਨੇ ਹੈਨਾ ਤੇ ਉਹ ਚੀਜ਼ ਸੁਣ ਕੇ ਮੇਰੇ ਮਦਰ ਥੋੜੇ ਅਪਸੈਟ ਵੀ ਹੋਇਆ ਕਰਨੇ ਬਟ ਉਹਨਾਂ ਨੇ ਮੈਨੂੰ ਉਸ ਟਾਈਮ ਸਮਝ ਨਹੀਂ ਹੁੰਦੀ ਸੀ ਕਿ ਮੈਂ ਆਪਣਾ ਖੇਡੀ ਜਾਣਾ ਮੈਂ ਕਿਹਾ ਚਲੋ ਕੋਈ ਨਾ ਵੀ ਹੈਗਾ ਵਾ ਵੀ ਇੰਨਾ ਕੋਈ ਫਰਕ ਨਹੀਂ ਮੇਰੇ ਚਾਹ ਕੁੜੀਆਂ ਚ ਖੇਡੋ ਚਾਹ ਮੁੰਡਿਆਂ ਚ ਖੇਡੋ ਪਰ ਮੇਰੇ ਮਦਰ ਨੇ ਮੈਨੂੰ ਹਮੇਸ਼ਾ ਇਹ ਕਹਿਆ ਕਰਨਾ ਵੀ ਤੂੰ ਨਾ ਥੋੜਾ ਮੁੰਡਿਆਂ ਵਾਲੇ ਦੇਖਿਆ ਕਰ ਖੇਡਿਆ ਕਰ ਵੀ ਕੁੜੀਆਂ ਦੇ ਵਿੱਚ ਘਟ ਰਿਆ ਕਰ ਵੀ ਜਦਾਂ ਬੱਚਾਂ ਨੂੰ ਖੇਡੀ ਜਾਣਾ ਖੇਡਿਆ ਨਾ ਵੀ ਕੁਝ ਖਰਾਬ ਲੱਗ ਰਿਹਾ ਵੈ ਲੋਕੀ ਮੈਨੂੰ ਬੋਲਦੇ ਨੇ ਪਰ ਉਸ ਟਾਈਮ ਇੰਨਾ ਕੁਝ ਧਿਆਨ ਨਹੀਂ ਦਿੱਤਾ ਫਿਰ ਵੀ ਮੇਰੇ ਮਦਰ ਕਹਿੰਦੇ ਚਲ ਕੋਈ ਨਾ ਤੇਰੀ ਲਾਈਫ ਆ ਵੇ ਤੂੰ ਕਰ ਜਿਹੜੇ ਰਿਸ਼ਤੇਦਾਰ ਉਹਨਾਂ ਨੂੰ ਵੀ ਸਮਝਾ ਦੇ ਕਰਨਾ ਵੀ ਕੋਈ ਛਿੰਨ ਨਹੀਂ ਅੰਦਰ ਫਿਰ ਜਦੋਂ ਤੂੰ ਖੇਡਦੇ ਸੀ ਉਦੋਂ ਕੁੜੀਆਂ ਨਾਲ ਜ਼ਿਆਦਾ ਖੇਡਦੇ ਸੀ ਕੀ ਖੇਡਦੇ ਸੀ ਉਦੋਂ ਹਾਂਜੀ ਬਿਲਕੁਲ ਕੁੜੀਆਂ ਨਾਲ ਖੇਡਣਾ ਘਰ ਘਰ ਆਪਣੀ ਭੈਣਾਂ ਦੇ ਨਾਲ ਮੈਂ ਹਮੇਸ਼ਾ ਖੇਡਿਆ ਕਰਨਾ ਮੇਰੇ ਆਂਢ ਗੁਆਂਢ ਦੇ ਮਹੱਲੇ ਦੀਆਂ ਕੁੜੀਆਂ ਹੁੰਦੀਆਂ ਸੀਗੀਆਂ ਸਕੂਲ ਕਲਾਸਮੇਟਸ ਹੁੰਦੀਆਂ ਸੀਗੀਆਂ ਉਹਦੇ ਵਿੱਚ ਇਹੀ ਹੁੰਦਾ ਸੀਗਾ ਵੀ ਗੁੱਡੀਆਂ ਪਟੋਲੇ ਖੇਡਣਾ ਆਪਣਾ ਆ ਫੁੱਟਕੋ वगੈਰਾ ਖੇਡਣਾ ਮੁੰਡੇ ਜਿੱਦਾਂ ਬੈਟ ਬਾਲ ਖੇਡਣਾ ਮੇਰਾ ਕਦੀ ਉਹਦੇ ਵਿੱਚ ਇੰਟਰਸਟ ਹੀ ਨਹੀਂ ਗਿਆ ਹਮੇਸ਼ਾ ਵੀ ਉਹਦੇ ਉਹਨਾਂ ਦੇ ਨਾਲ ਫੈਸ਼ਨ ਸ਼ੋਅ ਦੇ ਵਿੱਚ ਜਿੱਦਾਂ ਆਪਾਂ ਘਰੇ ਘੱਗਰੇ ਜਿਵੇਂ ਮੰਨ ਲੈਣਗੇ ਕੁਝ ਵੀ ਐਦਾ ਖੇਡੀਆਂ ਨਾ ਮੇਕਅਪ ਕਰੀ ਜਾਣਾ ਦਿਖਾਈ ਜਾਣਾ ਉਹਨਾਂ ਨੂੰ ਜਦੋਂ ਉਹੀ ਮੇਰੇ ਭਰਾਵਾਂ ਨੇ ਫਿਰ ਟੀਚਰਾਂ ਮਾਰੀਆਂ ਨਾ ਫਿਰ ਮੇਰੇ ਮਤਲਬ ਮਦਰ ਨੂੰ ਸੁਣਨ ਨੇ ਮਿਲਦਾ ਸੀ ਐਦਾ ਹੀ ਕਿਉਂ ਆ ਵੀ ਇਹ ਤਾਂ ਮੁੰਡਿਆਂ ਦਾ ਖੇਡਦਾ ਹੀ ਨਹੀਂ ਆ ਇਹਦੀ ਹਰਕਤਾਂ ਐਵੇਂ ਦੀਆਂ ਨੇ ਵੀ ਕਿਤੇ ਕੁਝ ਹੋਰ ਤਾਂ ਨਹੀਂ ਆ ਇਹਨੂੰ ਖੁਸਰਾਚ ਭੇਜ ਦੋ ਇਹ ਨੱਚਦਾ ਵਾ ਗਾਉਂਦਾ ਵਾ ਕੀ ਚੱਕਰ ਕੀ ਆ ਤੇ ਫਿਰ ਜਦੋਂ ਆਪਣੀ ਭੈਣ ਨਾਲ ਖੇਡਣਾ ਤੁਸੀਂ ਹਨਾ ਤੇ ਵਿਸ਼ੌਕ ਵੀ ਫਿਰ ਉਹੀ ਸੀ ਮੇਕਅਪ ਕਰਨਾ ਜਾਂ ਗੁੱਡੀਆਂ ਪਟੋਲਿਆਂ ਨਾਲ ਖੇਡਣਾ ਬਿਲਕੁਲ ਮੇਰੇ ਸ਼ੌਂਕ ਇਹੀ ਹੁੰਦੇ ਸੀ ਕੁੜੀਆਂ ਵਾਂਗੂ ਰਹਿਣਾ ਮੇਕਅਪ ਕਰਨਾ ਮੇਰਾ ਕਦੇ ਧਿਆਨ ਨਾ ਮਤਲਬ ਲੜਕਿਆਂ ਵਾਲੀ ਖੇਡਾਂ ਵੱਲ ਗਿਆ ਹੀ ਨਹੀਂ ਜਿਵੇਂ ਬੈਟ ਬਾਲ ਈ ਉਹ ਫੁੱਟਬਾਲ ਜਿੱਦਾਂ ਮੇਰੇ ਨਾਲ ਦੇ ਭਰਾਵਾਂ ਨੇ ਖੇਡੇ ਆਣਾ ਚੱਲ ਆਪਾਂ ਅੱਧਰ ਘੁੰਮਣ ਚੱਲੀਏ ਸਾਈਕਲ ਉਹਨਾਂ ਨੇ ਚਲਾਣੇ ਉਹਨਾਂ ਨੇ ਸਕੂਟਰ ਮੋਟਰਸਾਈਕਲ 'ਤੇ ਘੁੰਮਣਾ ਉਹਨਾਂ ਨੇ ਮੈਨੂੰ ਕਿਹਾ ਨਾ ਵੀ ਤੂੰ ਵੀ ਨਾਲ ਚੱਲ ਮੈਂ ਕਿਹਾ ਨਈ ਵੀ ਮੈਂ ਨਹੀਂ ਜਾਣਾ ਵੀ ਮੈਂ ਆਪਣੀ ਦੀਦੀਆਂ ਨਾਲ ਹੀ ਖੇਡਣਾ ਵੀ ਜੋ ਖੇਡਦਿਆਂ ਨੇ ਮੈਨੂੰ ਵਧੀਆ ਲੱਗਦਾ ਗੁੱਡੀਆਂ ਪਟੋਲੇ ਮੇਕਅਪ ਕਰਨਾ ਉਹਨਾਂ ਨੂੰ ਸਜਾਣਾ ਕਦੀ ਉਹਨਾਂ ਦੇ ਵਾਲਾਂ ਦੇ ਨਾਲ ਖੇਡੀ ਜਾਣਾ ਵੀ ਦਿੱਤੇ ਐ ਤੇਰੀ ਗੁੱਤ ਕਰਾ ਹਨਾ ਤੇ ਐਂ ਹੀ ਕੁਝ ਚੱਲਦਾ ਰਹਿਣਾ ਹਮੇਸ਼ਾ ਤੇ ਫਿਰ ਜਦੋਂ ਥੋੜੇ ਜੇ ਵੱਡੇ ਹੁੰਨੇ ਹੋ ਉਦੋਂ ਸਮਝਾਉਣ ਲੱਗ ਜਾਂਦੀ ਹੈ ਪਰਿਵਾਰ ਨੂੰ ਸਮਝਾਉਣ ਲੱਗ ਜਾਂਦੀ ਕਿਉਂਕਿ ਅਕਸਰ ਇਹ ਗੱਲ ਹੁੰਦੀ ਹੈ ਕਿ ਇਹ ਬੱਚਾ ਹਲੇ ਤਾਂ ਵੀ ਬੱਚਾ ਤਾਂ ਇੱਕ ਨਾਰਮਲ ਇੱਕ ਫੁੱਲ ਹੁੰਦਾ ਹਨ ਜਿੱਦ ਨੂੰ ਉਹਨੂੰ ਮਰਜ਼ੀ ਠੇਡਾ ਵਿੰਗਾ ਕਰ ਲੋ ਪਰ ਜਦੋਂ ਵੱਡੇ ਹੁੰਨੇ ਥੋੜੇ ਜੇ ਉਦੋਂ ਮਾਪੇ ਨੂੰ ਹੋਰ ਸੁਣਨ ਨੂੰ ਮਿਲੇ ਆ ਸੀਗਾ ਜਾਂ ਤੁਹਾਨੂੰ ਵੀ ਆਪਣੇ ਆਪ ਤੇ ਲੱਗਣ ਲੱਗੇ ਸੀ ਕਿ ਮੇਰੇ ਅੰਦਰ ਇੱਕ ਕੁੜੀ ਆ ਸਰੀਰ ਵੀ ਨੇ ਆਪਾਂ ਮੇਂ ਮੁੰਡੇ ਦਾ ਪਰ ਅੰਦਰ ਇੱਕ ਰੂਹ ਕੁੜੀ ਦੀ ਵਸਦੀ ਆ ਬਿਲਕੁਲ ਐਦਾਂ ਹੋਇਆ ਜਦੋਂ ਹੀ ਖੇਡਿਆ ਕੁੱਦੇ ਕਰਨਾ ਉਹਦੇ 5-7 ਸਾਲ ਦੀ ਉਮਰ ਹੁੰਦੀ ਸੀ ਜਦੋਂ ਆਪਾਂ ਹੌਲੀ-ਹੌਲੀ ਵੱਡੇ ਹੁੰਨੇ ਆ ਜਦੋਂ ਆਪਾਂ ਹੋਰ ਜਵਾਨੀ ਦੇ ਵਿੱਚ ਪੈਰ ਧਰਦੇ ਆ ਉਹੀ 8-9 ਸਾਲ ਜਦੋਂ 10 ਕ ਸਾਲ ਦੇ ਆਪਾਂ ਹੋ ਜਾਂਦੇ ਆ ਫਿਰ ਮਤਲਬ ਅਸਲੀ ਸੁਣਨ ਨੂੰ ਉਦੋਂ ਆਪਾਂ ਸਮਾਜ ਵਿੱਚ ਵਿਚਰਦੇ ਆ ਆਪਾਂ ਨੂੰ ਪਤਾ ਲੱਗਦਾ ਕਿ ਹਾਂ ਹੁਣ ਜੋ ਤੁਸੀਂ ਸੁਣ ਰਹੇ ਹੋ ਉਹ ਤੁਹਾਡੇ ਫੈਮਿਲੀ ਸਾਹਮਣੇ ਆ ਤੁਹਾਡੇ ਸਾਹਮਣੇ ਆ ਫਿਰ ਮੇਰੀ ਮੱਦਰ ਨੂੰ ਹੋਰ ਜ਼ਿਆਦਾ ਕਹਿਣਾ ਇਹਨਾਂ ਨੇ ਵੀ ਹਜੇ ਤੱਕ ਵੀ ਦੀ ਹਰਕਤ ਤਾਂ ਸਹੀ ਨਹੀਂ ਹੁੰਦੀਆਂ ਪਰ ਵੀ ਤੁਸੀਂ ਦੇਖ ਲਓ ਹਨਾ ਵੀ ਕੀ ਵੀ ਚੱਕਰ ਕੀ ਆ ਫਿਰ ਉਹੀ ਕੁਛ ਕਰੀ ਜਾਣਾ ਫਿਰ ਮਤਲਬ ਮੈਨੂੰ ਮੇਰੀ ਮਦਰ ਨੇ ਵੀ ਮੈਨੂੰ ਕਿਹਾ ਕਿ ਨਾ ਫਿਰ ਮੈਂ ਹੋਰ ਡਿਪਰੈਸ ਹੋ ਜਾਇਆ ਕਰਨਾ ਵੀਰ ਮੇਰੀ ਚ ਹੀ ਕੋਈ ਕਮੀ ਆ ਵੀ ਦੁਨੀਆ ਦੇ ਵਿੱਚ ਇਦਾਂ ਕਿਉਂ ਆ ਜਿੱਥੇ ਆ ਮੁੰਡਾ ਕੁੜੀ ਕੁੜੀ ਨਾਲ ਖੇਡ ਰਹੀ ਹੈ ਮੁੰਡਾ ਮੁੰਡੇ ਨਾਲ ਖੇਡ ਰਿਹਾ ਵਾ ਉਹ ਆਪਸ ਵਿੱਚ ਵੀ ਖੇਡ ਰਹੇ ਹੁੰਦੇ ਤੇ ਮੇਰਾ ਧਿਆਨ ਵੱਧ ਕੁੜੀਆਂ ਵੱਲ ਹੋਇਆ ਕਰਨਾ ਵੀ ਚਲ ਉਹਨਾਂ ਦੇ ਨਾਲ ਖੇਡ ਲਿਆ ਕਰ ਤੇ ਹਮੇਸ਼ਾ ਮਤਲਬ ਇਦਾਂ ਹੀ ਰਹਿਣਾ ਮੇਰੇ ਨਾਲ ਤੇ ਫਿਰ ਜਦੋਂ ਉਹ ਵੱਡੇ ਹੋਣਿਓ ਫਿਰ ਆਮ ਲੋਕਾਂ ਤੋਂ ਮਾਪਿਆਂ ਤੋਂ ਉਹ ਪ੍ਰੈਸ਼ਰ ਸਾਰੇ ਪੈਣ ਲੱਗਿਆ ਸੀ ਕਿ ਮੈਂ ਆਪਣੀਆਂ ਆਦਤਾਂ ਬਦਲ ਲਈਆਂ ਤੁਸੀਂ ਮੈਨੂੰ ਦੱਸਦੇ ਹੋ ਕਿ ਮੈਂ ਕਮਰੇ ਚ ਲੋਕ ਲੋਕ ਕੇ ਰਹਿਣਾ ਜਿਹੜੀਆਂ ਹਰਕਤਾਂ ਨੇ ਉਹ ਆਪਣੀਆਂ ਦੱਬ ਲੀਆਂ ਸੀ ਹਾਂ ਜੀ ਜਦੋਂ ਅਸੀਂ ਕੁਝ ਸੁੰਨਾ ਤੇ ਵੀ ਮੇਰੇ ਨਾਲ ਹੋਉ ਕਿਉਂ ਰਿਆ ਮੇਰੇ ਮਮਾ ਨੇ ਵੀ ਬੋਲਿਆ ਨਾ ਫਿਰ ਮੈਂ ਹੀ ਸੋਚਿਆ ਕਿ ਚਲੋ ਆਪਾਂ ਇਹਨਾਂ ਨਾਲ ਖੇਡਣਾ ਹੀ ਨਹੀਂ ਐ ਨਾ ਆਪਾਂ ਇਹਨਾਂ ਨਾਲ ਬੋਲਣਾ ਵਚ ਭੈਣ ਭਰਾਵੇਂ ਸਾਰੇ ਛੱਡ ਤੇ ਮੈਨੂੰ ਧਿਆਨ ਹੁੰਦਾ ਸੀ ਮੈਂ ਉਹਨਾਂ ਨੇ ਪੜ੍ਹਾਈ ਵੱਲ ਵੱਧ ਪੜ੍ਹਨਾ ਤੇ ਐਦਾਂ ਕਦੇ-ਕਦੇ ਮੈਂ ਕਲਾਸ 'ਚ ਵੀ ਬਹੁਤ ਟਾਪਰ ਸੀ ਮੈਨੂੰ ਕਾਫੀ ਪ੍ਰੇਜ਼ ਕੀਤੀ ਜਾਂਦੀ ਸੀ ਮੇਰੇ ਸਕੂਲ 'ਚ ਕਾਫੀ ਮਤਲਬ ਅਵਾਰਡ ਮਿਲਦੇ ਹੁੰਦੇ ਸੀਗੇ ਮੈਨੂੰ ਫਰਸਟ ਪ੍ਰਾਈਜ਼ ਮਿਲਦੇ ਹੁੰਦੇ ਸੀ ਹਮੇਸ਼ਾ ਮੈਂ ਪੜ੍ਹਾਈ 'ਚ ਚੰਗਾ ਸੀ ਅ 8ਵੀਂ ਕਲਾਸ ਤੱਕ ਮੈਂ ਹਮੇਸ਼ਾ ਪੜ੍ਹਾਈ ਦੇ ਵਿੱਚ ਵਧੀਆ ਨੰਬਰ ਤੇ ਮੇਰੇ ਹਮੇਸ਼ਾ ਮਾਰਕਸ ਹੀ ਆਉਂਦੇ ਹੁੰਦੇ ਸੀਗੇ ਤੇ ਸਪੋਰਟਸ ਵਗੈਰਾ 'ਚ ਮੈਂ ਕਦੀ ਇੰਨਾ ਹਿੱਸਾ ਨਹੀਂ ਲਿਆ ਮੇਰੀ ਜਿੱਦਾਂ ਕਿ ਮੇਰੀ ਪੂਰੀ ਫੈਮਲੀ ਆਰਮੀ 'ਚ ਆ ਬਟ ਮੈਨੂੰ ਹਮੇਸ਼ਾ ਉਹਨਾਂ ਨੇ ਬਹੁਤ ਲੱਡਾ ਪਿਆਰ ਨਾਲ ਹੀ ਪਾਲ ਲਿਆ ਮੇਰੇ ਮਦਰ ਕਿਉਂਕਿ ਮੈਂ ਆਪਣੀ ਪਰ ਅਰਚ ਕਰ ਲੈ अच्छा नहीं नहीं, फादर साहब ਹੈ ਨਹੀਂ ਤੁਹਾਡੇ ਨਹੀਂ फादर साहब ਉਹਨਾਂ ਦੀ ਡੈਥ ਹੋ ਗਈ ਸੀ ਤੇ ਪਰਿਵਾਰ ਚ ਇਕੱਲਾ ਹੁੰਦੇ ਕਰਕੇ ਮੇਰੇ ਮਾਂ ਨੇ ਮੈਨੂੰ ਐਜ਼ ਮੇਰਾ ਪਿਓ ਦਾ ਪਿਆਰ ਵੀ ਕਹਿ ਲਓ ਆਪਣੇ ਫਾਦਰ ਸਾਹਿਬ ਦਾ ਪਿਆਰ ਵੀ ਉਹਨਾਂ ਨੇ ਦਿੱਤਾ ਮਦਰ ਨੇ ਮੈਨੂੰ ਤੇ ਕਾਫੀ ਪਿਆਰ ਨਾਲ ਉਹਨਾਂ ਨੇ ਮੈਨੂੰ ਲਾਡਾ ਪਿਆਰਾ ਦੇ ਨਾਲ ਹੀ ਮੈਂ ਤਾਂ ਹਰ ਇੱਕ ਚੀਜ਼ ਮੇਰੇ ਸ਼ੌਂਕ ਪੂਰੇ ਕਿਤਨੇ ਅੱਜ ਤੱਕ ਹੁਣ ਤੱਕ ਉਹ ਕਰਦੇ ਹੀ ਆ ਰਹੇ ਨੇ ਉਹ ਉਹ ਗੱਲ ਵੀ ਮੈਨੂੰ ਤੁਸੀਂ ਦੱਸ ਤੀਓ ਕਿ ਮੈਂ ਡਿਪਰੈਸ਼ਨ ਡਿਪਰੈਸ਼ਨ ਦੇ ਵਿੱਚ ਚਲੇ ਜਾਣਾ ਹੈ ਨਾ ਜਦੋਂ ਆਲਿਦਵਾਲੀ ਨੇ ਗੱਲਾਂ ਜਦੋਂ ਮੈਂ ਥੋੜਾ ਜਿਹਾ ਵੱਡਾ ਹੋਣਾ ਹੈ ਨਾ ਉਦੋਂ ਸੁਣਨ ਨੂੰ ਮਿਲਦੀਆਂ ਨੇ ਇਹ ਕੁਝ ਵੀ ਹੋਇਆ ਸੀ ਤੁਹਾਡੇ ਨਾਲ ਬਿਲਕੁਲ ਤਹਾਨੂੰ ਤੁਹਾਡੀ ਫੈਮਲੀ ਟੌਂਟ ਮਾਰਦੀ ਆ ਤੁਹਾਨੂੰ ਰਿਸ਼ਤੇਦਾਰ ਕਹਿੰਦੇ ਨੇ ਤੁਹਾਨੂੰ ਆਸ-ਪਾਸ ਦੇ ਮਾਹੌਲ ਦੇ ਕਹਿੰਦੇ ਨੇ ਫਿਰ ਕਿਤਨਾ ਕਿਤਨਾ ਤੁਹਾਡੇ ਅੰਦਰ ਹੁੰਦਾ ਕਿ ਯਾਰ ਤੇਰੀ ਚ ਕੋਈ ਕਮੀ ਆ ਵੀ ਤੂੰ ਛੱਡ ਦੇ ਹਨਾ ਫਿਰ ਮੈਂ ਆਪਣੇ ਅੰਦਰ ਨਾ ਜਿਹੜਾ ਮੇਰਾ ਕੁੜੀਆਂ ਵਾਲੀ ਹਾਉ ਪਾਉਂਦੇ ਸੀ ਮੈਂ ਅੰਦਰ ਹੀ ਦੱਬਣੇ ਸਟਾਰਟ ਕਰਤੇ ਮੈਂ ਕਿਹਾ ਵੀ ਹੁਣ ਦੁਨੀਆ ਦੇ ਸਾਹਮਣੇ ਆਣਾ ਹੀ ਨਹੀਂ ਆ ਵੀ ਗਲਤੀ ਤੇਰੀ ਆ ਤੂੰ ਪਹਿਲਾਂ ਸੁਧਰ ਤੇ ਆਪਸ ਹੀ ਮੈਂ ਲੜੀ ਜਾਣਾ ਤੂੰ ਮੁੰਡਿਆਂ ਵਾਂਗੂ ਰਹਿ ਤੂੰ ਕੁੜੀਆਂ ਵਾਂਗੂ ਨਹੀਂ ਰਹਿਣਾ ਉਹ ਮੁੰਡਿਆਂ ਕੋਈ ਰਹਿ ਫਿਰ ਉਹੀ ਕਿਤਨਾ ਕਿਤੇ ਪਰ ਹੁੰਦਾ ਨਾ ਕਿ ਕਿੰਨੇ ਕੁ ਦਿਨ ਦੱਬ ਲੋਗੇ ਤੁਸੀਂ ਕਿਤਨਾ ਕਿਤੋਂ ਨਿਕਲ ਹੀ ਜਾਣਾ ਦਾ ਚਾਹ ਤੁਹਾਡੇ ਹਾਉ ਪਾਉਣ ਤੁਰਨ ਦਾ ਤਰੀਕਾ ਹੋਵੇ ਸਮਾਜ ਸਾਹਮਣੇ ਜਿੱਦਾਂ ਵੀ ਤੁਸੀਂ ਨਿਕਲ ਹੀ ਆਨੇ ਹੋ ਫਿਰ ਤੁਸੀਂ ਉਹ ਸਾਰੀਆਂ ਐਕਟੀਵਿਟੀਜ਼ ਅੰਦਰ ਹੈ ਕਿ ਕਰਨ ਲੱਗੇ ਸੀ ਬਿਲਕੁਲ ਕਮਰੇ ਦੇ ਵਿੱਚ ਜਦੋਂ ਮੈਂ ਹੋਇਆ ਕਹਿੰਦਾ ਮੈਂ ਟੀਵੀ ਟੀਵੀ ਵਗੈਰਾ ਦੇਖਿਆ ਕਹਿੰਦਾ ਮੈਨੂੰ ਜ਼ਿਆਦਾ ਇਹ ਹੁੰਦਾ ਸੀ ਮੈਂ ਫੈਸ਼ਨ ਸ਼ੋਅ ਦੇਖਿਆ ਮੇਕਅਪ ਜਿੱਦਾਂ ਹੁੰਦੇ ਨੇ ਉਹ ਟੀਵੀ ਦੇ ਵਿੱਚ ਮੈਂ ਦੇਖੀ ਜਾ ਕਰਨਾ ਲੋਕੀ ਕਾਰਟੂਨ ਬੱਚੇ ਕਾਰਟੂਨ ਜਿੱਥੇ ਦੇਖਦੇ ਨੇ ਉੱਥੇ ਮੇਰਾ ਜ਼ਿਆਦਾ ਧਿਆਨ ਹੋਣਾ ਵੀ ਆਪਣੇ ਫੈਸ਼ਨ ਦੇ ਵਿੱਚ ਕੀ ਹੋ ਰਿਹਾ ਤੂਰ ਕਿੱਦਾਂ ਰਹੀ ਆ ਉਹ ਚੱਲ ਕਿਵੇਂ ਰਹੀ ਆ ਆ ਕੁਛ ਕਰਿਆ ਫਿਰ ਮੈਂ ਉਹੀ ਚੀਜ਼ਾਂ ਆਪਣੇ ਤੇ ਕਰਨੇ ਮम्मी ਦੇ ਮਤਲਬ ਕੱਪੜੇ ਜਦੋਂ ਮੰਮਾ ਨੇ ਕਦੀ ਘਰੋਂ ਬਾਹਰ ਚਲੇ ਜਾਇਆ ਕਰਨਾ ਮੈਂ ਮਤਲਬ ਆਪਣੇ ਮਦਰ ਦੇ ਕੱਪੜੇ ਪਾ ਕੇ ਵੇਖੀ ਜਾਇਆ ਕਰਨੇ ਆਪਣੇ ਭੈਣ ਦੇ ਕੱਪੜੇ ਪਾ ਪਾ ਵੇਖਿਆ ਕਰਨੇ ਉਹਦੀ ਹੀਲਾਂ ਉਹਦੇ ਚੱਪਲਾਂ ਵਗੈਰਾ ਪਾ ਪਾ ਵੇਖਿਆ ਕਰਨੇ ਉਹਦਾ ਮੇਕਅਪ ਜਣਾਣਾ ਮੈਂ ਆਪਣੇ ਉੱਤੇ ਕਰਕੇ ਕਦੀ ਸ਼ੀਸ਼ੇ ਦੇ ਸਾਹਮਣੇ ਆਇਆ ਕਰਨਾ ਪਰ ਉਹ ਕਦੀ ਆਪਣੀ ਮੰਮੀ ਨੂੰ ਦੱਸਿਆ ਨਹੀਂ ਵੀ ਆਹ ਚੀਜ਼ਾਂ ਮੇਰੇ ਅੰਦਰ ਹੈਗੀਆਂ ਨੇ ਤੇ ਜੇ ਉਹਨਾਂ ਨੂੰ ਸੀਗਾ ਵੀ ਤੇ ਮੈਂ ਅੰਦਰ ਅੰਦਰ ਦੱਬ ਲਿਆ ਸੀਗਾ ਫਿਰ ਜਦੋਂ ਮਾਪੇ ਨੂੰ ਪਤਾ ਕਿਵੇਂ ਲੱਗਦਾ ਕਿ ਛੋਟੀਆਂ ਜਿਹੜੀ ਬਾਡੀ ਆ ਤੁਹਾਡੀ ਉਹ ਰੂਹ ਨਾਲ ਮੈਚ ਨਹੀਂ ਕਰ ਰਹੀ ਹੈਗੀ ਹਨਾ ਰੂਹ ਦੇ ਵਿੱਚ ਇੱਕ ਕੁੜੀ ਵਾਸਤੀ ਹੈ ਤੇ ਸਰੀਰ ਦੇ ਵਿੱਚ ਇੱਕ ਮੁੰਡਾ ਹਾਂਜੀ ਇਹ ਸਟਾਰਟ ਦੇਖੋ ਐਦਾਂ ਹੁੰਦਾ ਹੈ ਕਿ ਜਿੱਦਾਂ ਮਤਲਬ ਮੇਰੇ ਰਿਲੇਟਿਵਸ ਵਗੈਰਾ ਮੇਰੇ ਮਤਲਬ ਮਾਸੀਆਂ ਵਗੈਰਾ ਜਾਂ ਕੋਈ ਵੀ ਮੇਰੇ ਘਰੇ ਆਇਆ ਕਰਦੇ ਤਾਂ ਮੈਂ ਉਹਨਾਂ ਦੇ ਮਤਲਬ ਫਿਰ ਫਿਰ ਮੇਰੀ ਮਾਂ ਨੂੰ ਟੀਚਾ ਨਾ ਕਰੀ ਜਾਇਆ ਕਰਨੀ ਉਹਨਾਂ ਨੇ ਫਿਰ ਮੈਨੂੰ ਅੱਗੇ ਜਾ ਕੇ ਮੈਂ ਕਹਿੰਦਾ ਵੀ ਹੁਣ ਤਾਂ ਚਲੋ ਮੈਂ ਇੱਕ ਤੁਹਾਡਾ ਵੀ ਕੀਤਾ ਹੀ ਐ ਵੀ ਹੁਣ ਵੀ ਤੁਸੀਂ ਮੇ ਨਾਲ ਉਲਟਾ ਸਿੱਧਾ ਬੋਲ ਰਹੇ ਹੋ ਹਨਾ ਇਹੀ ਕਿ ਡਿਪਰੈਸ ਹੋਣ ਤੋਂ ਬਾਅਦ ਚ ਫਿਰ ਮੈਂ ਆਪਣੇ ਭੈਣ ਭਰਾਵਾਂ ਸਾਰੇ ਰਿਸ਼ਤੇਦਾਰਾਂ ਨਾਲ ਗੱਲ ਕਰਨੀ ਛੱਡ ਦਿੱਤੀ ਫੇ ਮੇਰੇ ਮਦਰ ਨੇ ਮੈਨੂੰ ਕਹੀ ਹਣਾ ਵੀ ਤੂੰ ਕਿਸੇ ਨਾਲ ਬੋਲਣਾ ਨਹੀਂ ਹੈ ਕੀ ਹੋ ਗਿਆ ਵਾ ਮੈਂ ਮਤਲਬ ਕੁਝ ਦੱਸਿਆ ਨਹੀਂ ਕਰਨਾ ਵੀ ਮੇਰੇ ਅੰਦਰ ਕੁਝ ਦੁੱਖ ਸਿਗੇ ਜਿਹੜੇ ਮੈਂ ਕਦੀ ਆਪਣੀ ਮਾਂ ਦੇ ਸਾਹਮਣੇ ਕੱਢੇ ਹੀ ਨਹੀਂ ਉਹ ਕੀ ਸੀ ਉਹ ਤੁਹਾਨੂੰ ਹੁਣ ਕਿੱਦਾਂ ਦੱਸਾਂ ਚਲੋ ਉਹ ਐਦਾਂ ਸੀਗਾ ਕਿ ਜਦੋਂ ਮੇਰੇ ਭੈਣ ਭਰਾਵਾਂ ਨੇ ਬੋਲ ਲਿਆ ਕਰਨਾ ਮੈਨੂੰ ਹਮੇਸ਼ਾ ਇਹ ਹਣਾ ਵੀ ਤੁਸੀਂ ਬੋਲਦੇ ਹੋ ਹਨਾ ਵੀ ਫਿਰ ਐਦਾਂ ਹੋਇਆ ਕਿ ਇੱਕ ਦਿਨ ਮੇਰੇ ਮਦਰ ਕਹਿੰਦੇ ਵੀ ਤੂੰ ਦੇਖ ਸਾਰਿਆਂ ਨੂੰ ਬੁਲਾਉਣਾ ਛੱਡ ਤਾ ਵਾ ਆਪਾਂ ਕੀ ਕਰਦੇ ਆ ਆਪਾਂ ਤੈਨੂੰ ਕਿਸੇ ਰਿਲੇਟਿਵ ਦੇ ਭੇਜ ਦਿੰਨੇ ਆ ਸਕੂਲ ਦੀਆਂ ਛੁੱਟੀਆਂ ਆਈਆਂ ਸੋ ਉਸ ਟਾਈਮ ਮੇਰੀ ਉਮਰ ਸੀਗੀ ਅਰਾਊਂਡ 7 8 ਸਾਲ ਦੀ ਤੇ ਮੈਨੂੰ ਮੇਰੇ ਮਤਲਬ ਰਿਸ਼ਤੇਦਾਰਾਂ ਦੇ ਘਰ ਭੇਜ ਦਿੱਤਾ ਜਾਂਦਾ ਵਾ ਜਿੱਥੇ ਮੇਰੇ ਸਾਰੇ ਕਜ਼ਨਸ ਵੀ ਆਏ ਹੁੰਦੇ ਸੀ ਸਾਰੇ ਜਿਵੇਂ ਆਪਣੇ ਭੈਣ ਭਰਾ ਉੱਥੇ ਇਕੱਠੇ ਹੋ ਕੇ ਬੈਹ ਜਾਂਦੇ ਆ ਤੇ ਅਥੇ ਜਦੋਂ ਮੈਨੂੰ ਉਹਨਾਂ ਨੇ ਫਿਰ ਆਪਸ ਵਿੱਚ ਜਦੋਂ ਖੇਡਿਆ ਕਰਨ ਬੋਲੇ ਕਿ ਨਾ ਫਿਰ ਮੈਨੂੰ ਪੁਰਾਣੇ ਦਿਨ ਯਾਦ ਕਰਾ ਕੇ ਕਿ ਨਾ ਸਤ ਨੂੰ ਆ ਕਹਿੰਦੇ ਸੀ ਹਾਲੇ ਵੀ ਤਰੀ ਹਰਕਤਾਂ ਨਹੀਂ ਚੇਂਜ ਹੋਈਆਂ ਮੈਂ ਫਿਰ ਉਹੀ ਕਹਿਣਾ ਮੈਂ ਕਿ ਹਾਲੇ ਵੀ ਨਹੀਂ ਹਟਦੇਗੇ ਹੁਣ ਮੈਂ ਕਿੰਨਾ ਆਪਣੇ ਅੰਦਰੋਂ ਚੀਜ਼ ਦੱਬ ਲਈਏ ਫਿਰ ਵੀ ਉਹ ਫਿਰ ਉਹਨਾਂ ਨੇ ਕਹਿਣਾ ਇਹਦੇ ਹਾਉ ਪਾਉ ਐਦਾਂ ਕਿਉਂ ਨੇ ਹਜੇ ਵੀ ਐਦਾਂ ਤੁਰਨਾ ਹਜੇ ਵੀ ਐਦਾਂ ਬੋਲਣਾ ਉਹ ਫੈਮੀਨਾਈਜੇਸ਼ਨ ਜਿਹੜੀ ਹੁੰਦੀ ਹੈ ਨਾ ਹਾਲੇ ਖਤ ਤੱਕ ਖਤਮ ਹੀ ਨਹੀਂ ਹੋਈ ਐਵੇਂ ਕਰਨ ਤੋਂ ਬਾਅਦ ਚ ਮਤਲਬ ਮੇਰੇ ਰਿਲੇਟਿਵਸ ਦਾ ਇੱਕ ਮਤਲਬ ਉਹਨਾਂ ਦਾ ਬੇਟਾ ਸੀਗਾ ਇੱਕ ਰਿਸ਼ਤੇ ਵਜੋਂ ਮੇ ਤੇ ਉਹਨੇ ਮੈਨੂੰ ਸਭ ਤੋਂ ਵੱਧ ਟੌਂਟ ਕਰਿਆ ਕਰਨੀ ਉਹਨੇ ਹੀ ਮਤਲਬ ਅੱਗੇ ਆਪਣੀ ਮਾਂ ਨੂੰ ਕਿਆ ਕਰਨਾ ਉਹਨਾਂ ਦੇ ਮਮਾ ਨੇ ਮੇਰੇ ਮਦਰ ਨੂੰ ਕਿਆ ਕਰਨਾ ਫਿਰ ਅੱਗੇ ਵੀ ਇਹ ਹੀ ਵੀ ਇਹਦੀਆਂ ਹਰਕਤਾਂ ਇਦਾਂ ਦੀਆਂ ਨੇ ਇਹਨੂੰ ਸਹੀ ਕਰੋ ਇਦਾਂ ਕਿਉਂ ਕਰਦਾ ਹੈ ਸਾਡੇ ਵਿੱਚ ਬੈਂਦਾ ਵਾ ਤੇ ਮੇਰੀ ਬੇਇੱਜ਼ਤੀ ਕਰਵਾ ਦਿੰਦਾ ਵਾ ਫਿਰ ਉਹ ਮੈਨੂੰ ਜਦੋਂ ਉਹਦੇ ਵਿੱਚ ਬੈਣਾ ਮੈਨੂੰ ਤਾਂ ਹੀ ਪਸੰਦ ਨਹੀਂ ਹੁੰਦਾ ਫਿਰ ਮੈਂ ਤਾਂ ਹੀ ਆਪਣੀ ਭੈਣਾਂ ਵਿੱਚ ਰਿਆ ਮੈਂ ਆਪਣੇ ਭਰਾਵਾਂ ਵਿੱਚ ਕਦੀ ਨਹੀਂ ਬੈਠਿਆ ਅੱਛਾ ਤੇ ਆਹੀ ਚੀਜ਼ਾਂ ਹੁੰਦੀਆਂ ਰਹੀਆਂ ਫਿਰ ਇੱਕ ਦਿਨ ਹੁੰਦਾ ਹੈ ਕਿ ਉਸ ਟਾਈਮ ਮੇਰੀ ਏਜ ਸੀਗੀ 7 ਤੋਂ 8 ਸਾ ਹੁੰਦਾ ਕਿ ਚਲੋ ਸਾਰੇ ਕਹਿੰਦੇ ਨੇ ਕਿ ਅਸੀਂ ਰਿਸ਼ਤਦਾਰੀ ਚ ਕੋਈ ਵਿਆਹ ਦਾ ਪ੍ਰੋਗਰਾਮ ਆ ਜਾਂਦਾ ਵਾ ਤੇ ਜਿੰਨੇ ਵੀ ਮੇਰੇ ਰਿਲੇਟਿਵਸ ਹੁੰਦੇ ਸਭ ਚਲੇ ਜਾਂਦੇ ਨੇ ਉੱਥੇ ਤੇ ਉਹ ਕਹਿੰਦੇ ਚਲ ਆਪਾਂ ਇਕੱਠੇ ਵੀ ਤੁਸੀਂ ਘਰ ਸੰਭਲੋ ਮੈਨੂੰ ਜਿਹੜਾ ਉਹ ਹੀ ਬ੍ਰਦਰ ਜਿਹੜਾ ਮੈਨੂੰ ਇਨੇ ਟਾਂਚ ਮਾਰਦਾ ਹੁੰਦਾ ਸੀ ਉਹਦੇ ਨਾਲ ਹੀ ਮਤਲਬ ਮੈਨੂੰ ਕਹਿੰਦੇ ਵੀ ਤਿੱਥੇ ਰੁਕ ਜਾ ਮੈਂ ਕਿਹਾ ਵੀ ਮੈਂ ਨਹੀਂ ਰਹਿਣਾ ਤੇ ਮੈਂ ਕਿਹਾ ਨਹੀਂ ਮੈਨੂੰ ਤੁਸੀਂ ਨਾਲ ਲੱਗੇ ਜੋ ਕਹਿੰਦੇ ਨਹੀਂ ਵੀ ਉੱਥੇ ਜਾ ਨਹੀਂ ਹੋਣਾ ਵੀ ਇਕੱਠੇ ਇੰਨਾ ਆਪਾਂ ਕਾਹਤੋਂ ਗਾਹ ਪਾਣਾ ਵੀ ਅਸੀਂ ਸ਼ਾਮਾਂ ਤੱਕ ਕਹਿਣਾ ਜ ਅਗਲੇ ਦਿਨ ਆ ਜਾਾਂਗੇ ਸ ਹੁੰਦਾ ਹੈ ਕਿ ਚਲੋ ਪਹਿਲਾਂ ਤਾਂ ਉਹਨੇ ਮੇਰੇ ਨਾਲ ਗੱਲ ਨਹੀਂ ਕਰਿਆ ਕਰਨੀ ਇੱਕੋ ਦਮ ਮੈਂ ਮਤਲਬ ਉਹਨੇ ਫਿਰ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਬੁਲਾਉਣਾ ਸ਼ੁਰੂ ਕਰਤਾ ਮੈਨੂੰ ਵੀ ਮਤਲਬ ਹੋਣ ਲੱਗਿਆ ਵੀ ਚਲ ਯਾਰ ਮੈਨੂੰ ਹੁਣ ਵਧੀਆ ਬੁਲਾਉਂਦਾ ਵਾ ਕੱਲਿਆਂ ਚ ਸਾਰੀ ਗੱਲ ਹੋਈ ਗਿਆ ਵੀ ਚਲੋ ਕੋਈ ਗੱਲ ਨਹੀਂ ਫਿਰਕੀਆ ਚਲ ਠੀਕ ਆ ਮੇਰਾ ਪਰਾਈ ਆ ਹੈਨਾ ਤੇ ਇੱਕ ਤਰ੍ਹਾਂ ਨਾਲ ਵੱਡਾ ਮੇਰੇ ਤੋਂ ਮੈਨੂੰ ਕੁਝ ਸਮਝ ਆਉਂਦਾ ਉਹਦੀ ਉਮਰ ਸੀਗੀ 15 ਤੋਂ 16 ਸਾਲ ਦੀ ਜਿਸ ਟਾਈਮ ਮੇਰੀ ਉਮਰ ਸੀਗੀ ਆਪਣੀ 7 ਤੋਂ 8 ਸਾਲ ਤੇ ਇਹੀ ਜਦੋਂ ਰਿਸ਼ਤੇਦਾਰ ਆਪਣੇ ਸਾਰੇ ਮਤਲਬ ਮੇਰੇ ਜਿਹੜੇ ਵਿਆਹ ਤੇ ਚਲੇ ਜਾਂਦੇ ਨੇ ਦਿਨ ਦੇ ਵੇਲੇ ਉਹ ਮੈਨੂੰ ਮਤਲਬ ਪੀਜ਼ਾ ਵਗੈਰਾ ਖਾਣ ਲਈ ਲੈ ਕੇ ਜਾਂਦਾ ਵਾ ਉਹੀ ਰਿਲੇਟਿਵ ਹਾਂਜੀ ਬਿਲਕੁਲ ਮੇਰਾ ਭਰਾ ਜਿਹੜਾ ਰਿਲੇਟਿਵ ਤੇ ਉਹ ਮੈਨੂੰ ਕਹਿੰਦਾ ਚਲ ਆਇਆ ਆਪਾਂ ਪੀਜ਼ਾ ਖਾ ਕੇ ਆਨੇ ਮੈਂ ਕਿਹਾ ਚਲੋ ਠੀਕ ਆ ਵੀਰੇ ਕੋਈ ਨਾ ਚੱਲਦੇ ਆ ਤੇ ਉਸ ਤੋਂ ਬਾਅਦ ਜੋ ਕੀ ਹੁੰਦਾ ਕਿ ਚਲੋ ਪੀਜ਼ਾ ਪੂਜ਼ਾ ਖਾ ਕੇ ਘੁੰਮ ਫਿਰ ਕੇ ਅਸੀਂ ਖੇਡ ਖੁਦ ਕੇ ਜੋ ਵੀ ਆਪਣਾ ਹੁੰਦਾ ਹਨਾ ਇਹ ਆ ਵੀ ਰਿਸ਼ਤੇਦਾਰ ਜਦੋਂ ਚਲੇ ਜਾਂਦੇ ਨੇ ਸਾਨੂੰ ਫੋਨ ਆਂਦਾ ਕਿ ਅਸੀਂ ਅੱਜ ਆਣਾ ਨਹੀਂ ਹੈਗਾ ਵੀ ਤੁਸੀਂ ਉੱਥੇ ਰਹਿਪੋ ਤੇ ਅਸੀਂ ਫਿਰ ਇਹ ਆ ਕਿ ਰਾਤ ਨੂੰ ਜ ਤੇ ਮੇਰਾ ਭਰਾ ਮਤਲਬ ਜਿਹੜਾ ਉਹ ਹੈਗਾ ਵਾ ਤੇ ਉਹਨੇ ਮੈਨੂੰ ਐਦਾਂ ਕਿਹਾ ਕਿ ਚੱਲ ਕੋਈ ਨਾ ਵੀ ਅੱਜ ਤਾਂ ਉਹਨਾਂ ਨੇ ਆਉਣਾ ਨਹੀਂਗਾ ਵੀ ਆਪਾਂ ਚੱਲ ਬੈਠਦੇ ਆਂ ਆਪਾਂ ਟੀਵੀ ਟੂ ਵੀ ਵੇਖਦੇ ਆਂ ਠੀਕ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਠੀਕ ਹੈ ਵੀਰੇ ਦੇਖਦੇ ਆਂ ਤੇ ਹੋਲੀ-ਵੋਲੀ ਮਤਲਬ ਉਹਨੇ ਮੈਨੂੰ ਕੁਛ ਐਦਾਂ ਦੀਆਂ ਹਰਕਤਾਂ ਮਤਲਬ ਮੈਨੂੰ ਛੇੜਨਾ ਜਾਂ ਕੁਛ ਉਲਟੇ ਸਿੱਧੇ ਵਰਡ ਬੋਲ ਕੇ ਮੈਨੂੰ ਕਾਫੀ ਦੁਖੀ ਜਿਹਾ ਕੀਤਾ ਵੀ ਮੈਨੂੰ ਅੰਦਰੋਂ ਦੀ ਹੋਰ ਹੈ ਵੀ ਆ ਕੀ ਬੋਲ ਕੀ ਰਿਹਾ ਵਾ ਮੈਨੂੰ ਉਹ ਜਿਹੜੇ ਸ਼ਬਦ ਕੁਝ ਐਦਾਂ ਦੇ ਸੀਗੇ ਵੀ ਤਰੀ ਗੱਲਾਂ ਕਿੰਨੀਆਂ ਪਿਆਰੀਆਂ ਨੇ ਤੂੰ ਕਿੰਨਾ ਗੋਲੂ ਮੋਲੂ ਆ ਹੈਨਾ ਤੂੰ ਕੁੜੀਆਂ ਨੂੰ ਰਹਿਣਾ ਵਾ ਪਰ ਨਹੀਂ ਮੈਂ ਤੈਨੂੰ ਕਹਿਣਾ ਵੀ ਤੂੰ ਸੁਧਰ ਜਾ ਪਰ ਨਹੀਂ ਤੂੰ ਠੀਕ ਬਲੱਗਦਾ ਮੈਨੂੰ ਜਿੱਦਾਂ ਵੀ ਆ ਹੈਨਾ ਤੇ ਫਿਰ ਕੁਛ ਮਤਲਬ ਆਪਣੇ ਮੋਬਾਈਲ ਦੇ ਵਿੱਚ ਉਹਨੇ ਕੁਛ ਮਤਲਬ ਦੇਖੋ ਨਵਾਂ ਮੋਬਾਈਲ ਸੀਗਾ ਉਸ ਟਾਈਮ ਉਹਨੇ ਮੋਬਾਈਲ ਕੱਢਿਆ ਤੇ ਉਹਨੇ ਕੁਛ ਐਦਰ ਨਹੀਂ ਮੈਨੂੰ ਅਪੱਤੀ ਜਨਕ ਚੀਜ਼ਾਂ ਦਿਖਾਈਆਂ ਜਿਹੜੀਆਂ ਮੈਨੂੰ ਨਹੀਂ ਇੱਕ ਛੋਟੇ ਬੱਚੇ ਨੂੰ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਟਾਈਮ 'ਚ ਆਪਾਂ ਕਿਸੇ ਨੂੰ ਦਿਖਾ ਸਕਦੇ ਆ ਇਹ ਜਦੋਂ ਉਹਨੇ ਆਪਣੇ ਫੋਨ ਦੇ ਉੱਤੇ ਕੁਛ ਅਪੱਤੀ ਜਨਕ ਚੀਜ਼ਾਂ ਦਿਖਾਈਆਂ ਫਿਰ ਉਹਨੇ ਮੈਨੂੰ ਉਕਸਾਣਾ ਸ਼ੁਰੂ ਕਰਤਾ ਮੈਨੂੰ ਗਲਤ ਨਜ਼ਰੀਏ ਦੇ ਨਾਮ ਇਹਨੇ ਕੁਝ ਐਦਾ ਨਹੀਂ ਚੀਜ਼ਾਂ ਕਹੀ ਮੈਨੂੰ ਮਨਾ ਕੀਤਾ ਉਹਨੇ ਉਸ ਚੀਜ਼ ਤੋਂ ਬਾਅਦ ਮੇਰੇ ਥੱਪੜ ਮਾਰਨੇ ਸ਼ੁਰੂ ਕਰਤੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਤੇ ਇੱਕੋ ਦਮ ਮੈਂ ਉਹਨੂੰ ਫੇਰ ਉਹਨੂੰ ਕਿਹਾ ਮੈਂ ਕਿਹਾ ਤੂੰ ਗਲਤ ਕਰ ਲਿਆ ਵਾ ਵੀ ਇਹ ਚੀਜ਼ ਸਹੀ ਨਹੀਂ ਹੈਗੀ ਕੁੱਟ ਮਾਰ ਕਿਉਂ ਕਰਨ ਲੱਗੇ ਕਿ ਕੁੱਟ ਮਾਰ ਵੀ ਤੂੰ ਮੇਰੇ ਨਾਲ ਗਲਤ ਸਬੰਧ ਬਣਾ ਇਹ ਅੱਜ ਆਪਾਂ ਨੂੰ ਪਤਾ ਹੈ ਸ਼ਬਦ ਦਾ ਮਤਲਬ ਕਿ ਉਸ ਟਾਈਮ ਆਪਾਂ ਨੂੰ ਪਤਾ ਨਹੀਂ ਆਪਾਂ ਨੂੰ ਤੇ ਵੀ ਨਹੀਂ ਪਤਾ ਉਹ ਇੱਕ ਤਰ੍ਹਾਂ ਨਾਲ ਲੱਗਦਾ ਵੀ ਮੇਰੇ ਨਾਲ ਖੇਡ ਰਿਹਾ ਵਾ ਕਿਉਂਕਿ ਉਮਰ ਦੇ ਵਿੱਚ ਪਤਾ ਨਹੀਂ ਹੁੰਦਾ ਤੇ ਆਹੀ ਕਰਨ ਤਾਂ ਬਾਅਦ ਚੋ ਚਲੋ ਕਿੱਦਾਂ ਨਾ ਕਿਦਾਂ ਕਰਕੇ ਉਹਨੇ ਮਤਲਬ ਆ ਮੇਰੇ ਹੱਥ ਫੜੇ ਥੱਪੜ ਮਾਰੇ ਮੈਨੂੰ ਉਹ ਚੀਜ਼ ਐਦਾ ਕਿਤੇ ਤੁਸੀਂ ਇਹ ਦੇਖੋ ਕਿ ਬਚਪਨ ਦੇ ਵਿੱਚ ਉਹ ਬੱਚੇ ਨੂੰ ਉਹ ਚੀਜ਼ ਦਾ ਦਰਦ ਹੋ ਰਿਹਾ ਵਾ ਜਿਹੜਾ ਉਹਦੇ ਨਾਲ 15 ਤੋਂ 17 ਸਾਲ ਦੀ ਉਮਰ ਦਾ ਬੰਦਾ ਕਰ ਰਿਹਾ ਵਾ ਉਸ ਟਾਈਮ ਉਹਦੀ ਵੀ ਪੂਰੀ ਉਮਰ ਐ ਤੇ ਉਹ ਚੀਜ਼ ਮੇਰੇ ਨਾਲ ਜਦੋਂ ਹੋਈ ਐ ਉਸ ਤੋਂ ਬਾਅਦ ਚ ਫਿਰ ਮੈਂ ਪੂਰਾ ਮੈਨੂੰ ਮਤਲਬ ਪ੍ਰੋਬਲਮ ਹੋ ਗਈ ਮੈਨੂੰ ਬਾਡੀ ਦੇ ਵਿੱਚ ਮੈਨੂੰ ਐਦਾ ਪੇਨ ਵਗੈਰਾ ਮੈਨੂੰ ਸਟਾਰਟ ਇਹੀ ਜਦੋਂ ਮਤਲਬ ਉਹਨੇ ਮੇਰੇ ਥੱਪੜ ਵਗੈਰਾ ਮਾਰੇ ਤੇ ਉਸ ਤੋਂ ਬਾਅਦ ਮੈਨੂੰ ਗਲਤ ਸੰਬੰਧ ਬਣਾਣ ਲਈ ਕਿਆ ਤੇ ਉਹਨੇ ਉਹ ਚੀਜ਼ ਕਰ ਵੀ ਲਈ ਜਿੱਦਾਂ ਮੈਨੂੰ ਸੈਕਚੁਅਲੀ ਹਰੈਸ਼ ਵੀ ਕਰਤਾ ਜਿੱਦਾਂ ਵੀ ਸੀ ਉਹਨੇ ੱੱਕੇ ਦੇ ਨਾਲ ਚਲ ਜੋ ਵੀ ਕੀਤਾ ਬਹੁਤ ਗਲਤ ਕੀਤਾ ਮੇਰੇ ਨਾਲ ਉਸ ਟਾਈਮ ਤੇ ਉਹ ਮੈਨੂੰ ਸਮਝਾਣਾ ਨਹੀਂ ਆ ਰਿਹਾ ਇਸ ਟਾਈਮ ਜੋ ਸ਼ਬਦਾਂ ਵਿੱਚ ਮੈਂ ਕਹਾਂ ਤੇ ਹੋਇਆ ਇਹ ਕਿ ਮੈਨੂੰ ਸਾਰੀ ਰਾਤ ਫਿਰ ਨੀਂਦ ਨਹੀਂ ਆਈ ਮੈਂ ਆਪਣਾ ਦੂਜੇ ਕਮਰੇ ਵਿੱਚ ਜਾ ਕੇ ਆਪਣੇ ਆਪ ਨੂੰ ਬੰਦ ਕਰ ਲਿਆ ਉਧਰ ਵੀ ਉਹਨੇ ਦਰਵਾਜ਼ੇ ਬੰਨਣੇ ਸ਼ੁਰੂ ਕਰਤੇ ਤੇ ਦਰਵਾਜ਼ਾ ਖੋਲ ਛੇਤੀ ਤੇ ਉੱਥੇ ਇੱਕ ਖਿੜਕੀ ਹੁੰਦੀ ਸੀਗੀ ਮੈਨੂੰ ਹੁਣ ਯਾਦ ਆ ਰਿਹਾ ਵਾ ਕਿ ਉੱਥੇ ਖਿੜਕੀ ਹੁੰਦੀ ਸੀ ਖਿੜਤੀ ਕਹਿੰਦਾ ਖੋਲ ਨਹੀਂ ਤਾਂ ਮੈਂ ਤੋੜ ਦੇਣੀ ਆ ਉਹਨੇ ਖਿੜਕੀ ਖੋਲ ਕੇ ਅੰਦਰੋਂ ਹੱਥ ਪਾ ਕੇ ਵੀ ਉਹ ਖੋਲੀ ਫਿਰ ਉਧਰੋਂ ਅੰਦਰ ਆ ਕੇ ਫਿਰ ਉਹਨੇ ਮੈਨੂੰ ਕਿਹਾ ਵੀ ਹੁਣ ਜੇ ਤੋ ਕਹਿਣਾ ਨਾ ਮੈਂ ਤੇਰਾ ਗੱਲਾ ਦੱਬ ਦੇਣਾ ਉਹਨੇ ਉਹ ਚੀਜ਼ ਮੇਰੇ ਨਾਲ ਕੀਤੀ ਮੈਨੂੰ ਹਜੇ ਵੀ ਹੁੰਦਾ ਪਿਆ ਕਿ ਗਲਾ ਤਾਂ ਦੱਬਿਆ ਕਿ ਕਿਸੇ ਨੂੰ ਦੱਸੇ ਨਾ ਵੀ ਮੈਂ ਕਿਸੇ ਨੂੰ ਦੱਸਾਂ ਨਾ ਵੀ ਕਿਤੇ ਆਪਣੇ ਮਾਂ ਨਾਲ ਦੱਸੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਮੇਰੇ ਬਾਹਰ ਰੋਲਾ ਪਾ ਦੇਣਾ ਵੀ ਮੈਂ ਤਾਂ ਮਮਾ ਨੂੰ ਦੱਸ ਦੇਣਾ ਉਹਨੇ ਇਸ ਵਿੱਚ ਜੇ ਤੋ ਕੁਝ ਕਰੇਗਾ ਨਾ ਮੇਰਾ ਗਲਾ ਦੱਬ ਦੇਣਾ ਫਿਰ ਉਹ ਹੀ ਅੰਦਰ ਮੇਰੇ ਡਰ ਪੈਦਾ ਰਿਹਾ ਮੈਂ ਜੇ ਮੈਂ ਕੁਝ ਕੀਤਾ ਇਹਨੇ ਕਰ ਦੇਣਾ ਵਾ ਜਾਂ ਮੇਰਾ ਗਲਾ ਦੱਬ ਦੇਗਾ ਜਾਂ ਮੈਨੂੰ ਕਿਤੇ ਮਾਰ ਮੂਰ ਨਾ ਦੇਵੇ ਹਨਾ ਵੀ ਚਲ ਕੋਈ ਨਾ ਮੈਂ ਇਦਾਂ ਜਾ ਕੇ ਇਹ ਆ ਵੀ ਜਦੋਂ ਮੈਂ ਘਰੇ ਜਾਣਾ ਵਾ ਮੈਂ ਉਦੋਂ ਦੱਸ ਦੇਣਾ ਮੰਮੀ ਨੂੰ ਉਦੋਂ ਬਾਅਦ ਚ ਫਿਰ ਉਹਨੇ ਮੇਰੇ ਨਾਲ ਤੱਕੇ ਨਾਲ ਚੀਜ਼ ਕੀਤੀ ਉਹ ਤੱਕੇ ਨਾ ਕਰ ਬਿਲਕੁਲ ਮੇਰੇ ਨਾਲ ਕੀਤੇ ਤੇ ਉਹ ਹੁਣ ਤੋਂ ਬਾਅਦ ਚ ਬਸ ਇਹ ਰਾਤੀ ਮੈਨੂੰ ਨੀਂਦ ਨਹੀਂ ਆਈ ਫਿਰ ਉਦੋਂ ਬਾਅਦ ਚ ਮੈਂ ਕਹਿੰਦੇ ਮੈਨੂੰ ਮੰਮੀ ਨਾਲ ਗੱਲ ਕਰਾ ਫੋਨ ਤੇ ਕਹਿੰਦੇ ਮੈਂ ਮੰਮੀ ਨਾਲ ਫੋਨ ਤੇ ਗੱਲ ਨਹੀਂ ਕਰਾਣੀ ਵੀ ਤਰ ਰੋ ਰਿਹਾ ਹਾਂ ਹਨਾ ਮੇਰੇ ਤੋਂ ਉਹਨੇ ਸੌਰੀ ਵੀ ਮੰਗਣੀ ਸਟਾਰਟ ਕਰਦੇ ਚਲ ਕੋਈ ਨਾ ਜੋ ਵੀ ਸੀ ਗਲਤੀ ਸੀ ਮੇਰੀ ਸੀ ਮੈਂ ਤਾਂ ਨਾ ਮਜ਼ਾਕ ਕੀਤਾ ਵੀ ਖੇਡੀ ਖੇਡੀ ਕਰਦੇ ਪਏ ਸੀ ਆਪਾਂ ਮੈਂ ਕਿਹਾ ਨਹੀਂ ਮੈਨੂੰ ਦਰਦ ਹੋ ਰਹੀ ਹੈ ਵੀ ਮੈਨੂੰ ਕੋਈ ਮੈਨੂੰ ਪ੍ਰੋਬਲਮ ਹੋ ਰਹੀ ਹੈ ਵੀ ਮੇਰੇ ਤੋਂ ਨਾ ਕੁਝ ਗਲਤ ਕੀਤਾ ਹੈ ਤੋ ਐਦਾਂ ਕਰਕੇ ਵੀ ਮੈਨੂੰ ਦਰਦ ਰਹੀ ਜਾ ਤਾਂ ਮੈਂ ਡਾਕਟਰ ਦੇ ਜਾਨੇ ਤਾਂ ਮੈਨੂੰ ਮੰਮੀ ਤੇ ਲੈ ਕੇ ਤੇ ਬਸ ਐਦਾਂ ਹੀ ਕਰਕੇ ਮੇਰੇ ਮੰਮਾ ਨੂੰ ਫਿਰ ਮੈਂ ਹੁੰਦਾ ਕਿ ਮੈਂ ਸਵੇਰੇ ਮੇ ਰੋਲਾ ਪਾਣਾ ਸ਼ੁਰੂ ਕਰਤਾ ਮੈਂ ਘਰੇ ਜਾਣਾ ਇਹਨੇ ਉਹ ਸਾਡੇ ਰਿਸ਼ਤੇ ਦਾ ਵਾਪਿਸ ਵਰਤਾ ਜਾਦਾ ਮੈਂ ਤਾਂ ਪ੍ਰੋਬਲਮ ਹੋ ਰਹੀ ਵੀ ਮੈਂ ਹੁਣ ਉਹਨਾਂ ਨੂੰ ਤਾਂ ਦੱਸਿਆ ਨਹੀਂ ਮੈਨੂੰ ਪਤਾ ਸੀ ਜੇ ਮੈਂ ਦੱਸਦਾ ਵੀ ਇਹਨੇ ਮੈਨੂੰ ਇੱਥੇ ਜਦ ਮਾਂ ਦੇ ਕੋਲ ਕਿ ਮੇਰੀ ਮਾਂਤ ਕੋਲ ਹੀ ਐਨੀ ਨਹੀਂ ਮੇਰੇ ਇੱਕ ਮਾਂ ਹੋਵੇ ਤਾਂ ਉਹਨੂੰ ਮੈਂ ਕਵਾਂ ਵੀ ਤੇ ਮੈਨੂੰ ਇਹ ਸੀ ਮੈਂ ਘਰੇ ਜਾਣਾ ਤੇ ਉਸੇ ਸ਼ਖਸ ਦੇ ਨਾਲ ਉਸੇ ਭਰਾ ਦੇ ਨਾਲ ਫਿਰ ਮੈਨੂੰ ਵਾਪਿਸ ਆਣਾ ਪਿਆ ਮੋਟਰਸਾਈਕਲ ਤੇ ਅੱਛਾ ਤੇ ਫਿਰ ਮੈਨੂੰ ਨੇ ਹੀ ਕਿਤੇ ਰਾਤ ਚ ਨਾ ਕੁਝ ਉਹ ਮੈਨੂੰ ਐ ਹੀ ਕਹੀ ਜਾਂਦਾ ਤੂੰ ਘਰੇ ਦੱਸਣਾ ਨਹੀਂ ਆ ਤੂੰ ਚੁੱਪ ਕਰਕੇ ਕਰਨਾ ਨਹੀਂ ਆ ਤੂੰ ਜੇ ਤੂੰ ਦੱਸਿਆ ਮੈਂ ਐਦਾਂ ਹੋ ਜਾਊਗਾ ਕੋਈ ਨਾ ਚਲ ਸੌਰੀ ਗਲਤੀ ਹੋ ਗਈ ਅੰਦਰ ਹੀ ਅੰਦਰ ਮੈਨੂੰ ਹੋਈ ਜਾਵੇ ਮੈਂ ਕਿਹਾ ਕਿਤੇ ਪਾਸੇ ਮੇਰੇ ਨਾਲ ਇਹ ਗਲਤ ਵੀ ਕਰ ਰਿਹਾ ਵਾ ਕਿਸੇ ਪਾਸੇ ਮੈਨੂੰ ਸਮਝਾ ਵੀ ਰਿਹਾ ਵੀ ਚਾਹੁੰਦਾ ਕੀ ਆ ਹੁਣ ਹਨਾ ਵੀ ਮੈਂ ਦੱਸਾਂ ਨਾ ਵੀ ਆਪਣੀ ਮਾਂ ਨੂੰ ਜਾਂ ਮੈਂ ਇਹਦੇ ਵਾਰ ਇਹ ਨਾ ਕੁਝ ਬੋਲਣਾ ਫਿਰ ਮੈਂ ਘਰੇ ਆ ਕੇ ਮੈਂ ਇਹ ਸੋਚਿਆ ਜੇ ਮੈਂ ਆਪਣੀ ਮਾਂ ਨੂੰ ਦੱਸਤਾ ਪਹਿਲੀ ਗੱਲ ਉਹਨੇ ਮੈਨੂੰ ਹੀ ਕਹਿਣਾ ਤੇਰੀ ਇਹ ਹਰਕਤਾਂ ਐਦਾਂ ਦੀਆਂ ਨੇ ਵੀ ਤੂੰ ਹੀ ਖੋੜਦਾ ਨਹੀਂਗਾ ਉਹਨਾਂ ਦੇ ਨਾਲ ਕਰਦਾ ਨਹੀਂਗਾ ਤੇ ਵੀ ਮੈਨੂੰ ਖੁਦ ਪਤਾ ਹੀ ਨਹੀਂ ਹੋਇਆ ਵੀ ਕੀ ਆ ਤੇ ਐਵੇਂ ਹੁੰਦੇ ਹੁੰਦੇ ਫਿਰ ਘਰ ਆ ਕੇ ਮਾਂ ਮੰਮੀ ਨੂੰ ਦੱਸਦੇ ਹੂੰ ਤੁਸੀਂ ਨਹੀਂ ਘਰ ਆ ਕੇ ਮੈਂ ਬਿਲਕੁਲ ਨਹੀਂ ਦੱਸਿਆ ਆਪਣੇ ਮਾਤਾ ਨੂੰ ਘਰ ਆ ਕੇ ਮਮਾ ਮੈਨੂੰ ਪੁੱਛਦੇ ਪਏ ਤੋ ਅਪਸੈਟ ਕਿਉਂ ਆ ਫਿਰ ਐਦਾਂ ਹੀ ਹੌਲੀ 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 ਮੈਨੂੰ ਅਗਲੇ ਦਿਨ ਸਕੂਲ ਭੇਜ ਜਾਂਦਾ ਗਰਮੀ ਦੀ ਛੁੱਟੀਆਂ ਸਾਡੀਆਂ ਖਤਮ ਹੋ ਜਾਂਦੀਆਂ ਆ 1 2 ਹਫ਼ਤੇ ਬਾਅਦ ਚੋ ਘਰੇ ਵੀ ਮੈਂ ਅਪਸੈਟ ਹੋਰ ਜ਼ਿਆਦਾ ਰਹਿਣਾ ਸ਼ੁਰੂ ਕਰਤਾ ਜਦੋਂ ਸਕੂਲੇ ਜਾਣਾ ਟੀਚਰਸ ਨੇ ਵੀ ਕਹਿਣਾ ਵੀ ਅੱਜ ਮੇਰੇ ਟੈਸਟ ਵਗੈਰਾ ਹੁੰਦੇ ਸੀ ਮੈਂ ਪੜਾਈ ਨਹੀਂ ਕਰਨੀ ਬਿਲਕੁਲ ਬੰਦ ਕਰਦੇ ਜਦੋਂ ਤੱਕ ਮੇਰੀ ਪੜਾਈ ਬਿਲਕੁਲ ਅੱ ਮੇਰੇ ਜਿੱਥੇ ਨੰਬਰ ਆਣੇ ਸੀ ਕਿ 10ਾਂ ਚੋਂ 8 10 ਜਾਂ ਹਮੇਸ਼ਾ ਫੁੱਲ ਮਾਰਕਸ ਆਣੇ ਉੱਥੇ ਮੇਰੇ ਹੁਣ 0 3 2 ਮੇਰੇ ਘਰੇ ਫਿਰ ਕੰਪਲੀਟ ਆਣੇ ਵੀ ਤੁਹਾਡਾ ਬੱਚਾ ਪੜਦਾ ਨਹੀਂ ਹੈ ਇਹ ਸਾਹਮਣੇ ਬਲੈਕਬੋਰਡ ਵੱਲ ਦੇਖਦਾ ਪਤਾ ਨਹੀਂ ਦੇਖੀ ਜਾ ਰਿਹਾ ਸੀ ਇਹਨੂੰ ਬੁਲਾਣੇ ਕਦੀ ਚੌਕ ਮਾਰ ਕੇ ਇਹਨੂੰ ਦੱਸਣਾ ਪੈਂਦਾ ਹਨਾ ਵੀ ਤੂੰ ਉੱਠ ਜਾ ਤੂੰ ਅੱਖਾਂ ਖੋਲ ਕੇ ਵੀ ਸੁੱਤਾ ਆ ਕਿਉਂਕਿ ਦਿਮਾਗ 'ਚ ਪ੍ਰੈਸ਼ਰ ਹੁੰਦਾ ਸੀ ਕੋਈ ਚੀਜ਼ਾਂ ਚੱਲੀ ਜਾਣੀਆਂ ਵੀ ਮੇਰੇ ਨਾਲ ਹੋਇਆ ਕੀ ਆ ਇਹ ਜੇ ਹੋਇਆ ਵੇ ਹੈ ਕੀ ਆ ਕਿਉਂਕਿ ਪਤਾ ਹੀ ਨਹੀਂ ਆ ਕਲਾਸ ਵੀ ਉਸ ਟਾਈਮ ਮੇਰੇ ਤੁਸੀਂ ਲਗਾ ਲੋ ਤੁਸੀਂ 6th ਜਾਂ 5th ਕਲਾਸ ਹੈ ਉਹਦੇ ਵਿੱਚ ਬੱਚੇ ਨੂੰ ਕੁਝ ਕੀ ਪਤਾ ਹੁੰਦਾ ਤੇ ਫਿਰ ਮੇਰੇ ਮਤਲਬ ਮਦਰ ਨੂੰ ਸਕੂਲੇ ਬੁਲਾਇਆ ਜਾਂਦਾ ਵੀ ਤੁਹਾਡੇ ਬੱਚੇ ਨੂੰ ਐਦਾਂ ਕਰਕੇ ਕੋਈ ਪ੍ਰੋਬਲਮ ਹੈ ਜਾਂ ਤੁਸੀਂ ਨੂੰ ਦਿਖਾਓ ਜਾਂ ਤੇ ਐਦਾਂ ਮੇਰੇ ਅਚਾਨਕ ਮੈਂ ਮਮਾ ਦੇ ਸਾਹਮਣੇ ਰੋਣਾ ਸ਼ੁਰੂ ਕਰਤਾ ਮੈਂ ਕਹਿੰਦੇ ਕੋਈ ਗੱਲ ਹੋਈ ਹੈ ਮੈਂ ਕਿਹਾ ਨਹੀਂ ਕਹਿੰਦੇ ਕੁਝ ਤਾਂ ਹੋਇਆ ਹੋਵੇ ਤੂੰ ਦੱਸ ਮੈਂ ਕਿਹਾ ਨਹੀਂ ਮਮਾ ਕੁਝ ਨਹੀਂ ਆਇਆ ਕਹਿੰਦੇ ਚਲ ਜੀ ਮੈਂ ਕਿਹਾ ਮਮਾ ਹੁਣ ਮੈਂ ਕਦੀ ਨਹੀਂ ਕਿਤੇ ਜਾਇਆ ਕਰਨਾ ਵੀ ਮੈਨੂੰ ਅੱਛਾ ਨਹੀਂ ਲੱਗਦਾ ਹੈ ਕਿ ਵੀ ਮੈਂ ਘਰੇ ਹੀ ਰਹਿਣਾ ਕਰਨਾ ਵਾ ਹਨਾ ਮਮੀ ਕਹਿੰਦੇ ਹੁਣ ਤੂੰ ਪੜ੍ਹਨਾ ਵੀ ਬੰਦ ਕਰ ਤਾਂ ਮੈਂ ਤੇ ਵੀਡੀਓ ਗੇਮ ਲੈ ਕੇ ਦਿੱਤੇ ਫਿਰ ਮੈਂ ਉਹਦੇ ਉੱਤੇ ਖੇਡੀ ਜਾ ਕਰਨਾ ਆਪਣਾ ਘਰੋਂ ਬਾਹਰ ਜਾਣਾ ਕਿਸੇ ਨਾਲ ਖੇਡਣਾ ਮੈਂ ਸਭ ਬੰਦ ਕਰਤਾ ਮੈਂ ਤਾਂ ਆਪਣੀ ਪੂਰੀ ਐਕਟੀਵਿਟੀ ਖਤਮ ਕਰ ਦਿੱਤੀ ਜ਼ਿੰਦਗੀ ਚ ਬਸ ਉੱਥੇ ਅੰਦਰ ਹੀ ਰਹਿਣਾ ਤੇ ਕਰਦੇ 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 ਫਿਰ ਮੈਨੂੰ ਕੁਝ ਹੋਰ ਪ੍ਰੋਬਲਮਸ ਅੰਦਰੋਂ ਹੋਣ ਲੱਗ ਗਈਆਂ ਫਿਰ ਮੈਂ ਮੰਮਾ ਨੂੰ ਕਹਿਣਾ ਵੀ ਮੰਮਾ ਐਦਾਂ ਕਰਕੇ ਮੇਰੇ ਪੇਟ 'ਚ ਦਰਦ ਹੁੰਦੀ ਆ ਤੇ ਮਮਾ ਨੇ ਕਹਿਣਾ ਵੀ ਚਲ ਕੋਈ ਨਾ ਪੱਤ ਦਿਖਾ ਲੈਣਾ ਮਮਾ ਨੇ ਫਿਰ ਉਹੀ ਵੈਦਬੂਦ ਜਿਹੜੇ ਆਪਣੇ ਹੁੰਦੇ ਨੇ ਦੇਸੀ ਇਲਾਜ ਉਹਨਾਂ ਨੂੰ ਦਿਖਾਣਾ ਉਹ ਫਿਰ ਉਹ ਠੀਕ ਨਹੀਂ ਹੋਇਆ ਕਰਨੇ ਮੈਨੂੰ ਫਿਰ ਅੰਦਰੋਂ ਅੰਦਰੋਂ ਪ੍ਰੋਬਲਮਸ ਹੋਈ ਜਾਇਆ ਕਰਨੀਆਂ ਪੰਜ ਕੁਛ ਪਤਾ ਸੀਗਾ ਨਹੀਂ ਮੈਨੂੰ ਵੀ ਹੋਇਆ ਕਿ ਮੇਰੇ ਨਾਲ ਮੈਨੂੰ ਇੰਨਾ ਪਤਾ ਸੀ ਵੀ ਹਾਂ ਉਹਨੇ ਕੁਝ ਕੀਤਾ ਗਲਤ ਹੈ ਪਰ ਮੈਂ ਕਿਸੇ ਨੂੰ ਦੱਸਣ ਦੀ ਯੋਗ ਨਹੀਂ ਹਾਂ ਵੀ ਆਪਣੀ ਮਾਂ ਨੂੰ ਦੱਸੂਗਾ ਤਾਂ ਫਿਰ ਉਹ ਹੀ ਮੈਨੂੰ ਇਹ ਕਹਿਣਗੇ ਵੀ ਤੇਰੇ ਕੋਈ ਪ੍ਰੋਬਲਮ ਹੀ ਨਹੀਂ ਹੈ ਐਦਾਂ ਨਹੀਂ ਹੋ ਸਕਦਾ ਤੇਰਾ ਭਰਾ ਐਦਾਂ ਕਾਤੋਂ ਕਰੇਗਾ ਮੈਨੂੰ ਕੁਝ ਪਤਾ ਹੀ ਨਹੀਂ ਹੈ ਫਿਰ ਮਤਲਬ ਉਹ ਚੀਜ਼ਾਂ ਤੋਂ ਬਾਅਦ ਵਿੱਚ ਮੈਨੂੰ ਮਤਲਬ ਟੂਲ ਮੇਰੇ ਦਰਦ ਰਿਹਾ ਕਰਨਾ ਮੇਰੇ ਪੇਟ ਚ ਕਾਫੀ ਦਰਦ ਰਿਹਾ ਕਰਨਾ ਤੇ ਹੌਲੀ ਹੌਲੀ ਫਿਰ ਮੈਂ ਇੰਨਾ ਧਿਆਨ ਨਹੀਂ ਦਿੱਤਾ ਮੈਂ ਆਪਣੀ ਮਦਰ ਨੂੰ ਦੱਸਿਆ ਵੀ ਮੰਮੀ ਕਹਿੰਦੇ ਚਲ ਕੋਈ ਨਾ ਆਪਣੇ ਇਲਾਜ ਕਰਾਂ ਉਹ ਇਲਾਜ ਕਰਾਂ ਤੋਂ ਬਾਅਦ ਵੀ ਮਤਲਬ ਕੋਈ ਹੱਲ ਨਹੀਂ ਮਿਲਿਆ ਥੋੜੇ ਟਾਈਮ ਤੱਕ ਉਹ ਚੀਜ਼ਾਂ ਸੈੱਟ ਹੋਣ ਲੱਗ ਗਈਆਂ ਫਿਰ ਉਹਨੇ ਮੈਨੂੰ ਐਦਾਂ ਹੀ ਕਰਕੇ ਇੱਕ ਦਿਨ ਮੇਰੇ ਆ ਵਾਪਿਸ ਜਦੋਂ ਅਸੀਂ ਆ ਗਏ ਫਿਰ ਮੇਰੇ ਆਇਆ ਵਾਪਿਸ ਉਹ ਕਰ ਉਹੀ ਹਾਂਜੀ ਉਹੀ ਸਖਸ਼ ਵਾਪਿਸ ਆਇਆ ਮੇਰੇ ਘਰੇ ਉਹਨੇ ਆ ਕੇ ਕਹਿਣਾ ਵੀ ਆਇਆ ਉੱਪਰ ਖੇਡਣ ਚੱਲੀਏ ੱੱਕੇ ਦੇ ਨਾਮ ਉਹਨੇ ਖਿੱਚ ਕੇ ਲੈ ਕੇ ਚਲ ਜਾਇਆ ਕਰਨਾ ਵੀ ਜੇ ਨਾ ਜਾਣਾ ਮੈਂ ਮਨਾ ਕਰਨਾ ਫਿਰ ਉਹਨੇ ਮੈਨੂੰ ਇਸ਼ਾਰੇ ਚ ਕਿਆ ਕਰਨਾ ਵੀ ਹਾਂ ਜੇ ਤੂੰ ਨਹੀਂ ਆਣਾ ਮੈਂ ਫਿਰ ਦੱਸ ਦੇਣਾ ਵੀ ਮੈਂ ਵੀ ਤੇਰੀ ਮੰਮੀ ਨੂੰ ਦੱਸ ਦਊਂ ਵੀ ਤੂੰ ਹੀ ਗਲਤ ਹੈ ਮੈਨੂੰ ਆਣਾ ਵੀ ਮੈਂ ਆਪਣੀ ਮਾਂ ਦੇ ਸਾਹਮਣੇ ਗਲਤ ਨਹੀਂ ਬੰਨਣਾ ਚੱਲ ਕੋਈ ਨਾ ਮੈਂ ਪਿਆਰ ਨਾਲ ਚਲੇ ਜਾਇਆ ਕਰਨਾ ਉਹ ਫੇਰ ਚੀਜ਼ ਹੋਲੀ-ਹੋਲੀ ਮਤਲਬ ਉਹਨੇ ਫੇਰ ਸਬੰਧ ਫੇਰ ਐਦਾਂ ਹੀ ਮੈਨੂੰ ੱੱਕਿਆ ਕੇ ਰਿਆ ਕਰਨਾ ਵੀ ਐਦਾਂ ਹੋਲੀ-ਹੋਲੀ ਮਤਲਬ ਤੁਸੀਂ ਮੰਨ ਸਕਦੇ ਹੋ ਉਹਨੇ ਮੈਨੂੰ ਕ ਤੇ ਮੈਂ ਚੁੱਪ ਸੀ ਮੇਰੇ ਤੋਂ ਕੁਝ ਕਹਿ ਨਹੀਂ ਹੋਇਆ ਇਹ ਡਰ ਤੋਂ ਵੀ ਕਿਤੇ ਗਲਤੀ ਮੇਰੀ ਨਾ ਨਿਕਲ ਜੇ ਕਿਉਂਕਿ ਗੇਤਾ ਮੈਨੂੰ ਕਹਿੰਦੇ ਨੇ ਅਕਸਲ ਤੋਂ ਉਹਨੂੰ ਇਹ ਨਹੀਂ ਪਤਾ ਕਿ ਜੇ ਤੂੰ ਇੱਕ ਮੇਲ ਪ੍ਰਤੀ ਰਿਟੈਕਟ ਅਟਰੈਕਟ ਹੋ ਰਹੀ ਆਂ ਤੇ ਇਹ ਗੇਤਾ ਤੂੰ ਆਪ ਵੀ ਆਂ ਜੇ ਤੋ ਇੰਨਾ ਚੰਗਾ ਪਲਿਆ ਹੈਗਾ ਜਿਦ ਤੈਨੂੰ ਕੁੜੀਆਂ ਹੀ ਪਸੰਦ ਆ ਤੋ ਮੇਰੇ ਵੱਲ ਅਟਰੈਕਟ ਕਰ ਤੋ ਹੋ ਰਹੀ ਆਂ ਗਲਤ ਮੈਂ ਆਂ ਤੂੰ ਗਲਤ ਕਾ ਤੋ ਬਣ ਰਹੀ ਆਂ ਹੂੰ ਫਿਰ ਇਹੀ ਕਰਦੇ ਕਰਦੇ ਮੈਂ ਉਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਫਿਰ ਮੈਂ ਜਦੋਂ ਉਹਨੂੰ ਮੂੰਹ तोड़ ਜਵਾਬ ਦਿਆ ਕਰਨਾ ਹੂੰ ਤੇ ਫਿਰ ਉਹਨੇ ਮੈਨੂੰ ਕਿਆ ਕਰਨਾ ਹਾਂ ਹੁਣ ਤੋਂ ਵੱਡਾ ਆ ਰਿਹਾ ਤਾਂ ਮਤਲਬ ਇਹ ਆ ਵੀ ਤੂੰ ਕੁਝ ਵੀ ਜਮਾ ਲੜੇਗਾ ਬਸ ਐਦਾਂ ਐਦਾਂ ਹੀ ਕਰਦੇ ਫਿਰ ਵੀ ਨਹੀਂ ਕਰੇ ਦੱਸੇ ਤੁਸੀਂ ਫਿਰ ਵੀ ਮੈਂ ਆਪਣੀ ਮਾਂ ਨੂੰ ਦੱਸਿਆ ਚਲੋ ਕੋਈ ਨਾ ਵੀ ਮੈਨੂੰ ਹੁਣ ਸਮਝ ਆਨ ਲੱਗੀ ਸੀ ਵੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਗਲਤ ਆ ਹੁਣ ਮੈਨੂੰ ਦੂਰ ਰਹਿਣਾ ਚਾਹੀਦਾ ਹਾਂ ਕਿਉਂਕਿ ਵੀ ਉਹ ਗਲਤ ਵਾ ਵੀ ਦੂਰ ਮੈਂ ਰਵਾਂ ਤਾਂ ਹੀ ਸਹੀ ਹੈ ਕਿਉਂਕਿ ਮੇਰੇ ਲਈ ਸਹੀ ਰਹੇਗਾ ਹਨਾ ਕਿਉਂਕਿ ਗੰਦਗੀ ਚ ਜਿਵੇਂ ਆਪਾਂ ਕਹਿੰਦੇ ਚਿੱਕੜ ਚ ਪੈੜ ਵਾਂਗ ਛਿੱਟੇ ਤੁਹਾਡੀ ਮੈਣੇ ਆ ਇਸ ਲਈ ਮੈਂ ਦੱਸੇ ਨਹੀਂ ਮੈਂ ਕਿ ਚਲ ਕੋਈ ਨਾ ਜੋ ਹੋ ਗਿਆ ਹੋ ਗਿਆ ਉਹ ਪਰਮਾਤਮਾ ਦੀ ਰ ਵੀ ਕਾਨੂੰ ਤੁਸੀਂ ਵਿੱਚ ਵੜਨਾ ਇਹੇ ਚੀਜ਼ਾਂ ਤੇ ਬਾਅਦ ਵਿੱਚ ਮਤਲਬ ਆ ਕੇ ਮੇਰੇ ਮਦਰ ਨੂੰ ਨੇ ਫਿਰ ਜਾ ਕੇ ਮਤਲਬ ਬੋਲਣਾ ਸ਼ੁਰੂ ਕਰਤਾ ਕਿ ਤੁਸੀਂ ਇਹਦੀ ਹਰਕਤਾਂ ਸੁਧਾਰੋ ਇਹ ਐਦਾਂ ਹੀ ਕਿਉਂ ਆ ਫਿਰ ਅੰਦਰ ਮੈਂ ਵੀ ਆਪਣੇ ਨੂੰ ਪੁੱਛਿਆ ਵੀ ਹਰਕਤਾਂ ਤਾਂ ਤੇਰੀਆਂ ਐਦਾਂ ਦੀ ਤੇਰੇ ਕਰਕੇ ਤਾਂ ਇਹ ਸਭ ਕੁਝ ਹੋ ਰਿਹਾ ਜੇ ਅੱਜ ਮੈਂ ਕੁਝ ਫੀਲ ਕੀਤਾ ਵੀ ਆ ਉਹ ਸਿਰਫ ਤੇਰੀ ਕਰਕੇ ਹੀ ਆ ਹੈਨਾ ਵੀ ਤੂੰ ਕੌਣ ਹੁੰਨਾ ਵਾ ਮੇਰੀ ਮਾਂ ਨੂੰ ਬੋਲਣਾ ਫਿਰ ਉਹਨੇ ਜਾ ਕੇ ਮੈਂ ਜਿੱਦਾ ਮੂੰਹ ਤੋੜ ਜਵਾਬ ਦਿੱਤਾ ਉਸ ਵੇ ਮੇਰੀ ਉਮਰ ਸੀਗੀ ਆਰਾਊਂਡ 13 14 ਸਾਲ ਆਪਾਂ ਹੋ ਗਏ ਆ ਉਦੋਂ ਤਾਂ ਉਦੋਂ ਬਾਅਦੋਂ ਕੀਤਾ ਤੇ ਉਹ ਜਦੋਂ ਆਮ ਲੋਕਾਂ 'ਚ ਵਿਚਰਨ ਲੱਗੇ ਕਿਉਂਕਿ 13-14 ਸਾਲ ਦਾ ਜਦੋਂ ਬੱਚਾ ਹੋ ਜਾਂਦਾ ਤਾਂ ਉਹਨੂੰ ਸਮਝ ਵੀ ਆ ਜਾਂਦੀ ਹੈ ਆਮ ਲੋਕ ਵੀ ਉਹਨੂੰ ਜੱਜ ਕਰਨ ਲੱਗ ਜਾਂਦੇ ਕਿ ਇਹਦਾ ਬਿਹੇਵੀਅਰ ਕਿਵੇਂ ਦਾ ਇਹਦੀਆਂ ਐਕਟੀਵਿਟੀਆਂ ਕਿਵੇਂ ਦੀਆਂ ਨੇ ਫਿਰ ਆਮ ਲੋਕਾਂ ਨੂੰ ਪਤਾ ਲੱਗਣ ਲੱਗਾ ਸੀ ਤੁਹਾਡੇ ਬਾਰੇ ਇੱਕ ਇੱਕ ਰੂਹ ਕੁੜੀ ਦੀ ਕੁੜੀ ਦੀ ਵਸਤੀ ਹੈ ਤੇ ਬਾਹਰ ਮੁੰਡਾ ਸਰੀਰ ਦੇ ਵਿੱਚ ਦੇਖੋ ਇਹ ਚੀਜ਼ ਪਹਿਲਾਂ ਤੋਂ ਸੀਗੀ ਪਰ ਮੈਂ ਕਿਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਅੰਦਰ ਦੱਬ ਕੇ ਰੱਖਿਆ ਸੀਗਾ ਵੀ ਕਦੀ ਕੱਢਣਾ ਹੀ ਨਹੀਂ ਹੈ ਚਲ ਮੈਨੂੰ ਲੱਗਦਾ ਸੀ ਕੋਈ ਪ੍ਰੋਬਲਮ ਹੋ ਕਿ ਬਿਮਾਰੀ ਹੋਗੀ ਸ਼ਾਇਦ ਮੈਨੂੰ ਕੁਛ ਐਦਾਂ ਸੀ ਕਿ ਜਦੋਂ ਮੇਰੇਆ ਇੱਕ ਹੋਰ ਮੇਰੀ ਮੇਰੇ ਨਾਲ ਐਦਾਂ ਦੀ ਇੱਕ ਚੀਜ਼ ਹੋਈ ਸੀ ਜਿਹਦੇ ਕਰਕੇ ਨੇ ਮੈਂ ਆਪਣੀ ਕਦੀ ਮਦਰ ਦੇ ਸਾਹਮਣੇ ਕਦੀ ਨਹਾਣਾ ਨਹੀਂ ਉਹ ਵਕ ਕੁਛ ਐਦਾਂ ਦਾ ਸੀਗਾ ਕਿ ਉਹਦੇ ਹੀ ਸਿਸਟਰ ਸੀਗੇ ਅਸੀਂ ਉੱਥੇ ਕਾਜੂ ਬਦਾਮ ਵਗੈਰਾ ਹੁੰਦੇ ਸੀ ਖਾਣੇ ਉਹਨੇ ਮੈਨੂੰ ਨਾ ਕੁਛ ਪਤਾ ਨਹੀਂ ਦੁੱਧ ਦੇ ਵਿੱਚ ਮੈਨੂੰ ਦਿੱਤਾ ਪਾ ਕੇ ਤੇ ਉਹ ਮੈਂ ਉਹਨੂੰ ਕਿਹਾ ਵੀ ਆ ਕੋੜੀ ਕੋੜਾ ਕੁਛ ਨਹੀਂ ਐ ਵੀ ਮੈਂ ਮਿੱਠਾ ਪੀਣਾ ਬਹੁਤ ਪਸੰਦ ਸੀਗਾ ਉਹਨੇ ਪਹਿਲਾਂ ਤੇ ਤਾਂ ਮੈਨੇ ਦੁੱਧ ਚ ਕੁਝ ਕੋੜਾ ਪਾ ਕੇ ਦਿੱਤਾ ਉਸ ਤੋਂ ਬਾਅਦ ਥੋੜੇ ਦਿਨ ਬਾਅਦ ਮੇਰੇ ਗਲੇ ਚ ਦਰਦ ਹੋਈ ਪਹਿਲਾਂ ਤਾਂ ਸਭ ਤੋਂ ਪਹਿਲਾਂ ਵੀ ਬਹੁਤ ਜ਼ਿਆਦਾ ਮੈਂ ਮਮਾ ਨੇ ਕਿਹਾ ਮਮਾ ਵੀ ਉਦੋਂ ਮੰਮੀ ਨਾਲ ਹੀ ਸੀਗੇ ਮੇਰੇ ਵੀ ਮਮਾ ਵੀ ਮੇਰੇ ਗਲੇ ਚ ਦਰਦ ਹੁੰਦਾ ਪਿਆ ਵਾ ਵੀ ਉਹ ਇਹ ਉਸ ਟਾਈਮ ਵੀ ਮੇਰੀ ਉਮਰ 10 ਸਾਲ ਦੀ ਸੀ ਇਸ ਤੋਂ ਪਿੱਛੇ ਜਾ ਕੇ ਜਿਹੜੀ ਹੁਣ ਆਪਣੀ ਗੱਲ ਹੋ ਰਹੀ ਹੈ ਤੇ ਮੈਂ ਕਿਹਾ ਮਮਾ ਵੀ ਮੇਰੇ ਗਲੇ ਚ ਦਰਦ ਹੁੰਦਾ ਪਿਆ ਵੀ ਕੁਝ ਦੇਖੋ ਪਿੰਡ ਵਿੱਚ ਵਿਆਹ ਤਾਂ ਰਿਹਾ ਆ ਸੀਗਾ ਅਸੀਂ ਸਾਰੇ ਉੱਥੇ ਆਏ ਹੋਏ ਸੀਗੇ ਤੇ ਮਮਾ ਕਹਿੰਦੇ ਵੀ ਕੁਝ ਨਹੀਂ ਹੁੰਦਾ ਚੱਲ ਠੀਕ ਆ ਨਿੰਬੂ ਨੂਬੂ ਖਾ ਲਾ ਵੀ ਠੀਕ ਹੋ ਜਾਏਗਾ ਤੇ ਉਹਨਾਂ ਨੇ ਮੈਨੂੰ ਰਿਸ਼ਤੇਦਾਰਾਂ ਨੇ ਫਿਰ ਮੈਨੂੰ ਕਿਹਾ ਵੀ ਚਲੋ ਇਹਨੂੰ ਨਹੀਂ ਬੁਚੋ ਚਲੋ ਬਹੁਤ ਜ਼ਿਆਦਾ ਹੀ ਦਰਦ ਹੋ ਰਿਹਾ ਸੀਗਾ ਮੈਨੂੰ ਨਹੀਂ ਪਤਾ ਸੀ ਫਿਰ ਥੋੜੇ ਦੇਰ ਬਾਅਦ ਮੇਰੇ ਪੇਟ ਸਾਂ ਲੱਗ ਗਿਆ ਕਰ ਹਾਂਜੀ ਉਸੇ ਦਰਦ ਮੇਰੇ ਪੇਟ 'ਚ ਵੀ ਹੋਣ ਲੱਗਾ ਮੈਂ ਇੱਕਦਮ ਦਰਦ ਇੰਨਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਜਦੋਂ ਮੇਰੇ ਦਰਦ ਕਾਫੀ ਜ਼ਿਆਦਾ ਵੱਧਣ ਲੱਗ ਗਿਆ ਤਾਂ ਫਿਰ ਮੈਨੂੰ ਇੱਕਦਮ ਵਾਸ਼ਰੂਮ ਦਾ ਪ੍ਰੈਸ਼ਰ ਪੈਂਦਾ ਆਪਣਾ ਤੇ ਮੈਨੂੰ ਇਹ ਚਲੋ ਮੈਂ ਜਾ ਕੇ ਮਤਲਬ ਵਾਸ਼ਰੂਮ ਕਰਿਆ ਵਾਂ ਫ੍ਰੈਸ਼ ਹੋ ਜਾ ਆਪਣਾ ਤੇ ਇੱਕਦਮ ਜਦੋਂ ਮੈਂ ਦੇਖਦਾ ਨਾ ਕਿ ਮੈਨੂੰ ਕਾਫੀ ਜ਼ਿਆਦਾ ਮਾਤਰਾ ਵਿੱਚ ਨਾ ਵੀ ਮਤਲਬ ਵਾ ਸਾਈਡ ਤੋਂ ਕਾਫੀ ਬਲੱਡ ਆ ਰਿਆ ਵਾ ਤੇ ਬਲੱਡ ਕੁਝ ਇਨਾ ਜਿੰਨਾ ਬਲੱਡ ਆ ਰਿਹਾ ਰੁਕ ਰੁਕ ਕੇ ਆ ਰਿਹਾ ਉਨੀ ਮੈਨੂੰ ਪੇਨ ਵੱਧ ਰਹੀ ਹੈ ਤੇ ਖੂਨ ਦੀਆਂ ਗੱਠਾਂ ਵੀ ਉਹਦੇ ਵਿੱਚ ਕਾਫੀ ਸੀਗੀਆਂ ਤੇ ਮੈਨੂੰ ਨਹੀਂ ਪਤਾ ਕੀ ਸੀ ਸੀਗੀਆਂ ਮੈਂ ਫਿਰ ਮੈਨੂੰ ਆਇਆ ਸੀਗਾ ਮੈਂ ਮੰਮਾ ਨੂੰ ਦੱਸਿਆ ਮੰਮੀ ਕਹਿੰਦੇ ਵੀ ਜ਼ਿਆਦਾ ਤੂੰ ਕੁਝ ਗਲਤ ਖਾ ਲਿਆ ਵਾ ਤੇ ਜਾਂ ਤੱਕ ਮੈਨੂੰ ਲੱਗਦਾ ਵੀ ਤੂੰ ਵੀ ਉਹਦੇ ਵਿੱਚ ਕੋਈ ਚੀਜ਼ ਪਈ ਹੋਈ ਹੈ ਜਿਹੜੀ ਅੰਦਰ ਤੇਰੇ ਜਾ ਕੇ ਕੋਈ ਜ਼ਹਿਰ ਜੁਰਜੀ ਬਣ ਗਈ ਹੋਣੀ ਹੈ ਤੇ ਉਦੋਂ ਥੋੜੀ ਦੇਰ ਬਾਅਦ ਚੋ ਕਹਿੰਦੇ ਚਲ ਕੋਈ ਨਾ ਕਿਉਂਕਿ ਉੱਥੇ ਪਿੰਡਾਂ ਵਿੱਚ ਤੁਹਾਨੂੰ ਪਤਾ ਵੈਦ ਬੁੱਧ ਰਾਤ ਦੇ ਸਮੇਂ ਕੋਈ ਡਾਕ ਕਿੰਨੇ ਚਿਰ ਆਪਾਂ ਸਵੇਰੇ ਦਿਖਾਵਾਂਗੇ ਹੁਣ ਠੀਕ ਆ ਥੋੜੇ ਦੇ ਬਾਅਦ ਚ ਦਰਦ ਥੋੜਾ ਘਟਣਾ ਸ਼ੁਰੂ ਹੋ ਗਿਆ ਤੇ ਇੰਦਾ ਕਰਦੇ ਕਦੇ ਰਾਤ ਦੇ ਕੁਝ 1 2 ਵਜੇ ਹੋਏ ਸੀਗੇ ਤੇ ਉਹ 1 2 ਵਜੇ ਮੈਨੂੰ ਫੇਰ ਇਦਾਂ ਹੀ ਕਰਕੇ ਮੈਨੂੰ ਵਾਸ਼ਰੂਮ ਦਾ ਮਤਲਬ ਹੁੰਦਾ ਵਾ ਤੇ ਮੈਂ ਜਾ ਕੇ ਫੇਰ ਆਪਣਾ ਮਤਲਬ ਕਰਨਾ ਸੜ ਗਿਆ ਮੈਨੂੰ ਫੇਰ ਬਲੱਡ ਆ ਰਿਹਾ ਵਾ ਉਹ ਮੈਨੂੰ ਫੇਰ ਉਦਾਂ ਹੀ ਪੇਨ ਹੋ ਰਹੀ ਐ ਉਹ ਜਦੋਂ ਪੇਨ ਵਧੇਗੀ ਮੈਂ ਕਿਹਾ ਮम्मा ਮੈਨੂੰ ਬਹੁਤ ਜ਼ਿਆਦਾ ਹੁੰਦਾ ਪਰ ਮੈਂ ਰੋਣਾ ਸ਼ੁਰੂ ਕਰਤਾ ਉੱਥੇ ਤੇ ਫਿਰ ਉਹ ਅਗਲੇ ਦਿਨ ਮੈਨੂੰ ਸਵੇਰੇ ਤੜਕੇ 5 ਤੋਂ 6 ਵਜੇ ਮੇਰੇ ਪਾਪਾ ਮੇਰੇ ਮम्मा ਤੇ ਉਹ ਮੈਨੂੰ ਲੈ ਕੇ ਆਏ ਫਿਰ ਇੱਥੇ ਚੈੱਕ ਕਰਵਾਉਂਦੇ ਨੇ ਤੇ ਉਹ ਸਕੈਨਿੰਗ ਵਗੈਰਾ ਹੁੰਦੀਆਂ ਨੇ ਮੇਰੀਆਂ ਉਹਦੇ ਵਿੱਚ ਮੇਰੇ ਡਾਕਟਰਾਂ ਨੂੰ ਕੁਝ ਨਹੀਂ ਪਤ ਲੱਗਾ ਉਹਨਾਂ ਨੇ ਇਹ ਹੀ ਕਿਹਾ ਵੀ ਇਹਨੂੰ ਕੋਈ ਦਵਾਈ ਖਵਾਈ ਗਈ ਹੈ ਤੇ ਜਾਂ ਤਾਂ ਕੁਝ ਐਦਾਂ ਦਾ ਹੋਇਆ ਹੋਵੇ ਵੀ ਕੋਈ ਗਰਮ ਚੀਜ਼ ਖਵਾਤੀ ਜਾਂ ਕਹਿੰਦੇ ਦਵਾਈ ਕਿਤੇ ਬਹੁਤ ਜ਼ਿਆਦਾ ਸਟਰੋਂਗ ਆ ਵੀ ਜਿਹਦੇ ਕਰਕੇ ਇਹਦੇ ਕਿਡਨੀਆ ਤੇ ਲੰਗਸ ਤੇ ਇਫੈਕਟ ਹੋ ਰਿਹਾ ਵਾ ਅੱਛਾ ਤੇ ਕਿਡਨੀ ਤੇ ਲੰਗਸ ਤੇ ਇਫੈਕਟ ਪੈ ਰਿਹਾ ਤੇ ਮੈਨੂੰ ਪਤਾ ਸੀਗਾ ਵੀ ਜਦ ਤੱਕ ਕੁਝ ਹੋਇਆ ਨਾ ਫਿਰ ਉਸੇ ਟਾਈਮ ਕਿ ਮੈਨੂੰ ਐ ਹੁੰਦਾ ਸੀਗਾ ਕਿ ਵੀ ਮੈਂ ਹੁਣ ਸੁਸੂ ਵੀ ਕਿਸੇ ਸਾਹਮਣੇ ਨਹੀਂ ਕਰਨਾ ਕਿਉਂਕਿ ਮੈਨੂੰ ਪਤਾ ਸੀ ਮੇਰੇ ਅੰਗ ਚ ਕੋਈ ਪ੍ਰੋਬਲਮ ਆ ਰਹੀ ਹੈ ਉਹ ਅੰਗ ਚ ਐਦਾਂ ਸੀ ਕਿ ਮੇਰੇ ਭਰਾ ਨੇ ਜਦੋਂ ਮੈਨੂੰ ਕੁੱਟਿਆ ਮਾਰਿਆ ਉਸ ਵੇਲੇ ਮੇਰੇ ਲੱਤ ਵੀ ਮਾਰੀ ਹੈ ਮੇਰੇ ਥੱਲੇ ਆਪਣੇ ਪ੍ਰਾਈਵੇਟ ਪਾਰਟ ਤੇ ਆਪਾਂ ਕਹਿੰਦੇ ਆ ਉਹਨੇ ਮੇਰੇ ਲੱਤ ਤੇ ਵੀ ਮਾਰੀ ਉੱਥੋਂ ਹੀ ਮੈਨੂੰ ਐ ਲੱਗਦੇ ਸ਼ਾਇਦ ਖੂਨ ਉਸ ਕਰਕੇ ਆ ਰਿਹਾ ਤੇ ਉਹ ਕਹਿ ਰਹੇ ਨੇ ਵੀ ਦਵਾਈ ਕਰਕੇ ਕਿਉਂਕਿ ਮੈਨੂੰ ਐ ਸੀ ਵੀ ਉਸ ਟਾਈਮ ਮੈਂ ਜੂਝ ਰਿਹਾ ਹਾਂ ਆਪਣੇ ਨਾਲ ਕਿ ਮੇਰੇ ਦਰਦ ਹੋ ਰਿਹਾ ਮੇਰੇ ਕੀ ਹੋ ਰਿਹਾ ਵਾ ਕਾਰਨ ਕੀ ਹੈ ਦਾ ਕਾਰਨ ਕੀ ਆ ਕਿਉਂਕਿ ਪਤਾ ਹੈ ਹੀ ਨਹੀਂ ਕੁਝ ਵੀ ਸੱਟ ਵੱਜਣ ਕਰਕੇ ਹੋ ਰਿਆ ਵਾ ਤਾਂ ਕਰਕੇ ਫਿਰ ਐਦਾਂ ਐਦਾਂ ਆਪਣੇ ਅੰਦਰ ਹੀ ਅੰਦਰੋਂ ਪਤਾ ਨਹੀਂ ਲੱਗਿਆ ਦਰਦ ਫਿਰ ਮੈਨੂੰ ਉਹਨਾਂ ਨੇ ਇੰਜੈਕਸ਼ਨਸ ਲਾਦਿਆ ਕਰਨੀ ਮੈਡੀਸਿਨਸ ਵਗੈਰਾ ਦੇਦਿਆ ਕਰਨੀਆਂ ਤੇ ਹੌਲੀ 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 ਫਿਰ ਸਕੈਨਿੰਗ ਵਗੈਰਾ ਕਹਿੰਦੇ ਵੀ ਕਿਡਨੀ ਵਿੱਚ ਸੋਜਿਸ਼ ਐ ਕਹਿੰਦੇ ਵੀ ਜੇ ਨਾ ਇਹਦਾ ਕੁਝ ਕੀਤਾ ਜਾਵੇ ਤਾਂ ਕਿੰਨੀ ਫੇਲਿਅਰ ਦਾ ਵੀ ਡਰ ਐ ਤੇ ਉਹ ਕਦੀ ਵੀ ਨਾ ਉਹਨਾਂ ਨੇ ਮੇਨ ਚੀਜ਼ ਤੇ ਤਾਂ ਕਦੀ ਫੋਕਸ ਹੀ ਨਹੀਂ ਕੀਤਾ ਜੋ ਸੀਗਾ ਨੀਚੋਂ ਤੇ ਕਿਉਂਕਿ ਲੱਤ ਵਜਨ ਕਰਕੇ ਕੁਝ ਖੂਨ ਦੇ ਗੱਠਾ ਬਣ ਜਾਂਦੇ ਨੇ ਥੱਲੇ ਹਨਾ ਕੁਝ ਐਦਾਂ ਦਾ ਜਿਹਦੇ ਕਰਕੇ ਆਪਾਂ ਨੂੰ ਕੋਈ ਪ੍ਰੋਬਲਮਸ ਆਉਂਦੀਆਂ ਨੇ ਪ੍ਰੋਬਲਮਸ ਵੀ ਕੁਝ ਐਦਾਂ ਹੌਲੀ ਹੌਲੀ ਫਿਰ ਚਲੋ ਮੈਂ ਉਹਨਾਂ ਨੂੰ ਮੈਨੂੰ ਪਤਾ ਸੋਣੇ ਐਦਾਂ ਦਾ ਵਾ ਬੰਦਾ ਮੇਰੇ ਕੋਲੇ ਬਹਿਣਾ ਹੀ ਨਹੀਂ ਹੈ ਉੱਥੇ ਦੀ ਮੈਂ ਬਿਲਕੁਲ ਹੀ ਬਾਈਕਾਟ ਕਰਤਾ ਉਹਦੇ ਨਾਲ ਗੱਲ ਕਰਨੀ ਵੀ ਮੈਂ ਕਦੀ ਜ਼ਿੰਦਗੀ ਚ ਨਹੀਂ ਬੁਲਾਣਾ ਵੀ ਐਦਾਂ ਵਾ ਹੁਣ ਮੇਰੀ ਉਮਰ ਵੀ ਵੱਧਦੀ ਜਾ ਰਹੀ ਹੈ ਮੈਂ ਸਾਰਿਆਂ ਨਾਲ ਕਰਤਾ ਸਾਡੀ ਕੁਝ ਲੜਾਈਆਂ ਹੋ ਗਈਆਂ ਸੀ ਉਹਨਾਂ ਨਾਲ ਬਿਲਕੁਲ ਗੱਲਬਾਤ ਕਰਨੀ ਬੰਦ ਕਰਤੀ ਤੇ ਜਦੋਂ ਉਹ ਕੇ ਬੰਦ ਕੀਤੀ ਸਾਲ 2 ਸਾਲ 5 ਸਾਲ ਐਦਾਂ ਹੀ ਕਰਦੇ ਕਹਦੇ ਹੁਣ ਮੇਰੀ ਉਮਰ ਹੋ ਗਈ ਸੀ 16 17 ਸਾਲ ਹੁਣ ਮੇਰੀ ਕਲਾਸ ਵੀ 10ਵੀਂ 11ਵੀਂ ਮੇਰੇ ਇਲਾਜ ਚੱਲ ਰਿਹਾ ਹੁਣ ਤੱਕ 1 ਸਾਲ 2 ਸਾਲ ਦੇ ਅੰਦਰ ਸਭ ਠੀਕ ਵੀ ਹੋ ਗਿਆ ਤੇ ਜਦੋਂ ਸਭ ਕੁਝ ਹੋਉਣ ਤੋਂ ਬਾਅਦ ਚਾ ਆਪਣਾ ਇਮੀਡੀਏਟਲੀ ਫੇਰ ਅਸੀਂ ਇਕੱਠੇ ਹੁੰਨੇ ਆ ਉਦੋਂ ਫਿਰ ਮੈਨੂੰ ਉਹਨੇ ਫਿਰ ਜ਼ਿਆਦਾ ਟਾਂਚ ਮਾਰਨੀ ਕਰਤੇ ਹੁਣ ਤਾਂ ਨੇ ਆਈਬ੍ਰੋਜ਼ ਵੀ ਬਣਾ ਲਏ ਨੇ ਮੇਰੇ ਮਦਰ ਨੂੰ ਕਹਿਣਾ ਵੀ ਉਹ ਤੋਂ ਰੋਕਦੀ ਕਾ ਤੋ ਨਹੀਂ ਹੈਗੀ ਵੀ ਇਹਦੇ ਆਈਬ੍ਰੋਜ਼ ਬਣੇ ਹੋਏ ਨੇ ਇਹ ਹੁਣ ਜ਼ਿਆਦਾ ਕਰਨਾ ਸਟਾਰਟ ਕਰਦਾ ਮਮੀ ਕਹਿੰਦੀ ਕਿਤੇ ਗੇਟਾ ਨਹੀਂ ਹੈ ਫਿਰ ਉਹਨੇ ਮੈਂ ਕੀ ਕਰਨਾ ਉਸ ਟਾਈਮ ਸੈਕਸ਼ਨ 377 ਦਾ ਰੂਲ ਰੈਗੂਲੇਸ਼ਨ ਦੀਆਂ ਗੱਲਾਂ ਹੁੰਦੇ ਸੀ ਜਿਹੜਾ ਗੇ ਮੈਰिज ਐਕਟ ਵਗੈਰਾ ਦੇ ਟੀਵੀ ਤੇ ਸ਼ੋਅ ਆਉਂਦੇ ਹੁੰਦੇ ਸੀ ਕਾਫੀ ਫਿਰ ਮੈਨੂੰ ਸ਼ਰਮ ਆਇਆ ਕਰਨੀ ਮੈਂ ਅੰਦਰੇ ਅੰਦਰ ਫਿਰ ਮੈਂ ਕਹਿਣਾ ਵੀ ਆਹ ਚੀਜ਼ ਕੀ ਹੈ ਕਿਤੇ ਮੈਂ ਸੱਚੀ ਚਤਾਨੀ ਐ ਕਿਉਂਕਿ ਮੈਨੂੰ ਹਲੇ ਵੀ ਨਹੀਂ ਪਤਾ ਉਮਰ ਮੇਰੀ ਹੈ ਕਿ ਉਸ ਟਾਈਮ ਵੀ ਕਿਤੇ ਮੈਂ ਸੱਚੀ ਚਤਾਨੀ ਐ ਫਿਰ ਮੈਨੂੰ ਕੁਝ ਐਪੀਸੋਡ ਸ਼ੋਅਸ ਇਦਾਂ ਹੁੰਦੇ ਸੀਗੇ ਸਾਲ 2000 ਇਹ ਗੱਲ ਹੈਗੀ 2008 ਦੀ ਸ਼ੋਜ਼ ਆਉਂਦੇ ਹੁੰਦੇ ਸੀ ਉਹਦੇ ਉੱਤੇ ਇੱਕ ਕਿਸੇ ਦੀ ਡਾਕੂਮੈਂਟਰੀ ਜਿੱਦਾਂ ਅੱਜ ਮੇਰੀ ਹੋ ਰਹੀ ਹੈ ਇਦਾਂ ਕਿਸੇ ਦੀ ਡਾਕੂਮੈਂਟਰੀ ਸੀਗੀ ਦਿਖਾਏਗੀ ਕਹਿੰਦੇ ਇਹਦੇ ਵਿੱਚ ਪੱਕਾ ਕੋਈ ਆ ਚੀਜ਼ ਵੈਨ ਉਹ ਆ ਦਿਖਾਓ ਤੇ ਸ਼ੋਜ਼ ਦਾ ਨਾਮ ਕੁਛ ਸੀਗਾ ਹਮ ਸਤਵੇਂ ਵਜੇ ਤੇ ਤੇ ਉਹਦੇ ਉੱਤੇ ਉਹਨਾਂ ਦੇ ਸ਼ੋਜ਼ ਦੇ ਸਤਵੇਂ ਵਜੇ ਤੇ ਉੱਤੇ ਸ਼ੋਜ਼ ਆਂਦਾ ਹੁੰਦਾ ਮੇਰੀ ਮੰਮਾ ਨੂੰ ਆ ਕੇ ਗਿਆ ਵੀ ਆ ਚ ਫਿਰ ਅੰਦਰ ਮੈਨੂੰ ਉਸ ਦਿਨ ਮੈਨੂੰ ਸਮਝ ਆਇਆ ਕਿ ਜੋ ਹਰਕਤ ਤੂੰ ਮੇਰੇ ਨਾਲ ਕੀਤੀ ਆ ਉਹੀ ਤੋਂ ਮੈਨੂੰ ਕਹਿ ਰਹੇ ਕਿ ਮੇਰੀ ਗਲਤੀ ਗਲਤੀ ਤੇਰੀ ਆਪਦੀ ਹੈ ਉਹ ਮੇਰਾ ਕਸੂਰ ਨਹੀਂ ਹੈ ਅਸ ਆਪਣੇ ਸਕੂਲਿੰਗ ਆਪਣੀ ਸਕੂਲਿੰਗ ਸਟਾਰਟ ਕਰਤੀ ਪੰਜਾਬੀ ਯੂਨੀਵਰਸਿਟੀ ਤੋਂ ਮਦੇਮ ਮਦਰ ਨੇ ਮੈਨੂੰ ਉੱਥੇ ਪਾਤਾ ਵੀ ਚਲ ਕੋਈ ਨਾ ਮੈਂ ਹੌਸਪਿਟੈਲਿਟੀ ਮੈਨੇਜਮੈਂਟ ਵਿੱਚ ਮੈਂ ਡਿਗਰੀ ਲਿੱਤੀ ਹੈ ਉੱਥੇ ਮੈਨੂੰ ਉਹਨਾਂ ਨੇ ਪਾਇਆ ਤੇ ਮੈਂ ਕਿਹਾ ਚਲੋ ਮੈਂ ਹੌਸਪਿਟੈਲਿਟੀ ਕਰਨੀ ਹੈ ਚਲੋ ਕਹਿੰਦੇ ਕੋਈ ਨਾ ਕਰ ਲਾ ਤੇ ਉੱਥੇ ਜਾ ਕੇ ਫਿਰ ਮੈਂ ਆਪਣੇ ਫਰੈਂਡਸ ਨਾਲ ਸ਼ੇਅਰ ਕੀਤਾ ਵੀ ਏਦਾਂ ਏਦਾਂ ਕਰਕੇ ਨਾ ਮੈਨੂੰ ਕੋਈ ਪ੍ਰੋਬਲਮ ਆ ਵੀ ਤੂੰ ਦੇਖ ਵੀ ਏਦਾਂ ਕਿਉਂ ਕਹਿੰਦੇ ਯਾਰ ਤੂੰ ਉਹਨਾਂ ਨੇ ਵੀ ਮਨਟਾਂਚ ਮਾਰਿਆ ਕਿ ਨਹੀਂ ਪਰ ਮੈਨੂੰ ਸਮਝਦੇ ਹੁੰਦੇ ਸੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਅੱਜ ਦਾ ਸਮਾਜ ਸਮਝ ਕੁਝ ਲੋਕ ਹੁੰਦੇ ਤੁਹਾਨੂੰ ਸਪੋਰਟ ਨਹੀਂ ਕਰਦੇ ਹਨਾ ਅਜਰਾ ਸਮਾਂ ਤੁਹਾਨੂੰ ਸਮਝਦਾ ਉਹਨਾਂ ਨੇ ਮੈਨੂੰ ਵਿੱਚ ਲੈਣ ਸਪੋਰਟ ਕਰਨਾ ਵਿੱਚ ਵਿੱਚ ਹੱਸਦੇ ਵੀ ਹੁੰਦੇ ਸੀ ਮੇਰੇ ਵੱਲ ਤੇ ਫਿਰ ਵੀ ਅੰਦਰ ਦੱਬਿਆ ਹੀ ਹੋਇਆ ਸੀ ਮੈਂ ਖੁੱਲ ਕੇ ਹਜੇ ਤੱਕ ਵੀ ਨਹੀਂ ਆਇਆ ਸੀ ਜਿਵੇਂ ਮੈਂ ਅੱਜ ਆ ਤੇ ਐਵੇਂ ਹੋਣ ਤੋਂ ਬਾਅਦ ਚੋਂ ਮੈਂ ਆਪਣੇ ਸਾਰਾ ਫਿਰ ਮੈਂ ਆਹੀ ਜੋ ਘਟਨਾ ਮੈਂ ਆਪਣੇ ਫਰੈਂਡ ਨੂੰ ਦੱਸੀ ਉਹਨੇ ਮਤਲਬ ਉਹਦੀ ਵੀ ਅੱਖਾਂ ਹੰਝੂ ਭਰੀਆਂ ਆਈਆਂ ਉਹ ਕਹਿੰਦੇ ਯਾਰ ਤੇਰੇ ਨਾਲ ਕੀ ਜੀ ਹੋਇਆ ਤੂੰ ਕਦੀ ਹਲੇ ਤੱਕ ਮਦਰ ਨੂੰ ਨਹੀਂ ਦੱਸਿਆਗਾ ਜਾਂ ਤੋਂ ਇਸ ਚੀਜ਼ ਦੇ ਉੱਤੇ ਕੋਈ ਐਕਸ਼ਨ ਨਹੀਂ ਲਿੱਤਾ ਜਾਂ ਕੁਝ ਵੀ ਮੈਨਾਂ ਨੇ ਇਹ ਕਿਹਾ ਵੀ ਉਹ ਕੱਲਾ ਕੱਲਾ ਹੈ ਮੇਰੀ ਮੰਮਾ ਮਨਾ ਕਰਦੇ ਨੇ ਵੀ ਆਪਾਂ ਕਿਸੇ ਦੀ ਫੈਮਿਲੀ ਦੇ ਖਿਲਾਫ ਨਹੀਂ ਜਾਣਾ ਚੱਲ ਜੋ ਹੋ ਗਿਆ ਹੋ ਗਿਆ ਵੀ ਮੈਂ ਹੁਣ ਮਮਦਰ ਨੂੰ ਦੱਸਿਆ ਇਹ ਹੀ ਹੈ ਕਿ ਜਦੋਂ ਮੇਰੇ ਨਾਲ ਚੀਜ਼ਾਂ ਹੋਈਆਂ ਫਿਰ ਮੈਂ ਆਪਣੇ ਫਰੈਂਡਸ ਨੂੰ ਦੱਸਿਆ ਕਹਿੰਦੇ ਵੀ ਜਦ ਤੱਕ ਕੋਈ ਪ੍ਰੋਬਲਮ ਸੀ ਕਿ ਤੂੰ ਅਜੇ ਤੱਕ ਇਹਦਾ ਮਤਲਬ ਕੋਈ ਸੋਲੂਸ਼ਨ ਲਿੱਤਾ ਮੈਂ ਵੀ ਐਦਾਂ ਕਿਉਂ ਕਿਉਂਕਿ ਮੈਂ ਹਮੇਸ਼ਾ ਨਾਲ ਇੱਕ ਸੈਪਰੇਟ ਪੀਸੀ ਲੈ ਕੇ ਰਹਿਣਾ ਸਟਾਰਟ ਕੀਤਾ ਸੀ ਜਦੋਂ ਮੇਰੀ ਕਾਲਜ ਸਟਾਰਟ ਹੋਈ ਪੰਜਾਬੀ ਯੂਨੀਵਰਸਿਟੀ ਤੋਂ ਮੈਨੂੰ ਹੁੰਦਾ ਸੀ ਮੈਂ ਕਦੀ ਹੋਸਟਲ ਲਾਈਫ 'ਚ ਨਾ ਜਾਵਾਂ ਕਿਉਂਕਿ ਮੈਨੂੰ ਉਹਨਾਂ ਦੇ ਵਿੱਚ ਨਹਾਣਾ ਮੁੰ ਤੇ ਮੇਰੇ ਇੱਕ ਦੋ ਫਰੈਂਡਸ ਹੁੰਦੇ ਸੀ ਕਾਫੀ ਅੱਛੇ ਉਹਨਾਂ ਨੇ ਮੈਂ ਦੱਸਿਆ ਇੰਦਾ ਕਰਕੇ ਕਹਿੰਦੇ ਤੂੰ ਮਦਰ ਨਾਲ ਗੱਲ ਕੀਤੀ ਕਦੀ ਆਪਣੇ ਵੀ ਇੱਧਰ ਕੋਈ ਪ੍ਰੋਬਲਮ ਹੈ ਕਿ ਨਹੀਂ ਕਹਿੰਦੇ ਅੱਜ ਦੱਸ ਜਾ ਕੇ ਜੇ ਹੋਣਾ ਨਾ ਦੱਸਿਆ ਫਿਰ ਕਦੀ ਨਹੀਂ ਦੱਸਿਆ ਕੁਝ ਤਾਂ ਸੋਲੂਸ਼ਨ ਕਰਨਗੇ ਤੇਰਾ ਤੇ ਮੈਂ ਕਿਹਾ ਯਾਰ ਮੈਨੂੰ ਫੀਲਿੰਗਸ ਜੁੜ ਰਿਹਾ ਇੰਦਾ ਦੀਆਂ ਹੈਗੀਆਂ ਪਰ ਮੈਂ ਕਿਹਾ ਯਾਰ ਬਟ ਮੈਂ ਚਾਹਤ ਨਹੀਂ ਮੈਂ ਇੰਦਾ ਖੁੱਲ ਕੇ ਆਵਾ ਕਦੀ ਹਨਾ ਵੀ ਮੈਂ ਐ ਹੀ ਰਹਿਣਾ ਵਾ ਵੀ ਚਲੋ ਕੋਈ ਨਾ ਕਹਿੰਦੇ ਫਿਰ ਤੇਰੀ ਕੱਲ ਮੈਰिज ਵੀ ਹੋਣੀ ਆ ਵੀ ਕੀ ਕਰੇਗਾ ਉਸ ਟਾਈਮ ਮੈਂ ਕਿਹਾ ਹਲੇ ਕੁਝ ਨਹੀਂ ਦੇਖਿਆ ਮੈਂ ਕਿਹਾ ਪਹਿਲਾਂ ਕੁਝ ਬੰਨਣਾ ਤੇ ਐਂ ਕਰਦੇ ਕਰਦੇ ਮੈਂ ਜਦੋਂ ਛੁੱਟੀਆਂ ਕਾਲਜ ਦੀਆਂ ਵੀ ਹੋਈਆਂ ਮੈਂ ਘਰੇ ਆ ਕੇ ਆਪਣੇ ਮੰਮਾ ਨੂੰ ਫਸਟ ਟਾਈਮ ਦੱਸਿਆ ਕਿ ਮੰਮਾ ਮੇਰੇ ਨਾਲ ਇਦਾਂ ਦਾ ਕਰਕੇ ਬਚਪਨ ਚ ਕੋਈ ਇਨਸੀਡੈਂਟ ਹੋਏ ਸਕੇ ਵੀ ਆ ਚੀਜ਼ਾਂ ਦੀ ਪ੍ਰੋਬਲਮ ਹੈ ਜਿਹਦੇ ਕਰਕੇ ਮੈਨੂੰ ਹੁਣ ਬਹੁਤ ਚੀਜ਼ਾਂ ਫੇਸ ਕਰ ਰਹੇ ਮੇਰੇ ਵਿੱਚ ਹਾਰਮੋਨਲ ਚੇਂਜਸ ਆ ਰਹੇ ਨੇ ਤੇ ਮੇਰੇ ਮਦਰ ਕਹਿੰਦੇ ਵੀ ਕੀ ਹੋਇਆ ਕਿ ਫਿਰ ਮੈਂ ਸਾਰਾ ਆਪਣਾ ਦੁੱਖ ਲੱਜੋ ਮੈਂ ਤੁਹਾਨੂੰ ਉਹਨਾਂ ਨੂੰ ਦੱਸਿਆ ਵਾ ਮੈਂ ਆਪਣੇ ਬ੍ਰਦਰ ਬਾਰੇ ਜਾਂ ਆਪਣੇ ਉਹ ਰਿਲੇਟਿਵਸ ਦੇ ਬੇਟੇ ਬਾਰੇ ਮੈਂ ਸਭ ਦੱਸਿਆ ਮੇਰੇ ਮੰਮਾ ਉਸ ਟਾਈਮ ਰੋਣਾ ਉਹਨਾਂ ਨੇ ਹੰਬੇ ਮਾਰ ਮਾਰ ਰੋਣਾ ਸਟਾਰਟ ਕਰਤਾ ਵੀ ਤੂੰ ਮੈਨੂੰ ਪਹਿਲਾਂ ਕਹਤੋਂ ਦੱਸਿਆ ਤੇਰੇ ਨਾਲ ਇੰਨਾ ਕੁਝ ਹੋ ਰਿਹਾ ਸੀਗਾ ਤੂੰ ਇੰਨਾ ਕੁਝ ਦਰਦ ਸਿਆ ਵਾ ਤਾਂ ਸਾਨੂੰ ਪਹਿਲਾਂ ਦੱਸਣ ਦਾ ਸੀ ਉਸ ਚੀਤੇ ਰੋਕ ਲੰਦੇ ਮੈਂ ওই ਚੀਜ਼ ਕਿ ਮੈਂ ਕਿਹਾ ਮਮਾ ਤੁਸੀਂ ਉਹਨਾਂ ਦੇ ਵਿੱਚ ਬਹੁਤ ਸੀਗੇ ਵੀ ਤੁਸੀਂ ਉਹਨਾਂ ਨਾਲ ਬਹੁਤ ਪਿਆਰ ਕੀਤਾ ਵਾ ਮੈਂ ਕਦੀ ਏਸ ਇਸ ਲਈ ਨਹੀਂ ਦੱਸਿਆ ਕਿ ਮੇਰੀ ਗਲਤੀਆਂ ਸੀਗੀਆਂ ਹਨਾ ਵੀ ਆਪਾਂ ਮੈਨੂੰ ਹੀ ਸੁਧਰਨਾ ਸੀ ਮੈਂ ਕਿਹਾ ਮੈਂ ਸੁਧਰਨ ਦੀ ਕੋਸ਼ਿਸ਼ ਕੀਤੀ ਮੈਂ ਵਾਲ ਵੀ ਕਟਵਾਤੇ ਵੀ ਚਲ ਹੁਣ ਚੇਂਜ ਹੋਏ ਸਨਗੇ ਮੇਬੀ ਵਾਲਾਂ ਦੇ ਕਰਕੇ ਹੀ ਹੋ ਰਿਹਾ ਹਨਾ ਤੇ ਫਿਰ ਮੈਨੂੰ ਸਾਰਾ ਕੁਝ ਪਤਾ ਲੱਗਿਆ ਫਿਰ ਅਸੀਂ ਦੁਆਰ ਤੋਂ ਮਤਲਬ ਮੈਡੀਕਲ ਵਾਸਤੇ ਕੀਤਾ ਉਹੀ ਜਦੋਂ ਟੈਸਟ ਵਗੈਰਾ ਕਰਵਾਏਗੇ ਮੈਂ ਆਪਣੇ ਮੰਮਾ ਨੂੰ ਫਿਰ ਮੈਂ ਦੱਸਿਆ ਤੇ ਮੰਮਾ ਨੇ ਮਤਲਬ ਕੁਝ ਵੀ ਹੁਣਾ ਉਹਨੇ ਦਿਖਾਇਆ ਨਹੀਂ ਕਿਉਂਕਿ ਮੈਡੀਕਲ ਚ ਸੀ ਉਦੋਂ ਤੱਕ ਮਤਲਬ ਮੈਂ ਆਪਣੀ ਮੰਮਾ ਨੂੰ ਉਸ ਚੀਜ਼ ਬਾਰੇ ਨਹੀਂ ਸੀ ਦੱਸਿਆ ਤੇ ਜਦੋਂ ਟੈਸਟ ਵਗੈਰਾ ਮੰਮੀ ਨੇ ਉਹਨਾਂ ਨੂੰ ਦਿਖਾਏ ਤੇ ਉਹਨੇ ਇੱਕੋ ਚੀਜ਼ ਕਹਿੰਦੇ ਕੋਈ ਗੱਲ ਨਹੀਂ ਵੀ ਹਾਂਜੀ ਉਸੇ ਸੈਕਸ਼ਨ ਉਹ ਦਿਖਾਏ ਕਿਉਂਕਿ ਮੈਡੀਕਲ ਚ ਸੀ ਉਹ ਮੈਡੀਕਲ ਲਾਈਨ ਦੇ ਵਿੱਚ ਸੀ ਤੇ ਉਸੇ ਸੈਕਸ਼ਨ ਨੇ ਮੇਰੀ ਮੰਮਾ ਨੂੰ ਇਹ ਕਿਹਾ ਕਹਿੰਦੇ ਕੋਈ ਨਾ ਅੱਜ ਨਹੀਂ ਹੈ ਤੁਹਾਨੂੰ ਅੱਗੇ ਜਾ ਕੇ ਪਤਾ ਲੱ ਨੇ ਉਸ ਟਾਈਮ ਕਹਿੰਦੇ ਅੱਗੇ ਜਾ ਕੇ ਕੀ ਪਤਾ ਲੱਗੇਗਾ ਵੀ ਐਸਾ ਵੀ ਕੀ ਹੋਇਆ ਹਨਾ ਵੀ ਤੂੰ ਮੈਨੂੰ ਹੁਣੇ ਦੱਸ ਦੇ ਤੇ ਕਹਿੰਦੇ ਕੁਝ ਨਹੀਂ ਕਹਿੰਦੇ ਸਭ ਨਾਰਮਲ ਹੈ ਰਿਪੋਰਟਸ ਵੀ ਅੱਗੇ ਜਾ ਕੇ ਪਤਾ ਲੱਗੇਗਾ ਹੁਣ ਉਸ ਤੋਂ ਬਾਅਦ ਤੋਂ ਮੈਂ ਅੰਦਰ ਜਿਹੜਾ ਵੀ ਸੰਦਰ ਆਪਣੇ ਅੰਦਰ ਬਿਲਕੁਲ ਦੱਬ ਕੇ ਰੱਖਿਆ ਆਇਆ ਸੀਗਾ ਫਿਰ ਮੈਂ ਅੱਗੇ ਜਾ ਕੇ ਮੈਂ ਕਿਹਾ ਮਮਾ ਪਾ ਉਹਨਾਂ ਨਾਲ ਬੋਲਣਾ ਮੈਂ ਕਹਿੰਦੇ ਦੱਸ ਖਾ ਤੂੰ ਨਹੀਂ ਬੋਲਣਾ ਫਿਰ ਮੈਂ ਸਭ ਕੁਝ ਆਹੀ ਚੀਜ਼ਾਂ ਮੈਂ ਮੰਮੀ ਨੂੰ ਦੱਸੀਆਂ ਤੇ ਉਸ ਤੋਂ ਬਾਅਦ ਫਿਰ ਮੇਰੇ ਮਮਾ ਸਮਝ ਗਏ ਕਹਿੰਦੇ ਕੋਈ ਨਾ ਫਿਰ ਅੱਜ ਜਦੋਂ ਹੁਣ ਸਾਡੀ ਗੱਲਾਂ ਦੇ ਫਿਰ ਮਮਾ ਮੈਨੂੰ ਇਹ ਕਹਿੰਦੇ ਕਹਿੰਦੇ ਉਸ ਟਾਈ ਤੇ ਫਿਰ ਅੱਗੇ ਜਦੋਂ ਕਾਲਜ ਯੂਨੀਵਰਸਿਟੀਾਂ 'ਚ ਜਾਂਦੇ ਹੋਂ ਤੇ ਜਦੋਂ ਆਮ ਬੱਚਾ ਬਾਕੀਆਂ ਤੋਂ ਅਲੱਗ ਹੁੰਦਾ ਤੇ ਉਦੋਂ ਵੀ ਬਹੁਤ ਕੁਸ਼ ਚ ਲੈਣਾ ਪੈਂਦਾ ਕਦੇ ਹੋਰ ਨਜ਼ਰੀਏ ਨਾਲ ਲੋਕ ਦੇਖਦੇ ਆ ਬਹੁਤ ਕੁਝ ਪਿੱਠ ਪਿੱਛੇ ਬੋਲਦੇ ਆ ਹੋਈਆਂ ਨੇ ਅਸੀਆਂ ਗੱਲਾਂ ਅਕਸਰ ਉਸ ਟਾਈਮ ਮੈਂ ਬਿਲਕੁਲ ਬॉय ਲੁੱਕ 'ਚ ਸੀ ਹੁਣ ਤੱਕ ਵੀ ਮੈਂ ਬॉय ਲੁੱਕ 'ਚ ਸੀ ਕਾਲਜ ਜਾਣ ਤੱਕ ਵੀ ਇੰਨਾ ਕੁਝ ਪਤਾ ਨਹੀਂ ਹੁੰਦਾ ਸੀ ਬਟ ਕਹਿੰਦੇ ਨੇ ਹਾਉ ਪਾਉ ਆਪਣੇ ਲੱਛਣ ਜਿਹੜੇ ਹੁੰਦੇ ਨੇ ਤੁਹਾਨੂੰ ਦੂਜਿਆਂ ਤੋਂ ਵੱਖ ਬਣਾਉਂਦੇ ਨੇ ਜਿਹੜੇ ਉਹ ਸਟਿਲ ਆਪਣੇ ਅੰਦਰ ਹੁੰਦੇ ਨੇ ਤੇ ਉਹ ਚੀਜ਼ਾਂ ਕੁਝ ਐਦਾਂ ਹੁੰਦੀਆਂ ਸੀਗੀਆਂ ਕਿ ਮੈਨੂੰ ਫਰੈਂਡਸ ਨੇ ਕਹਿਣਾ ਤੂੰ ਗ ਤੂੰ ਟੈਂਪੂ ਤਾਂ ਨਹੀਂ ਤੂੰ ਆ ਤਾਂ ਨਹੀਂ ਕੁਝ ਐਸੇ ਗੰਦੇ ਸ਼ਬਦ ਜੋ ਆਪਾਂ ਨਾ ਸੁੰਨਾ ਵੀ ਪਸੰਦ ਨਹੀਂ ਕਰ ਕੋਈ ਕੋੜੇ ਸ਼ਬਦ ਜਿਹੜੇ ਹੁੰਦੇ ਨਾ ਜਿਹੜੇ ਤੁਹਾਡੇ ਕੰਨਾਂ 'ਚ ਖੋਣ ਗਏ ਫਿਰ ਉਸ ਟਾਈਮ ਮੇਰੇ ਕਈ ਵਾਰ ਆਉਂਦਾ ਵੀ ਯਾਰ ਇਸ ਬੰਦੇ ਨੂੰ ਨਾ ਖਤਮ ਵੀ ਕਰ ਦੋ ਵੀ ਬਚਪਨ 'ਚ ਵੀ ਇਹ ਹੀ ਸੁਣਿਆ ਹੁਣ ਵੀ ਸੁਣਿਆ ਹਾਲੇ ਤੱਕ ਇਹ ਸਾਰੀ ਖਤਮ ਹੀ ਨਹੀਂ ਹੁੰਦੀਆਂ ਪਈਆਂ ਹਨਾ ਤੇ ਫਿਰ ਚਲੋ ਕਿਤਨਾ ਕਿਤੇ ਦੁੱਖ ਵੀ ਸੀ ਕਿਤਨਾ ਕਿਤੇ ਹਾਸਾ ਵੀ ਆਣਾ ਵੀ ਤੂੰ ਤਾਂ ਇੱਕ ਕਾਰਟੂਨ ਹੀ ਐ ਵੀ ਸਾਰੀ ਜ਼ਿੰਦਗੀ ਤੂੰ ਸਹੀ ਹੀ ਐ ਤੇ ਫਿਰ ਉਦੋਂ ਬਾਅਦ ਕਦੇ ਐਸਾ ਵਕਤ ਵੀ ਆਉਂਦਾ ਕਿ ਕਦੇ ਕਾਲਜ ਦੇ ਵਿੱਚ ਵੀ ਮਾੜਾ ਕੁਛ ਕਰਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਹੋਵੇ? ਨਹੀਂ। ਕਾਲਜ ਦੇ ਵਿੱਚ ਦੇਖੋ ਅਕਸਰ ਐਦਾਂ ਤਾਂ ਕੋਈ ਹੋਇਆ ਨਹੀਂ ਬਟ ਬਿਲਕੁਲ ਕਹਿੰਦੇ ਨੇ ਕਿ ਦੁਨੀਆਂ ਵਿੱਚ ਸਖਸ਼ ਕਾਫੀ ਅੱਧਾ ਦੇ ਹੁੰਦੇ ਨੇ। ਟਰਾਈ ਬਹੁਤ ਲੋਕੀ ਕਰਦੇ ਨੇ ਹਨਾ ਬਟ ਨਹੀਂ ਐਦਾਂ ਦੇ ਟਾਈਮ ਦੇ ਵਿੱਚ ਕਦੀ ਨਿਕਲਣਾ ਨਹੀਂ ਪਿਆ। ਪਰ ਮੈਨੂੰ ਇਹ ਸਮੇਂ ਹਮੇਸ਼ਾ ਬੁਆਏਰ ਦੇ ਲੁੱਕ 'ਚ ਮੈਨੂੰ ਕਹਿੰਦੇ ਸੀ ਵੀ ਚੱਲੇ ਤਾਂ ਨੇਚਰ ਹੀ ਐਦਾਂ ਦਾ ਵਾ ਜਿੱਥੇ ਮੇਰੇ ਫਰੈਂਡਸ ਨੇ ਯੂਨੀਵਰਸਿਟੀ ਜਿਹੜੀ ਆਪਣੀ ਹੁੰਦੀ ਸੀ ਉੱਥੇ ਮੋਟਰਸਾਈਕਲ 'ਤੇ ਘੁੰਮਣਾ ਕਰਨਾ ਉਹਨਾਂ ਨੇ ਦੇਖਿਆ ਕਰਨਾ ਵੀ ਚੱਲ ਆਪਾਂ ਕੁੜੀਆਂ ਛੇੜਾਂ ਚੱਲੀਏ ਮੈਂ ਉੱਥੇ ਆ ਆਬਵੀਅਸਲੀ ਮੈਂ ਅੱਜ ਵੀ ਨਹੀਂ ਆ ਮੈਨੂੰ ਇੰਟਰਸਟ ਮੈਂ ਕਿ ਸਿੱਧੀ ਗੱਲ ਕਹਾਂ ਉਹਨਾਂ ਨੇ ਕੁੜੀਆਂ ਦੇਖਿਆ ਕੰਨੀ ਮੈਂ ਉੱਤ ਵਿੱਚ ਬਹਿ ਜਾ ਕਹਿੰਨਾ ਮੈਂ ਬੋਤਾਂਗਾ ਇਦਾਂ ਕਹਿੰਨਾ ਯਾਰ ਤੂੰ ਦੇਖਦਾ ਨਹੀਂ ਤੂੰ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਮੈਂ ਕਿ ਯਾਰ ਮੈਨੂੰ ਪਸੰਦ ਨਹੀਂ ਵੀ ਮੇਰਾ ਜਸਟ ਪੜਾਈ ਵੱਲ ਧਿਆਨ ਹੈ ਤੇ ਉਹ ਬਸ ਉਹਨਾਂ ਨੇ ਫੇਰ ਮੇਰੇ ਤੇ ਹੱਸ ਪਿਆ ਕਰਨਾ ਵੀ ਤੂੰ ਕੁਛ ਤੈ ਤੋ ਦੱਸ ਸਾਨੂੰ ਵੀ ਮੈਂ ਕਿ ਨਹੀਂ ਯਾਰ ਮੈਂ ਨਾਰਮਲ ਆ ਵੀ ਅੱਧਾ ਤਾਂ ਕੁਛ ਨਹੀਂ ਮਤਲਬ ਅੰਦਰ ਹੀ ਅੰਦਰ ਮੈਂ ਆਪਣੇ ਅੰਦਰ ਹਾਲੇ ਤੱਕ ਵੀ ਦੱਬ ਕੇ ਰੱਖੀ ਹੋਈ ਚੀਜ਼ ਵੀ ਮੈਂ ਕਿਤਨਾ ਕਿਤੋਂ ਜਿਹੜੀ ਅੰਦਰ ਕੁੜੀ ਸੀ ਜਾਂ ਕਹਿ ਲਓ ਉਹ ਸੀ ਉਹ ਦੱਬ ਕੇ ਰੱਖੀ ਹੋਈ ਜਦੋਂ ਇੱਥੇ ਸਵਾਲ ਇਹ ਕਿ ਜਦੋਂ ਆਮ ਲੋਕਾਂ 'ਚ ਵਿਚਰਦੇ ਹਣਾ ਜਿਵੇਂ ਤੁਸੀਂ ਕਹਿੰਦੇ ਆ ਕਿ ਤਾਨੇ ਮੇਨੇ ਮੈਨੂੰ ਦਿੱਤੇ ਯੂਨੀਵਰਸਿਟੀ 'ਚ ਵੀ ਬਚਪਨ 'ਚ ਵੀ ਫਿਰ ਕਦੇ ਇਹੋ ਜਿਹਾ ਦੌਰ ਆਇਆ ਸੀ ਕਿ ਕਦੇ ਜ਼ਿੰਦਗੀ ਤੋਂ ਹਾਰ ਬੈਠੇ ਹਾਂ ਕਿ ਜ਼ਿੰਦਗੀ 'ਚ ਬਚਿਆ ਹੈ ਨਹੀਂ ਕੁਝ ਹਣਾ ਬਿਲਕੁਲ ਮੇਰੀ ਜਦੋਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਹੋਈ ਆ ਉੱਥੇ ਆਉਣ ਤੋਂ ਬਾਅਦ ਚ ਮੈਂ ਵਾਪਸ ਜਦੋਂ ਆਪਣੇ ਘਰ ਆਇਆ ਕਿ ਮਮਾ ਆਪਣੀ ਫਿਰ ਮਦਰ ਨਾਲ ਕਿ ਮम्मी ਕਹਿੰਦੀ ਸੀ ਹੁਣ ਤੂੰ ਕੀ ਕਰਨਾ ਮੈਂ ਕਿਹਾ ਮਮਾ ਦੇਖੋ ਹੋਟਲ ਮੈਨੇਜਮੈਂਟ ਮੈਂ ਕਰ ਲਈ ਮੇਰੀ ਟ੍ਰੇਨਿੰਗ ਹੋਈ ਸੀਗੀ ਉੱਥੇ ਬੈਂਗਲੌਰ ਸਾਈਡ ਹੋਈ ਸੀਗੀ ਆਪਣੇ ਇয়ার ਮੇਰਾ ਯਾਦ ਹੈ 2016 18 ਵਿੱਚ ਹੋਈ ਸੀਗੀ ਮੇਰੀ ਟ੍ਰੇਨਿੰਗ ਚੱਲਦੀ ਹੁੰਦੀ ਸੀ ਉੱਥੇ ਜਾ ਕੇ ਜਦੋਂ ਬੈਂਗਲੌਰ ਦੇ ਵਿੱਚ ਮੈਂ ਵਿਜ਼ਿਟ ਕੀਤਾ ਉੱਥੇ ਦੇ ਲੋਕਾਂ ਦੀ ਸੋਚ ਨਹੀਂ ਬਹੁਤ ਵਧੀਆ ਹੁੰਦੀ ਸੀਗੀ ਇੱਥੇ ਜਿਵੇਂ ਆਪਾਂ ਨੂੰ ਕਹਿੰਦੇ ਨੇ ਵੀ ਤੁਸੀਂ ਗਲਤ ਹੋ ਉੱਥੇ ਜਾ ਕੇ ਮੈਂ ਤਾਂ ਕੁਝ ਮੇਰੇ ਅਦਰ ਦੇ ਫਰੈਂਡਸੇ ਮਿਲੇ ਜੋ ਇਹਨਾਂ ਚੀਜ਼ਾਂ ਬਾਰੇ ਦੱਸਦੇ ਸੀ ਜੋ ਸਪੋਰਟ ਕਰਦੇ ਸੀ ਐਲਜੀਬੀਟੀ ਨੂੰ ਫਿਰ ਮੈਨੂੰ ਜਾ ਕੇ ਪਤਾ ਲੱਗਿਆ ਵੀ ਐਲਜੀਬੀਟੀ ਐਕਚੁਅਲ ਦੇ ਵਿੱਚ ਹੈ ਕੀ ਹੈ ਤੇ ਉਹ ਚੀਜ਼ਾਂ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਨਾ ਤੂੰ ਪਾਰਟੀਆਂ ਵਿਜ਼ਿਟ ਕਰਿਆ ਕਰ ਤੇਰੇ ਵਰਗੇ ਬਹੁਤ ਨੇ ਫਿਰ ਮੈਂ ਕਿਹਾ ਯਾਰ ਮੇਰੇ ਵਰਗੀ ਦੁਨੀਆ ਮੈਂ ਇਕ ਵੀ ਕੁਛ ਤਾਂ ਅੱਡੇ ਮੇਰੇ ਚ ਇਕੱਲਾ ਅੱਡ ਨਹੀਂ ਮੇਰੇ ਵਰਗੇ ਹੋਰ ਵੀ ਬਹੁਤ ਲੋਕ ਨੇ ਫਿਰ ਉਹਨਾਂ ਨੇ ਮੈਨੂੰ ਟੈਕਸਟ ਕਰਨਾ ਫਿਰ ਉਸ ਟਾਈਮ ਮੈਂ ਬਿਲਕੁਲ ਨਾਰਮਲ ਸੀ ਫਿਰ ਉਹਨਾਂ ਨੇ ਮੈਨੂੰ ਕਿਹਾ ਚੱਲ ਤਾ ਨਾਰਮਲ ਲੁੱਕ ਵਿੱਚ ਹੀ ਆ ਵੀ ਆਪਾਂ ਤੁਹਾਨੂੰ ਦਿਖਾਣੇ ਆ ਪਾਰਟੀਆਂ ਵਗੈਰਾ ਮੈਂ ਫਰਸਟ ਪਾਰਟੀ ਬੈਂਗਲੌਰ ਵਿੱਚ ਵਿਜ਼ਿਟ ਕੀਤੀ ਸੀਗੀ ਤੇ ਉੱਥੇ ਵੀ ਮੈਂ ਜਦੋਂ ਸਾਰਿਆਂ ਨੂੰ ਦੇਖਿਆ ਯਾਰ ਸਭ ਚੇਂਜਿਸ ਨੇ ਇਹਨਾਂ ਦੇ ਵਿੱਚ ਐਦਾਂ ਨੇ ਵੀ ਇਹ ਵੀ ਤਾਂ ਇਨਸਾਨ ਹੀ ਨੇ ਇਹਨਾਂ ਨੂੰ ਵੀ ਜਿਉਣ ਦਾ ਹੱਕ ਤਾਂ ਇਨਸਾਨ ਨੂੰ ਕਿ ਉੱਥੇ ਵੀ ਲੋਕਾਂ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਸੀ ਉਹ ਮੈਂ ਆਪਣੀ 6 ਮਹੀਨੇ ਦੀ ਟ੍ਰੇਨਿੰਗ ਕੰਪਲੀਟ ਕਰਕੇ ਉੱਥੇ ਮੈਂ ਵੀ ਮੇਰਾ ਮੇਕਅਪ ਦਾ ਹੁਨਰ ਸੀ ਬਟ ਮੈਂ ਕਦੀ ਮਾਨ ਜਦੋਂ ਮੈਂ ਆਪਣੇ ਮਮਾ ਨੂੰ ਕਿਹਾ ਕਰਨਾ ਵੀ ਮਮਾ ਮੈਨੂੰ ਲਵਾ ਦੇ ਮਮਾ ਕਹਿੰਦੇ ਆਂ ਹਰਕਤ ਨਹੀਂ ਕਰਨੀ ਤੈਨੂੰ ਤਾਂ ਪਹਿਲਾਂ ਹੀ ਲੋਕ ਰਿਸ਼ਤੇਦਾਰਾਂ ਹੀ ਬੋਲਦੇ ਆਂ ਵੇ ਇਹ ਕਰਕੇ ਤਾਂ ਤੂੰ ਫਿਰ ਤਪੱਕਾ ਹੀ ਹੋਈ ਤੈਨੂੰ ਮੈਂ ਕਹਿ ਦੇਣਾ ਵੀ ਇਹ ਤਾਂ ਪੱਕਾ ਹੀ ਕੀ ਆ ਤੇ ਮੈਂ ਕਿਹਾ ਚਲੋ ਕੋਈ ਨਾ ਵੀ ਮੈਨੂੰ ਤੁਸੀਂ ਮੇਕਅਪ ਕਰਵਾ ਦਿਓ ਉਹਨਾਂ ਨੇ ਨਹੀਂ ਲਵਾਇਆ ਉਹਨਾਂ ਨੇ ਫਿਰ ਹੋਏ ਰੋਕ ਕੇ ਰੱਖਣਾ ਫਿਰ ਜਦੋਂ ਮੇਰੀ ਟ੍ਰੇਨਿੰਗ ਕੰਪਲੀਟ ਹੋਣ ਤੋਂ ਬਾਅਦ ਹੋਟਲ ਮੈਨੇਜਮੈਂਟ ਦੀ ਜਦੋਂ ਮੇਰੀ ਟ੍ਰੇਨਿੰਗ ਕੰਪਲੀਟ ਹੋਈ ਆ ਤੇ ਮੈਂ ਵਾਪਸ ਜਦੋਂ ਆਪਣੇ ਪੰਜਾਬ ਆਕੇ ਫਿਰ ਮੇਰੀ ਆਲਮੋ ਤੇ ਮੈਂ ਕਾਫੀ ਮਤਲਬ ਟ੍ਰੀਮਿੰਗ ਵਗੈਰਾ ਸ਼ੇਵ ਕਰਕੇ ਰੱਖਿਆ ਕਰਨੀ ਤੇ ਉਸ ਟਾਈਮ ਇਹ ਹੁੰਦਾ ਸੀਗਾ ਕਿ ਫਿਰ ਇੱਥੇ ਦੇ ਲੋਕਾਂ ਨੇ ਨਾ ਫਿਰ ਤੁਹਾਨੂੰ ਜ਼ਿਆਦਾ ਜੱਜ ਕਰਨਾ ਸਟਾਰਟ ਕਰਤਾ ਕਿਉਂਕਿ ਪਹਿਲਾਂ ਤਾਂ ਤੁਸੀਂ ਨਾਰਮਲ ਲੁੱਕ ਦੇ ਵਿੱਚੋਂ ਹੁਣ ਤਾਂ ਤੁਹਾਡੀ ਲੁੱਕ ਵੀ ਆਲਮੋਸਟ ਚੇਂਜ ਹੋ ਰਹੀ ਹੈ ਨਾ ਫਿਰ ਉਹ ਹੱਸਣਾ ਜ਼ਿਆਦਾ ਵੀ ਐਦਾਂ ਕਿਉਂ ਫਿਰ ਮੈਨੂੰ ਫੇਰ ਹੋਣਾ ਵੀ ਯਾਰ ਉੱਥੇ ਦਾ ਪ੍ਰੋਬਲਮ ਸੀ ਇੱਥੇ ਆ ਕੇ ਫਿਰ ਪ੍ਰੋਬਲਮ ਕਿਉਂਕਿ ਇੱਥੇ ਦੀ ਸੋਸਾਇਟੀ ਇੱਥੇ ਦਾ ਕਲਚਰ ਥੋੜਾ ਡਿਫਰੈਂਟ ਹੈ ਉਹਨਾਂ ਦੇ ਨਾ ਉੱਥੇ ਸਭ ਐਜੂਕੇਟਿਡ ਨੇ ਥੋੜਾ ਇੱਥੇ ਦੇ ਲੋਕ ਘੱਟ ਐਜੂਕੇਟਿਡ ਕਹਿ ਲਈ ਫਿਰ ਮੈਂ ਚਲੋ ਮੇਕਅਪ ਕਰਨਾ ਛੱਡਤਾ ਫਿਰ ਏਦਾਂ ਏਦਾਂ ਕਰਕੇ ਕੁਝ ਐਪਸ ਹੁੰਦੀਆਂ ਸੀਗੀਆਂ ਸੋਸ਼ਲ ਐਪਸ ਹੁੰਦੀਆਂ ਸੀਗੀਆਂ ਉਹਨਾਂ ਤੇ ਸੋਸ਼ਲ ਐਪਸ ਬੀਗੋ ਐਪ ਹੋ ਗਈ ਜਿਸਦਾ ਕੋਈ ਵੀ ਐਪਸ ਹੁੰਦੀਆਂ ਇਹਨਾਂ ਨੇ ਮੈਂ ਸਟਾਰਟ ਕਰਨਾ ਉੱਥੇ ਮੈਨੂੰ ਫਿਰ ਮੇਰੇ ਵਰਗੇ ਮਿਲੇ ਫਿਰ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਏਦਾਂ ਕਰਕੇ ਵੀ ਪਾਰਟੀ ਹੈ ਵੀ ਇੱਥੇ ਤੇ ਵਿਜ਼ਿਟ ਕਰਨਾ ਹੈ ਮੈਂ ਕਿਹਾ ਨਹੀਂ ਆ ਰਿਹਾ ਮੈਂ ਵਿਜ਼ਿਟ ਨਹੀਂ ਕਰਨਾ ਵੀ ਮੈਨੂੰ ਚੰਗਾ ਨਹੀਂ ਲੱਗਾ ਮੈਂ ਮੇਕਅਪ ਕਿੱਥੇ ਕਰਨਾ ਫਿਰ ਉੱਥੇ ਮੇਰੇ ਇੱਕ ਬਹੁਤ ਅੱਛੀ ਮੇਰੀ ਫਰੈਂਡ ਬਣੀ ਤੇ ਉਹ ਫਰੈਂਡ ਨੇ ਕਿਹਾ ਕਹਿੰਦੀ ਕੁਝ ਨਹੀਂ ਹੁੰਦਾ ਚਲ ਆਪਾਂ ਖੁੱਲਦੇ ਆ ਨਹੀਂ ਆਪਣੇ ਫੈਮਲੀ ਮੁੰਰੇ ਸਾਹਮਣੇ ਆ ਸਕਦੇ ਵੀ ਆਪਾਂ ਚੱਲ ਟਰਾਈ ਕਰਦੇ ਆ ਵੀ ਆਪਾਂ ਪਾਰਟੀ ਤੇ ਚੱਲਦੇ ਆ ਉਸੇ ਉਸ ਟਾਈਮ ਮੈਂ ਫਰਸਟ ਟਾਈਮ ਕਰਾਸ ਡਰੈਸਿੰਗ ਕੀਤੀ ਸੀ ਇਹੀ ਹੈ ਕਿ ਜਦੋਂ ਮੇਰੇ ਫਰੈਂਡ ਨੇ ਮੈਨੂੰ ਇਨਕਰੇਜ ਕੀਤਾ ਚੱਲ ਆਪਾਂ ਚੱਲਦੇ ਆ ਪਾਰਟੀ ਫਿਰ ਅਸੀਂ ਮਤਲਬ ਇੱਕ ਰੂਮ ਵਗੈਰਾ ਹੋਟਲ ਵਗੈਰਾ ਲੈਣੇ ਆ ਤੇ ਮੈਂ ਪਹਿਲੀ ਵਾਰ ਜਿਹੜਾ ਮੇਰਾ ਮੇਕਅਪ ਹੁੰਦਾ ਸੀ ਬਹੁਤ ਅੱਛਾ ਹੁੰਦਾ ਸੀ ਆਪਣੇ ਮਮਾ ਤੇ ਲਕੋਲ ਕੋ ਰੱਖਿਆ ਹੁੰਦਾ ਸੀਗਾ ਮੇਰੇ ਮਮਾ ਦੇ ਵੀ ਉਹ ਮੇਕਅਪ ਲਕੋਲ ਕੋ ਮੇਰੇ ਇੱਕ ਵਾਰੀ ਮੇਰੇ ਮਮਾ ਨੇ ਪਤਾ ਹੈ ਮੇਰੇ ਮਮਾ ਨੇ ਮੇਕਅਪ ਦਾ ਸਾਰਾ ਸਮਾਨ ਤੋੜਤਾ ਸੀ ਉਹ ਮੈਂ ਬਹੁਤ ਤੇ ਮਤਲਬ ਪਿਆਰ ਦੇਣਾ ਕਹਿੰਦੇ ਕਾਫੀ ਕੋਸਟਲੀ ਕਹਿ ਦਿੰਨੇ ਆ ਨਾ ਮੇਕਅਪ ਐ ਅੱਛਾ ਸੀਗਾ ਜੋੜਿਆ ਮੇਰੇ ਮਮਾ ਨੇ ਬਿਲਕੁਲ ਤੋੜਤਾ ਸੀ ਮੈਂ ਫਿਰ ਦੁਬਾਰਾ ਬਣਾਇਆ ਲੁਕੋ ਕੇ ਰੱਖਿਆ ਤੇ ਅਸੀਂ ਫਸਟ ਟਾਈਮ ਮੇਕਅਪ ਕਰਕੇ ਉਹ ਪਾਰਟੀ اٹੈਂਡ ਕੀਤੀ ਐ ਐਲਜੀਬਿਟੀ ਦੀ ਪਾਰਟੀ ਮੈਨੂੰ ਇਨਵਿਟੇਸ਼ਨ ਆਈ ਸੀ ਉਸ ਪਾਰਟੀ ਦੀ ਤੇ ਉੱਥੇ ਜਾ ਕੇ ਫਿਰ ਜਿੰਨੇ ਵੀ ਗੇਲ ਐਸਬੀਅਨ ਬਾਈਸੈਕਸ਼ੁਅਲਸ ਆ ਜਿੰਨੇ ਵੀ ਸੀਗੇ ਟਰਾਂਸ ਐਲਜੀਬਿਟੀ ਦੇ ਸਾਰੇ ਸੀਗੇ ਜਿਹੜੇ ਤੁਹਾਨੂੰ ਉਹ ਕਿਉਂਕਿ ਉਹ ਦੁਨੀਆ ਐਸੀ ਹੁੰਦੀ ਉੱਥੇ ਤੁਹਾਡੇ ਤੇ ਕੋਈ ਹੱਸਣ ਵਾਲਾ ਨਹੀਂ ਹੁੰਦਾ ਉੱਥੇ ਉਹ ਲੋਕ ਹੀ ਉਦਾਂ ਦੇ ਹੁੰਦੇ ਨੇ ਤੇ ਉਹਨਾਂ 'ਚ ਰਹਿ ਰਿਹਾ ਹੁਣ ਤੋਂ ਜ਼ਿਆਦਾ ਹੋ ਰਿਹਾ ਵਾ ਜਦ ਕਿ ਅਸੀਂ ਉਹਨਾਂ 'ਚ ਰਹਿ ਕੇ ਤਾਂ ਰਹੀਦਾ ਹੁੰਦਾ ਕਿ ਉਹਨਾਂ ਦੇ ਵਿੱਚ ਰਹਿਣਾ ਤਾਂ ਸਟਾਰਟ ਕੀਤਾ ਕਿ ਉਹ ਸਾਨੂੰ ਸਮਝਦੇ ਥੋਨੂੰ ਟੱਚਣਾ ਤਾਂ ਕਦੇ ਫਿਰ ਮੈਨੂੰ ਹੁੰਦਾ ਯਾਰ ਕਿਤੇ ਮੇਰੇ ਭੈਣ ਭਰਾ ਇੰਨਾ ਬੋਲਦੇ ਹੁੰਦੇ ਸੇ ਇਹ ਤਾਂ ਮੈਨੂੰ ਬਹੁਤ ਸਪੋਰਟ ਕਰ ਫਿਰ ਉਹ ਸਾਨੂੰ ਚੰਗੇ ਲੱਗਣ ਲੱਗ ਜਾਂਦੇ ਨੇ ਤੇ ਕਿਸੇ ਨੇ ਕਿਤੇ ਮੈਨੂੰ ਹੋਰ ਜ਼ਿਆਦਾ ਸ਼ੈ ਮਿਲ ਗਈ ਵੀ ਨਹੀਂ ਹੁਣ ਮੈਂ ਕਰਨਾ ਹੀ ਕਰਨਾ ਹੁਣ ਮੇਰਾ ਜ਼ਿੰਦਗੀ ਦਾ ਡਿਸੀਜਨ ਹੈ ਕਿ ਮੈਂ ਐਕਚੁਅਲ ਦੇ ਵਿੱਚ ਟਰਾਂਸ ਕਰਨਾ ਹੀ ਹੈ ਵੀ ਮੈਂ ਚੇਂਜ ਹੋਣਾ ਹੈ ਇਸ ਪ੍ਰੋਸੀਜਰ ਤੇ ਜਾਣਾ ਹੀ ਜਾਣਾ ਹੈ ਫਿਰ ਮੈਂ ਕਰਿਆ ਕਿ ਮੈਂ ਦੱਸਾਂ ਵੀ ਹੁਣ ਮੈਂ ਆਪਣੀ ਮਦਰ ਨੂੰ ਕਿੱਦਾਂ ਸਮਝਾਣਾ ਹੈ ਮੈਂ ਮਦਰ ਨੂੰ ਕੁਝ ਇੰਟਰਵਿਊਜ਼ ਵਗੈਰਾ ਦਿਖਾਈਆਂ ਮਮਾ ਨੇ ਕਿਹਾ ਵੀ ਆ ਚੀਜ਼ ਕੀਤੀ ਤਾਂ ਹੋ ਰਹਿਣਾ ਮਮਾ ਨੇ ਗੁੱਸਾ ਕਰਨਾ ਸਟਾਰਟ ਕਰਤਾ ਫਿਰ ਉਸ ਟਾਈਮ ਮੈਂ ਇਹ ਸੋਚਿਆ ਕਿ ਹੁਣ ਸੁਸਾਈਡ ਕਰ ਲਓ ਵੀ ਹੁਣ ਤੁਸੀਂ ਜੀ ਤਾਂ ਸਕਦੇ ਨਹੀਂ ਆ ਵੀ ਪਹਿਲਾਂ ਵੀ ਇੰਨਾ ਕੁਝ ਹੋ ਗਿਆ ਹੁਣ ਇੱਥੇ ਵੀ ਤੁਹਾਨੂੰ ਐਗਰੀਮੈਂਟ ਨਹੀਂ ਹੈਗੀ ਫਿਰ ਮੈਂ ਮਮਾ ਨਾਲ ਇੱਕੋ ਚੀਜ਼ ਗੱਲ ਕੀਤੀ ਦੇਖੋ ਮਮਾ ਮੈਨੂੰ ਪ੍ਰੋਬਲਮ ਐਦਾਂ ਹੈਗੀ ਆ ਜੇ ਤੁਹਾਨੂੰ ਅਕਸੈਪਟ ਹੈਗਾ ਤਾਂ ਠੀਕ ਆ ਨਹੀਂ ਤਾਂ ਅਦਰਵਾਇਜ਼ ਮੈਂ ਘਰ ਛੱਡ ਦੇਣਾ ਹੂੰ ਤੇ ਫਿਰ ਮਮਾ ਕਹਿੰਦੇ ਫਿਰ ਕਿੱਥੇ ਜਾਣਾ ਹੈ ਕਿੱਨਾ ਚ ਜਾਣਾ ਜਿੱਥੇ ਤੈਨੂੰ ਕਹਿੰਦੇ ਹੁੰਦੇ ਸੀ ਤੇਰਾ ਰਿਸ਼ਤਾ ਵੀ ਹਾਂ ਤੂੰ ਕਿਨਰ ਸਮਾਜ ਚ ਚਲੇ ਜਾਣਾ ਮੈਂ ਕਿਹਾ ਮम्मा ਜ਼ਰੂਰੀ ਇਹ ਨਹੀਂ ਹੁੰਦਾ ਮੈਂ ਕੁਝ ਅਰਨ ਕਰੂੰ ਮੈਂ ਮੇਕਅਪ ਆਰਟਿਸਟ ਬੰਨਾ ਹੈ ਕਿ ਮੇਰੇ ਲਈ ਆ ਹੈ ਨਹੀਂ ਹੈ ਵੀ ਮੈਨੂੰ ਇੰਟਰਸਟ ਹੈ ਜਿਹੜੀ ਚੀਜ਼ ਦਾ ਮੇਰਾ ਹੁਨਰ ਹੈ ਜਿਵੇਂ ਉਹ ਕਰੂੰ ਉਹਦੇ ਵਿੱਚ ਹੀ ਮੈਨੂੰ ਅੱਗੇ ਮਿਲੇਗਾ ਕੰਮ ਹੈ ਨਾ ਫਿਰ ਮੈਂ ਆਪਣੀਆਂ ਖੁਦ ਦੀਆਂ ਇੱਦਾਂ ਇੱਦਾਂ ਕਰਕੇ ਥੋੜਾ ਟਾਈਮ ਲੱਗਿਆ ਹੌਲੀ 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 ਮਮਾ ਨੇ ਸਮਝਾਇਆ ਮਮਾ ਦੇ ਨਾਲ ਲੜਾਈ ਮਮਾ ਨੇ ਮੇਰੇ ਨਾਲ ਬੋਲਣੇ ਮੈਂ ਫਿਰ ਜਾ ਕੇ ਪਾਰਟਿਸ ਅਟੈਂਡ ਕਰਿਆ ਕਰਨੀ ਆਪਣੇ ਫਰੈਂਡਸ ਨਾਲ ਹੌਲੀ ਹੌਲੀ ਮੈਂ ਪਿਕਚਰਸ ਦਿਖਾਈਆਂ ਤੇ ਮ ਤੇ ਕਾਫੀ ਅੱਛੇ ਇੱਕ ਫੇਮਸ ਸੀਗੇ ਉੱਥੇ ਉਹਨਾਂ ਦੀ ਉਹਨਾਂ ਦੇ ਨਾਲ ਸਾਡੀ ਗੱਲ ਹੋਈ ਸੀ ਤਾਂ ਉਹਨਾਂ ਨੇ ਮੇਰੀ ਮੰਮਾ ਨਾਲ ਗੱਲ ਕੀਤੀ ਸੀ ਵੀ ਦੇਖੋ ਆਂਟੀ ਇਹਦੀ ਲਾਈਫ ਹੈ ਵੀ ਅਗਰ ਇਹਨੂੰ ਹੋਣ ਨਹੀਂ ਤੁਸੀਂ ਸਪੋਰਟ ਕਰੋਗੇ ਤਾਂ ਫਿਰ ਕਦੀ ਨਹੀਂ ਕੋਈ ਹੋਏਗਾ ਤੁਹਾਡੇ ਬੱਚੇ ਦੀ ਪੂਰੀ ਲਾਈਫ ਖਰਾਬ ਹੋ ਜਾਣੀ ਆ ਫਿਰ ਮੰਮਾ ਨੇ ਹੌਲੀ ਹੌਲੀ ਸਮਝਣਾ ਸਟਾਰਟ ਕੀਤਾ ਤੇ ਐਦਾਂ ਕਰਕੇ ਫਿਰ ਮੈਂ ਮੇਕਅਪ ਦੇ ਵਿੱਚ ਮੈਂ ਆਪਣਾ ਮੈਂ ਆਪਣਾ ਕੈਰੀਅਰ ਸਟਾਰਟ ਕੀਤਾ ਹੁਣ ਮੈਂ ਆਪਣੀ ਕੋਰਸ ਸਟਾਰਟ ਕੀਤਾ ਵਾ ਬਦਿਆਂ ਮੈਂ ਇਸ ਟਾਈਮ ਸੇਲੇਬ੍ਰਿਟੀ ਮੇਕਅਪ ਆਰਟਿਸਟ ਆ ਮੇਰੇ ਕੋਲ ਆਈਐਸਐਸ ਸਰਟੀਫਿਕੇਸ਼ਨ ਹੈ ਇਸ ਟਾਈਮ ਤੇ ਬਾਕਾਇਦਾ ਮੇ ਕੋਈ ਡਿਗਰੀ ਵੀ ਹੈ ਹੁਣ ਬੋਡੀ ਦੇ ਵਿੱਚ ਟਰਾਂਸਫਰਮੇਸ਼ਨ ਕਰਾ ਰਹੇ ਹਾਂ ਹਾਂਜੀ ਟਰਾਂਸ ਜੈਂਡਰ ਹੁਣ ਤੁਸੀਂ ਮੇਲ ਤੋਂ ਫੀਮੇਲ ਹੋ ਰਹੇ ਹੋ ਹਾਂਜੀ ਬਿਲਕੁਲ ਮੇਲ ਟੂ ਫੀਮੇਲ ਹੋਣ ਵਾਸਤੇ ਪ੍ਰੋਸੀਜਰ ਸਿਗਾ ਜਿਹੜਾ ਇੱਕ ਸਾਈਕਾਟ੍ਰਿਸਟ ਡਾਕਟਰ ਨੂੰ ਤੁਸੀਂ ਮੀਟ ਕਰਦੇ ਹੋ ਉਹਦੇ ਵਾਸਤੇ ਕਿ ਤੁਹਾਡੀ ਫੈਮਲੀ ਦਾ ਐਗਰੀਮੈਂਟ ਹੋਣਾ ਜ਼ਰੂਰੀ ਹੈ ਤੇ ਦੂਜੀ ਸਾਈਡ ਇਹ ਹੁੰਦਾ ਕਿ ਜੇ ਤੁਸੀਂ ਉਹਨਾਂ ਦੇ ਨਾਲ ਨਹੀਂ ਰਹਿਣੇ ਹੋ ਤਾਂ ਤੁਹਾਡਾ ਕੋਈ ਐਸਾ ਪਰਸਨ ਜਿਹੜਾ ਤੁਹਾਨੂੰ ਸੰਭਰਿਆ ਹੋਵੇ ਤੇ ਮੇਰੇ ਮਦਰ ਮੇਰੇ ਨਾਲ ਐਗਰੀਮੈਂਟ ਅੱਜ ਐਗਰੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਇਹਨਾਂ ਨੂੰ ਹੁਣ ਇੰਨੀ ਪੂਰੀ ਜ਼ਿੰਦਗੀ ਦੇ ਵਿੱਚ ਦੁੱਖ ਸਹਿ ਆ ਤੇ ਅੱਜ ਤੋਂ ਹੁਣ ਇਹਨਾਂ ਨੂੰ ਸਪੋਰਟ ਕਰਨੀ ਪੰਦੀ ਹੈ ਯਾਨੀ ਕਿ ਮੁੰਡੇ ਤੋਂ ਹੁਣ ਕੁੜੀ ਬਣ ਲੈ ਤੁਸੀਂ ਤਿਆਰ ਹੋ ਰਹੇ ਹੋ ਹਾਂਜੀ ਹਾਂਜੀ ਤੇ ਉਹਦੇ ਵਾਸਤੇ ਹਾਰਮੋਨਸ ਵਗੈਰਾ ਹੁੰਦੇ ਨੇ ਆਪਣੇ ਫੀਮੇਲ ਥੈਰੇਪੀਜ਼ ਹੁੰਦੀਆਂ ਜਿਨ੍ਹਾਂ ਨਾਲ ਤੁਹਾਡੀ ਬਾਡੀ ਦਾ ਆਰਗਨ ਡਵੈਲਪ ਹੁੰਦੇ ਸਕਿਨ ਫੈਮਿਨਾਈਜ਼ ਹੁੰਦੀ ਹੈ ਤੁਹਾਡੀ ਵਾਇਸ ਦੀ ਥੈਰੇਪੀ ਚੇਂਜ ਹੁੰਦੀਆਂ ਨੇ ਹੋਲੀ-ਵਲੀ ਸਾਰੀ ਸੀਜ਼ਨ ਦੀ ਟਰਾਂਸਫਰਮੇਸ਼ਨ ਦੇ ਕਿਉਂਕਿ ਹੁਣ ਮੇਰਾ ਪ੍ਰੋਸੈਸ ਸਟਾਰਟ अराउंड 6 ਮੰਥ ਹੋ ਚੁੱਕੇ ਮੈਨੂੰ ਇਸ ਸਟੈਪ ਚੁੱਕੇ ਨੇ ਤੇ ਅੱਜ ਮੈਂ ਇੰਸਟਾਗ੍ਰਾਮ ਤੇ ਮਤਲਬ ਵੀਡੀਓਜ਼ ਰੀਲ ਵਗੈਰਾ ਬਣਾਉਣੀਆਂ ਸਟਾਰਟ ਕਰ ਦਿੱਤੇ ਤੇ ਮੈਨੂੰ ਕਾਫੀ ਅੱਛਾ ਪਿਆਰ ਵੀ ਮਿਲਦਾ ਹੈ ਕਾਫੀ ਹੇਟ ਵੀ ਮਿਲਦੀ ਨੈਗੇਟਿਵ ਕਮੈਂਟ ਵੀ ਮਿਲਦੇ ਬਟ ਕਿਤਨੇ ਕਿਤੇ ਇਹ ਹੁੰਦਾ ਚਲੋ ਕੋਈ ਨਾ ਉਹ ਉਹਨਾਂ ਦਾ ਨੇਚਰ ਹੈ ਆਪਾਂ ਉਹਨੂੰ ਚੇਂਜ ਨਹੀਂ ਕਰ ਸਕਦੇ ਅੱਜ ਦਾ ਮੇਰਾ ਤੁਹਾਡੇ ਨਾਲ ਗੱਲ ਕਰਨ ਦਾ ਮਤਲਬ ਇਹ ਤਾਂ ਕਿ ਉਹ ਪੂਰੀ ਦੁਨੀਆ ਨੂੰ ਦਿਖਾਣਾ ਕਿ ਮੈਂ ਗਲਤ ਨਹੀਂ ਹਾਂ ਤੁਸੀਂ ਮੈਨੂੰ ਜਿਸ ਵੇ ਦੇ ਨਾਲ ਗਲਤ ਵੇ ਨਾਲ ਏ ਮੇਰਾ ਨੇਚਰਲੀ ਆ ਮੈਂ ਇੱਕ ਮੇਕਅਪ ਆਰਟਿਸਟ ਆ ਮੈਨੂੰ ਉਸ ਵੇ ਦੇ ਨਾਲ ਹੀ ਦੇਖਿਆ ਜਾਵੇ ਮੈਂ ਕੁਝ ਗਲਤ ਨਹੀਂ ਕਰ ਰਹੀ ਕਿਉਂਕਿ ਸੋਸਾਇਟੀ ਦੀ ਜਜਮੈਂਟ ਕੁਝ ਹੋਰ ਹੁੰਦੀ ਹੈ ਤੁਹਾਡੀ ਫੈਮਿਲੀ ਹੁਣ ਹੁਣ ਟਾਈਮ ਐਦਾ ਨਾ ਸੀ ਕਿ ਮੇਰੇ ਮਦਰ ਨੇ ਮੇਰੇ ਕਰਕੇ ਪੂਰੇ ਹੀ ਰਿਲੇਟਿਵਸ ਨੂੰ ਛੱਡਿਆ ਆਇਆ ਵਾ ਅੱਛਾ ਬਿਲਕੁਲ ਸਾਰੇ ਨਾ ਪਤਾ ਨਹੀਂ ਮਿਹਣੇ ਦਿੰਦੇ ਸੀ ਕਿ ਜਿਹੜੀ ਚੀਜ਼ ਬਚਪਨ ਚ ਸੀ ਉਹ ਅੱਜ ਸਾਹਮਣੇ ਆ ਗਈ ਬਿਲਕੁਲ ਹਾਂ ਉਹ ਚੀਜ਼ ਕਹਿੰਦੇ ਹੁੰਦੇ ਸੀ ਕਿ ਕਿਉਂਕਿ ਉਹਨਾਂ ਨੇ ਜੋ ਚੀਜ਼ ਕਰਨੀ ਚਾਹੀ ਕਿਤਨਾ ਕਿਤੇ ਹੋ ਵੀ ਗਈ ਪਰ ਕੁਝ ਨੇਚਰਲੀ ਸੀਗਾ ਉਹ ਹੋ ਗਿਆ ਬਟ ਮੈਨੂੰ ਅੱਜ ਇਸ ਚੀਜ਼ ਦਾ ਅਫਸੋਸ ਨਹੀਂ ਹੈ ਮੈਨੂੰ ਲੱਗਦਾ ਕਿ ਨਹੀਂ ਮੇਰੀ ਲਾਈਫ ਅੱਛੀ ਹੈ ਪਰ ਕਿੰਨਾ ਕਿਤੇ ਦੁੱਖ ਬਹੁਤ ਸਾਰੇ ਨੇ ਪੈਂਦੇ ਨੇ ਅੱਜ ਦੇ ਟਾਈਮ 'ਚ ਕਿਉਂਕਿ ਜਦੋਂ ਤੱਕ ਤੁਸੀਂ ਪ੍ਰੋਪਰ ਟ੍ਰਾਂਸਫਰ ਤੁਹਾਡੇ ਲੇਜ਼ਰਸ ਚੱਲਦੀਆਂ ਨੇ ਹੈਨਾ ਲੇਜ਼ਰਸ ਵਿੱਚ ਇਹ ਹੁੰਦਾ ਕਿ ਤੁਹਾਡੇ ਪਰਮਨੈਂਟਲੀ ਹੇਅਰ ਰਿਮੂਵ ਹੁੰਦੇ ਨੇ ਫੇਸ ਤੇ ਤੇ ਉਹਦੇ ਵਿੱਚ ਕੀ ਹੁੰਦਾ ਕਿ ਇੱਕ ਪਾਸੇ ਤੁਸੀਂ ਲੜਕਾ ਵੀ ਲੱਗ ਰਹੇ ਲੜਕੀ ਵੀ ਲੱਗ ਰਹੇ ਲੋਕੀ ਤੁਹਾਨੂੰ ਕਹਿ ਰਹੇ ਕਿ ਕੀ ਜਾ ਰਿਹਾ ਹੈ ਕਹਿੰਦੇ ਆ ਲੋਕ ਪਿੱਠ ਪਿੱਛੇ ਬਿਲਕੁਲ ਮੂੰਹ ਤੇ ਵੀ ਕਹਿ ਦਿੰਦੇ ਨੇ ਕਈ ਵਾਰੀ ਤਾਂ ਹੁਣ ਤਾਂ ਮੇਰਾ ਟ੍ਰੀਟਮੈਂਟ ਕਾਫੀ ਹੋ ਚੁੱਕਾ ਹੈ ਪਹਿਲਾਂ ਤਾਂ ਮੈਨੂੰ ਬਹੁਤ ਕੁਝ ਸਹਿਣਾ ਪਿਆ ਇਸ ਤੇ ਤੇ ਕਹਿ ਦਿੰਦੇ ਨੇ ਵੀ ਖਸਰਾ ਹੈ ਪਤਾ ਨਹੀਂ ਕੀ ਹੈ ਮੱਲੇ ਦੇ ਕਹਿ ਦਿੰਦੇ ਨੇ ਵੀ ਇਹ ਚੀਜ਼ ਐਦਾਂ ਕਿਉਂ ਆ ਮੇਰੇ ਮਦਰ ਨੂੰ ਵੀ ਪੁੱਛਿਆ ਜੀ ਇਹਦੇ ਵਾਲੇ ਵਾਲੇ ਦੇ ਲੋਕਾਂ ਨੂੰ ਕਿਹਦੇ ਨਾਲ ਬੈਠਿਆ ਖੜਿਆ ਨਾ ਕਰੋ ਹਾਂਜੀ ਐਦਾਂ ਹੈਗੇ ਬਟ ਜਿਹੜੇ ਪੜੇ ਲਿਖੇ ਕੁਝ ਅੱਛੇ ਮੇਰੀ ਸੋਸਾਇਟੀ ਕਾਫੀ ਅੱਛੀ ਹੈ ਬਟ ਮੈਨੂੰ ਸਪੋਰਟ ਕਰਦੇ ਨੇ ਉਹ ਬਟ ਜਿੱਦਾਂ ਗੱਲ ਇਹ ਹੁੰਦੀ ਕਿ ਪਿੱਠ ਪਿੱਛੇ ਮੈਨੂੰ ਕੁਝ ਕਾਫੀ ਕੁਝ ਸੁਣਨ ਨੂੰ ਮਿਲਦਾ ਮੈਨੂੰ ਉਹਨਾਂ ਨੂੰ ਇਹ ਆ ਕਿ ਮੈਂ ਮੇਕਅਪ ਆਰਟਿਸਟ ਆ ਮੈਨੂੰ ਉਸ ਵੇਹਣਾ ਦੇਖਿਆ ਜਾਵੇ ਮੈਂ ਜੋ ਪਾਨਾ ਉਹ ਮੇਰਾ ਨੇਚਰ ਹੈ ਜਿਹੜਾ ਤੁਸੀਂ ਹੁਣ ਮੁੰਡੇ ਤੋਂ ਇੱਕ ਕੁੜੀ ਬਣ ਰਹੇ ਹੋ ਤੇ ਉਹਦੇ ਲਈ ਪ੍ਰੋਬਲਮਸ ਕਹੇ ਜੀਆਂ ਆਉਂਦੀਆਂ ਨੇ ਇਹ ਵੀ ਕਹਿੰਦੇ ਕਿ ਬਹੁਤ ਸਾਰੀਆਂ ਪ੍ਰੋਬਲਮਸ ਵੀ ਫੇਸ ਕਰਨੀਆਂ ਪੈਂਦੀਆਂ ਹਾਂ ਜੀ ਪ੍ਰੋਬਲਮਸ ਹੁੰਦੀਆਂ ਨੇ ਕਾਫੀ ਮਤਲਬ ਤੁਹਾਡੀ ਬਾਡੀ ਵਿੱਚ ਇੱਕ ਚੇਂਜਸ ਆਉਂਦੇ ਤੁਹਾਡੇ ਬਲੱਡ ਉਹ ਹੀ ਮੈਡੀਸਿਨਸ ਹੁੰਦੀਆਂ ਹਾਰਮੋਨਲ ਚੇਂਜ ਇੱਕ ਤਰ੍ਹਾਂ ਦਾ ਕਾਈਂਡ ਆਫ ਸਟੀਰੋਇਡ ਹੈ ਉਹ ਉਹ ਜਦੋਂ ਤੁਸੀਂ ਖਾਂਦੇ ਹੋ ਪਹਿਲੀ ਗ ਤੁਹਾਡੇ ਮਸਲ ਬ੍ਰੇਕਡਾਊਨ ਹੁੰਦੇ ਨੇ ਸਭ ਤੋਂ ਪਹਿਲਾਂ ਤੁਹਾਡੀਆਂ హెయిਰ ਗ੍ਰੋਥ ਜਿਹੜੀਆਂ ਆਪਣੀ ਮੇਲ ਵਾਈਜ਼ ਹੁੰਦੀਆਂ ਉਹਦੀ ਸਿੰਪਟਮਸ ਘਟਦੇ ਨੇ ਸਭ ਤੋਂ ਪਹਿਲਾਂ ਤੇ ਬਟ ਉਹ ਮੈਡੀਸਿਨ ਖਾਂਦੇ ਨਾਲ ਕੁਝ ਜਾਂਦਾ ਕਿ ਤੁਹਾਡਾ ਛਿੜਛੜਾਪਨ ਬਹੁਤ ਵੱਧਦਾ ਕਦੀ ਕਦੀ ਗੁੱਸਾ ਆਣਾ ਥੋੜਾ ਮਨ ਕਦੀ ਕਰੇ ਕਰੇਗਾ ਯਾਰ ਵੀ ਕੁਝ ਤੋੜਦੀ ਹੈ ਹਨਾ ਉਹ ਛਿੜਛੜਾਪਨ ਰਹਿਣਾ ਸੈਡਨੈਸ ਰਹਿਣਾ ਥਕਾਵਟ ਬਹੁਤ ਰਹਿੰਦੀ ਬਾਡੀ ਵਿੱਚ ਪੇਨ ਰਹਿਣੀ ਬਟ ਜਿੱਦਾਂ ਜਿੱਦਾਂ ਹੌਲੀ ਹੌਲੀ ਆਦਤ ਪੈਂਦੀ ਬਾਡੀ ਨੂੰ ਫਿਰ ਹੋ ਜਾਂਦਾ ਬੰਦਾ ਉਸ ਦੇ ਅਕੋਰਡਿੰਗ ਯੂਜ਼ ਟੂ ਫਿਰ ਹੁਣ ਘਰਦਿਆਂ ਨਾਲ ਵਿਆਹ ਬੁਗਦੀ ਗੱਲ ਕਰਦ ਲੈਨੇ ਹੂੰ ਕਦੇ ਕਦੇ ਨਹੀਂ ਨਹੀਂ ਬਿਲਕੁਲ ਨਹੀਂ ਵਿਆਹ ਵੇਰੇ ਮੈਂ ਇੱਕ ਚੀਜ਼ ਕੇ ਮੈਂ ਕਹਾ ਮਮਾ ਵੀ ਵਿਆਹ ਵਗੈਰਾ ਹਾਲੀ ਕੁਛ ਨਹੀਂ ਆ ਪਹਿਲਾਂ ਮੈਨੂੰ ਇਹ ਹੈ ਕਿ ਮੈਂ ਆਪਣੀ ਫਰਸਟ ਮੈਂ ਆਪਣਾ ਕੈਰੀਅਰ ਚੂਜ਼ ਕਰਨਾ ਨਾਲ ਦੀ ਨਾਲ ਮੇਰਾ ਪ੍ਰੋਸੀਜਨ ਮੈਂ ਆਪਣੇ ਹੈਅਰਜ਼ ਵੀ ਇਸ ਲਈ ਨਹੀਂ ਵਧਾਏ ਹੁਣ ਮਨੇ ਕਿ ਐਜ਼ ਅ ਮੇਕਅਪ ਆਰਟਿਸਟ ਮੈਂ ਦੁਨੀਆ ਦੇ ਸਾਹਮਣੇ ਆਵਾ ਤਾਂ ਕਿ ਮੈਂ ਲੋਕਾਂ ਦੇ ਸਾਹਮਣੇ ਇੱਕ ਏ ਚੀਜ਼ ਪੇਸ਼ ਕਰਾਂ ਕਿ ਨਹੀਂ ਆ ਰਹੀ ਵੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਮੰਗ ਕੇ ਜਾਂ ਕੁਝ ਕਰਕੇ ਦੇਖੋ ਜੋ ਮੰਗਦੇ ਨੇ ਉਹਨਾਂ ਦਾ ਰਿਜਕ ਹੈ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿ ਸਕਦੇ ਠੀਕ ਹੈ ਤੇ ਵਿਆਹ ਹੁਣ ਮੁੰਡੇ ਨਾਲ ਕਰਾਉਂਗੇ ਨਹੀਂ ਮੇਰਾ ਇਦਾਂ ਕੁਝ ਹਲੇ ਕੁਝ ਸੋਚਿਆ ਨਹੀਂ ਮੈਨੂੰ ਇਹ ਕਿ ਸਭ ਤੋਂ ਪਹਿਲਾਂ ਮੈਂ ਆਪਣਾ ਕਰੀਅਰ ਬਣਾਣਾ ਹੈ ਕੋਈ ਵਿਆਹ ਦਾ ਹਜੇ ਹੈ ਨਹੀਂ ਆ ਦੇਖੋ ਵਿਆਹ ਕੇ ਵੀ ਲੋਕਾਂ ਦਾ ਤੁਹਾਨੂੰ ਪਤਾ ਹੈ ਅਜਿਹਾ ਟਾਈਮ ਤੇ ਡਿਵੋਰਸ ਕਾਫੀ ਨੇ ਸੋ ਮੈਨੇ ਕਿ ਤੁਸੀਂ ਇਕੱਲੇ ਵੀ ਬਹੁਤ ਕੁਝ ਕਰ ਸਕਦੇ ਜ਼ਰੂਰੀ ਨਹੀਂ ਕਿ ਤੁਹਾਡੀ ਲਾਈਫ ਦੇ ਵਿੱਚ ਪਾਰਟਨਰ ਠੀਕ ਹੈ ਕਿਸੇ ਟਾਈਮ ਜ਼ਰੂਰਤ ਹੁੰਦੀ ਹੈ ਪਰ ਫਿਲਹਾਲ ਐਸਾ ਕੁਝ ਨਹੀਂ ਜਦੋਂ ਇੰਸਟਾਗ੍ਰਾਮ ਤੇ ਪੋਸਟਾਂ ਪਾਉਂਦੇ ਹਾਂ ਤਾਂ ਮੈਸੇਜ ਵੀ ਆਉਂਦੇ ਹੋਣੇ ਹਨਾ ਉੱਤੇ ਗਲਤ ਕਾਲਸ ਵੀ ਆਉਂਦੇ ਹੋਣੇ ਹੁੰਦਾ ਕਦੇ ਇਹੋ ਜਿਹਾ ਮਾਹੌਲ ਬਣਦਾ ਉੱਥੇ ਬਿਲਕੁਲ ਕਾਫੀ ਮੈਸੇਜ ਇਸ ਅਦਾ ਤੇ ਆਉਂਦੇ ਨੇ ਗਲਤ ਮਲਤ ਵੀ ਅੰਦਰ ਕੁਝ ਕਮੈਂਟਸ ਵੀ ਅਦਾ ਦੇ ਹੁੰਦੇ ਨੇ ਕਿ ਦੇਖਣ ਯੋਗ ਨਹੀਂ ਦੇ ਕਈ ਵਾਰ ਤਾਂ ਮਨ ਐਂ ਅਦਾ ਕਹਦਾ ਯਾਰ ਇਸ ਬੰਦੇ ਨੂੰ ਨਾ ਫੋਨ ਚੋਂ ਕੱਢ ਲਾ ਤੇ ਵੀ ਮੈਸੇਜ ਕੀ ਕਰਦੇ ਲੋਕ ਮੈਸੇਜ ਹੀ ਕੁਝ ਗਲਤ ਹਾਂਜੀ ਕਿਵੇਂ ਹੋ ਜੀ ਕਿੱਥੋਂ ਜੀ ਤੁਸੀਂ ਮਿਲਦੇ ਹੋ ਤੁਸੀਂ ਕੌਣ ਬਟ ਉਹਨਾਂ ਨੂੰ ਇਹ ਨਹੀਂ ਪਤਾ ਇੱਕ ਮੇਕਅਪ ਆਰਟਿਸਟ ਜਸਟ ਮੇਕਅਪ ਪ੍ਰਮੋਟ ਕਰ ਰਿਹਾ ਵਜਾ ਮੇਰੇ ਕੁਝ ਆਪਣੇ ਡਿਜ਼ਾਈਨ ਕੱਪੜੇ ਹੁੰਦੇ ਜਿਹੜੇ ਮੈਂ ਪਾਏ ਹੁੰਦੇ ਜਿਹੜੇ ਤੁਸੀਂ ਕਹਿੰਦੇ ਕਾਫੀ ਬੋਲਡ ਕੱਪੜੇ ਮੇਰੇ ਖੁਦ ਦੇ ਡਿਜ਼ਾਈਨਡ ਹੁੰਦੇ ਕਿਉਂਕਿ ਮੈਂ ਮੈਨੂੰ ਇੱਕ ਫੈਸ਼ਨ ਦਾ ਵੀ ਕਾਫੀ ਸ਼ੌਂਕ ਹੈ ਫੈਸ਼ਨ ਡਿਜ਼ਾਈਨਿੰਗ ਕਰਕੇ ਮੇਰੇ ਕੱਪੜੇ ਖੁਦ ਦੇ ਡਿਜ਼ਾਈਨਡ ਕਰਵਾਏ ਹੁੰਦੇ ਨੇ ਜਾਂ ਮੈਂ ਜਿਹੜੇ ਪਾਏ ਹੁੰਦੇ ਜੋ ਤੁਸੀਂ ਮੈਨੂੰ ਅਕਸਰ ਇੰਸਟਾਗ੍ਰam ਤੇ ਦੇਖਦੇ ਹੋ ਮੇਰੇ ਤੇ ਮੇਰਾ ਮੇਕਅਪ ਮੇਰਾ ਮੋਸਟਲੀ ਹੁੰਦਾ ਕਿ ਮੈਂ ਮੇਕਅਪ ਕਰਨਾ ਵੀ ਉਸ ਚੀਜ਼ ਨੂੰ ਮੈਂ ਕਰਨਾ ਕੁਝ ਲੋਕਾਂ ਵੱਲੋਂ ਬਹੁਤ ਚੰਗਾ ਬੋਲਿਆ ਜਾਂਦਾ ਹੈ ਦੇਖੋ ਅਗਰ 60 ਤੋਂ 70% ਲੋਕ ਮੈਨੂੰ ਅੱਛਾ ਕਹਿੰਦੇ ਨੇ ਤਾਂ ਮੈਂ ਉਹਨਾਂ ਵਾਸਤੇ ਉਹ ਵੀਡੀਓਜ਼ ਪਾਈਆਂ ਨੇ ਅਗਰ ਮੈਨੂੰ 30 ਜਾਂ 40% ਲੋਕ ਮੈਨੂੰ ਗਲਤ ਕਹਿੰਦੇ ਤਾਂ ਮੈਨੂੰ ਇੰਨਾ ਕੁਝ ਫਰਕ ਨਹੀਂ ਪੈਂਦਾ ਇੱਥੇ ਇੱਕ ਸਵਾਲ ਜਦੋਂ ਆਮ ਲੋਕਾਂ 'ਚ ਕਈ ਵਾਰ ਵਿਚਰਦੇ ਹਾਂ ਪੀੜ ਪਹਾੜ ਵਾਲੇ ਇਲਾਕਿਆਂ 'ਚ ਜਾਂਦੇ ਹਾਂ ਕਦੇ ਆਉਂਦੇ ਹਾਂ ਉਦੋਂ ਕਦੇ ਗਲਤ ਹਰਕਤਾਂ ਕਰਦੇ ਆ ਲੋਕ ਆਮ ਕਦੇ ਇਹ ਜੀ ਚੀਜ਼ ਸਾਹਮਣੇ ਕਰਨੀ ਪਈ ਹੋਵੇ ਦੇਖੋ ਐਦਾਂ ਹੁੰਦਾ ਵੀ ਹੈ ਬਟ ਉਹਨਾਂ ਨੂੰ ਪਤਾ ਕਿ ਇਹਦਾ ਨੇਚਰ ਐਦਾਂ ਦਾ ਨਹੀਂ ਹੈ ਮੇਰੇ ਕੋਈ ਐਸਾ ਵਾਕਿਆ ਹੋਇਆ ਹੋਵੇ ਹਾਂਜੀ ਜਦੋਂ ਅਸੀਂ ਪਾਰਟੀਆਂ ਵਗੈਰੇ ਤੇ ਜਾਂਦਾ ਕਾਫੀ ਛੇੜਖਾਨੀਆਂ ਹੁੰਦੀਆਂ ਨੇ ਬਟ ਉਸ ਟਾਈਮ ਕੁਝ ਪਹਿਲਾਂ ਪਹਿਲਾਂ ਹੋਈਆਂ ਅੱਜ ਦੇ ਟਾਈਮ 'ਚ ਹੁਣ ਨਹੀਂ ਇੰਨਾ ਫੀਲ ਹੁੰਦਾ ਬਟ ਕਰਨ ਵਾਲੇ ਕਰਦੇ ਆ ਪਰ ਉਹਨਾਂ ਦੇ ਮੂੰਹ ਨਹੀਂ ਫੜ ਸਕਦੇ ਕਿਤੇ ਜਿੰਨੇ ਮੂੰਹ ਉਹਨੀਆਂ ਗੱਲਾਂ ਮੈਂ ਕਦੀ ਆਪਣੀ ਲਾ ਤੁਹਾਨੂੰ ਜੇ ਸੈਕਸ਼ਨ 377 ਦਾ ਲਾਅ ਪਤਾ ਹੋਵੇ ਆਪਾਂ ਉਹਦੇ ਅਗੇਂਸਟ ਜਾ ਕੇ ਨਹੀਂ ਕੀਤਾ ਜੇ ਮੈਂ ਕੋਈ ਕੱਪੜੇ ਪਾਏ ਵੀ ਆ ਨਾ ਤਾਂ ਮੈਂ ਲਾਅ ਨੂੰ ਵੇਖ ਕੇ ਪਾਏ ਜੇ ਮੈਂ ਉਹ ਚੀਜ਼ਾਂ ਕੀਤੀਆਂ ਨੇ ਤਾਂ ਸਿਰਫ ਉਸ ਲਾਅ ਦੇ ਵਿੱਚ ਰਹਿ ਕੇ ਹੀ ਕੀਤੀਆਂ ਕੋਈ ਮੈਨੂੰ ਗਲਤ ਨਹੀਂ ਕਹਦਾ ਦੋਸਤ ਦੇਖੋ ਆੜੀ ਕਿਉਂਕਿ ਆਪਣੀ ਡਿਜ਼ਾਈਨਿੰਗ ਨੂੰ ਹੀ ਪ੍ਰਮੋਟ ਕੀਤਾ ਪਰ ਜਿਹੜੇ ਲੋਕ ਹੈ ਨੇ ਉਹਨਾਂ ਨੂੰ ਹੁਣ ਲੱਗਦਾ ਕਿ ਪਤਾ ਨਹੀਂ ਕਿਉਂ ਕੀਤਾ ਇਹਨਾਂ ਨੇ ਮੇਰੀ ਬੇਸੀ ਘਟਦੀ ਹੈ ਹਾਂਜੀ ਹੁੰਦੀ ਆ ਕਾਫੀ ਲੋਕ ਕਹਿ ਰਹਿੰਦੇ ਨੇ ਵੀ ਪਾਰਟੀਆਂ ਦੇ ਪਿੱਛੇ ਆਣਾ ਫਿਰ ਬੈਕ ਬੀਚਿੰਗ ਕਰਨਾ ਤੁਹਾਨੂੰ ਗਲਤ ਵੇਦੀਆਂ ਆਫਰਸ ਕਰਨੀਆਂ ਬਟ ਹਮੇਸ਼ਾ ਇੱਕੋ ਚੀਜ਼ ਹੁੰਦੀ ਕਿ ਦੇਖੋ ਅਸੀਂ ਮੇਕਅਪ ਆਰਟਿਸਟਾਂ ਅਸੀਂ ਆਪਣੇ ਲਈ ਜੀ ਰਹੇ ਅਸੀਂ ਇੰਨਾਂ ਚੀਜ਼ਾਂ ਲਈ ਨਹੀਂ ਕਿਉਂਕਿ ਮੈਂ ਇੱਕ ਅੱਛੀ ਫੈਮਿਲੀ ਤੋਂ ਮੇਰੀ ਫੈਮਿਲੀ ਨੇ ਮੂੰਹ ਤੋੜ ਮਜਵਾਬ ਵੀ ਦਿੱਤਾ ਬਿਲਕੁਲ ਦਿੱਤਾ ਇਹੀ ਜਵਾਬ ਹੁੰਦਾ ਕਿ ਸਾਈਡ ਰੋ ਵੀ ਇੰਨਾਂ ਚੀਜ਼ਾਂ ਵਾਸਤੇ ਨਹੀਂ ਬਣੇ ਕਿਉਂਕਿ ਉਹਨਾਂ ਨੂੰ अच्छी अर्निंग ਤੇ ਨੇ ਅੱਜ ਹਨਾ ਵੀ ਇੱਕ ਮੇਕਅਪ ਆਰਟਿਸਟ ਕਿਉਂਕਿ ਮੇਰਾ ਹੁਣ ਚੱਲਦਾ ਵੀ ਪਹਿਨੀ ਹਾਸ ਤੋਂ ਮੈਂ ਲੈਕਮੇ ਦੇ ਵਿੱਚੋਂ ਵੀ ਕੀਤਾ ਹੋਇਆ ਵਾ ਆਪਣਾ ਤੇ ਮੇਰਾ ਸਰਟੀਫਿਕੇਸ਼ਨ ਹੈ ਅਸਕੋਰਡਿੰਗ ਉਹਨਾਂ ਨੂੰ ਪਤਾ ਆਂਦਾ ਹੈ ਕਿ ਮੇਕਅਪ ਆਰਟਿਸਟ ਮੈਂ ਕਦੀ ਵੀ ਰਿਪਲਾਈ ਨਾ ਦਿੱਤਾ ਹੀ ਨਹੀਂ ਨਾ ਇੰਸਟਾਗ੍ਰam ਤੇ ਹਾਂ ਠੀਕ ਹੈ ਪਰ ਕੁਝ ਫੇਕ ਆਈਡਿਜ਼ ਵਗੈਰਾ ਜਿਹੜੀਆਂ ਮੇਰੇ ਨਾਂ ਤੇ ਬੰਦਦੀਆਂ ਨੇ ਮੈਨੂੰ ਇਹੀ ਹੁੰਦਾ ਹੈ ਕਿ ਅੱਜ ਕੁਝ ਲੋਕਾਂ ਵੱਲੋਂ ਬਹੁਤ ਗਲਤ ਗਲਤ ਮੈਸੇਜ ਉੱਤੇ ਗੈਨੇ ਵੀ ਹਾਂਜੀ ਤੁਸੀਂ ਸਾਨੂੰ ਉੱਥੇ ਨੰਬਰ ਦਿੱਤਾ ਸੀ ਮੇਰਾ ਲੋਕ ਕਿ ਨੰਬਰ ਪਾ ਦਿੰਦੇ ਨੇ ਆਪਣੀ ਫੇਕ ਆਈਡਿਜ਼ ਬਣਾ ਬਣਾ ਕੇ ਫਿਰ ਮੈਨੂੰ ਉਹ ਤੋਂ ਗਲਤ ਕਾਲ ਜਾਂਦੇ ਆ ਨੇ ਮੈਨੂੰ ਇਹੀ ਚੀਜ਼ ਹੈ ਕਿ ਆ ਚੀਜ਼ਾਂ ਨਾ ਕਰੀਆਂ ਜਾਨ ਇੱਕ ਮੇਕਅਪ ਆਰਟਿਸਟ ਵੀ ਇੱਕ ਮੇਕਅਪ ਆਰਟਿਸਟ ਦੇ ਨਜ਼ਰੀਏ ਨਾਲ ਵੇਖਿਆ ਜਾਵੇ ਅਗਰ ਤੁਸੀਂ ਚੀਜ਼ ਨੂੰ ਗਲਤ ਰਿਪਰੈਜ਼ੈਂਟ ਕਰ ਰਹੇ ਹੋ ਤਾਂ ਉਹਦੇ ਵਿੱਚ ਸਾਡੀ ਹੀ ਬੇਇੱਜ਼ਤੀ ਆ ਹੂੰ ਕੀ ਬਾਤ ਹੈ ਤੁਸੀਂ ਬਹੁਤ ਸਮਾਂ ਦਿੱਤਾ ਜਾਂਦੇ ਜਾਂਦੇ ਕੋਈ ਗੱਲ ਰਹਿ ਗਈ ਹੋਵੇ ਜਿਹੜੀ ਕਰਨੀ ਚਾਹੁੰਦੀ ਹਾਂ ਬਸ ਇੱਕੋ ਹੀ ਚੀਜ਼ ਹੈ ਕਿ ਮੇਰੀ ਵੀਡੀਓਜ਼ ਬਣਾ ਦਾ ਮੋਟਿਵ ਇਹੀ ਹੁੰਦਾ ਹੈ ਕਿ ਜਸਟ ਆਪਣੇ ਮੇਕਅਪ ਨੂੰ ਪ੍ਰੋਮੋਟ ਕਰਨਾ ਤੇ ਉਸ ਫੈਸ਼ਨ ਇੰਡਸਟਰੀ ਨੂੰ ਪ੍ਰੋਮੋਟ ਕਰਨਾ ਤੇ ਇੱਕ ਐਲਜੀਬਿਟੀ ਦੀ ਪ੍ਰੋਪਰ ਸਪੋਰਟ ਕਰਨਾ ਜਿਹੜੇ ਸਾਨੂੰ ਪਿਆਰ ਕਰਦੇ ਮੈਨੂੰ ਇਹ ਹੈ ਕਿ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਅੱਜ ਇਸ ਇੰਟਰਵਿਊ ਤੇ ਲਾਇਕ ਸਮਝਿਆ ਮੇਰੇ ਤੋਂ ਕੁਝ ਗਲਤੀਆਂ ਜੇ ਅਗਰ ਬੋਲ ਹੋਈਆਂ ਤਾਂ ਮਾਫੀ ਉਸ ਚੀਜ਼ ਲਈ ਸੋ ਇਹ ਸਾਡੇ ਨਾਲ ਸਿਮਿੰਮੀ ਸੰਧੂ ਸੀ ਜੀ ਜੀ ਤੁਹਾਨੂੰ ਇੰਟਰਵਿਊ ਦਿਖਾਈ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਸੀ ਕਿ ਆਪਣੇ ਘਰ ਦੇ ਵਿੱਚ ਰਹਿੰਦੇ ਉਚਾਰਦੁਆਰੀ ਦੇ ਵਿੱਚ ਰਹਿੰਦੇ ਵੀ ਬੱਚੇ ਦਾ ਸ਼ੋਸ਼ਣ ਹੋ ਸਕਦਾ ਆਪਣੇ ਬੱਚਿਆਂ ਪ੍ਰਤੀ ਤੁਸੀਂ ਸਤਾਰਕ ਰਹੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੂੰ ਸਮਝੋ ਕਦੇ ਵੀ ਕਿਸੇ ਤੇ ਵੀ ਆਪਣੇ ਨੇੜਲੇ ਤੇ ਵੀ ਭਰੋਸਾ ਨਾ ਕਰੋ ਆਪਣੇ ਬੱਚਿਆਂ ਦੇ ਨਾਲ ਰਹੋ ਇਹ ਇੰਟਰਵਿਊ ਸਿਮਰ ਸੰਧੂ ਦੀ ਦਿਖਾਈ ਤੇ ਇਹ ਵੀ ਇੱਕ ਸਾਡਾ ਸਨੇਹਾ ਇਹ ਆ ਕਿ ਜਿਹੜੇ ਲੋਕ ਐਲਜੀਬੀਟੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਕਦੇ ਵੀ ਉਹਨਾਂ ਦਾ ਮਜ਼ਾਕ ਨਾ ਅੜਾਇਆ ਕਰੋ ਉਹਨਾਂ ਨੇ ਬਹੁਤ ਕੁਸ਼ਤਾਂ ਦਿੱਤੀ ਸਿਆ ਹੁੰਦਾ ਕਿਉਂਕਿ ਉਹ ਆਪ ਨਹੀਂ ਬਣੇ ਹੁੰਦੇ ਪ੍ਰਮਾਤਮਾ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਸਜਾਇਆ ਹੁੰਦਾ ਇਸ ਤਰੀਕੇ ਨਾਲ ਬਣਾਇਆ ਹੋਇਆ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਹੁਤ-ਬਹੁਤ ਧੰਨਵਾਦ ਦੇਖਦੇ ਰਹੋ ਕੈਨ ਪੰਜਾਬੀ